Param Satkar Yog Guru Roop Guru Khalsa Sat Sangat Jiyo Aao Gajo Aaj Ke Fateh Sanji Kariye Koi Vi Rasna Vanji Na Rave Vahe Guru Ji Ka Khalsa Vahe Guru Ji Ki Fateh ਜਿਵੇਂ ਸੈਕਟਰੀ ਸਾਹਿਬ ਉਹਨਾਂ ਨੇ ਦੱਸ ਦਿੱਤਾ ਆਪਾਂ ਸਿੱਖ ਅਵੇਅਰਨੈਸ ਸੁਸਾਇਟੀ ਵੱਲੋਂ ਆਏ ਹਾਂ ਅਤੇ ਸਾਡਾ ਮੂਲ ਮਕਸਦ ਇਹੀ ਹੈ ਕਿ ਜਿੱਥੋਂ ਵੀ ਸਿੱਖੀ ਨੂੰ ਢਾਹ ਲੱਗ ਰਹੀ ਆ ਜਾਂ ਕੋਈ ਲਾ ਰਿਹਾ ਉਸ ਚੀਜ਼ ਨੂੰ ਆਪਾਂ ਹਾਈਲਾਈਟ ਕਰਨੀ ਕਿਉਂਕਿ ਜੇ ਹਾਈਲਾਈਟ ਕਰਾਂਗੇ ਅਤੇ ਤਾਂ ਹੀ ਆਪਾਂ ਉਸ ਚੀਜ਼ ਨੂੰ ਟੈਕਲ ਕਰ ਸਕਦੇ ਹਾਂ ਅੱਗੇ ਵੀ ਦਾਸ ਇੱਥੇ ਦੋ ਪ੍ਰੋਗਰਾਮ ਇਸ ਗੁਰੂ ਘਰ ਲਾ ਚੁੱਕੇ ਹਾਂ ਅਤੇ ਪਿਛਲੇ ਮਹੀਨੇ ਆਉਣਾ ਸੀਗਾ ਸਾਨੂੰ ਥੋੜ੍ਹਾ ਜਿਹਾ ਇਟਲੀ ਜਾਣਾ ਪਿਆ ਕਿਉਂਕਿ ਉੱਥੇ ਵੀ 3 ਕੇਸ ਡੀਲ ਕਰਨੇ ਪਏ ਫਰੋਮ ਫਰਾਈਡੇ ਸੈਟਰਡੇ ਐਂਡ ਸੰਡੇ ਸੋ ਉੱਥੇ ਵੀ ਕਾਫੀ ਪ੍ਰੋਬਲਮ ਸੀਗੀ ਸੋਚ ਨਹੀਂ ਸੀ ਸਕਦੇ ਕਿ ਉੱਥੇ ਕੋਈ ਪ੍ਰੋਬਲਮ ਹੋਊਗੀ ਕਿਉਂਕਿ ਉੱਥੇ ਹਲੇ ਪਹਿਲੀ ਜਨਰੇਸ਼ਨ ਆਪਣੇ ਬੱਚੇ ਆ ਉੱਥੇ ਪਰ ਉੱਥੇ ਵੀ ਪ੍ਰੋਬਲਮ ਸ਼ੁਰੂ ਹੋ ਗਈ ਅਤੇ ਆਉਣ ਵਾਲੇ ਸਮੇਂ ਵਿੱਚ 6-7 ਵੀਕ ਜਾਂ ਕੈਂਪ ਉੱਧਰ ਲਾਵਾਂਗੇ 6-7 ਕੈਂਪ ਲਗਾਤਾਰ ਸਮਰ ਦੇ ਵਿੱਚ ਇਸ ਚੀਜ਼ ਨੂੰ ਹਾਈਲਾਈਟ ਕਰਨ ਜਿਸ ਚੀਜ਼ 'ਤੇ ਆਪਾਂ ਅੱਜ ਗੱਲ ਕਰਨੀ ਆ ਸੋ ਦਾਸ ਆਪਣੇ ਵੱਲੋਂ ਆਪਣੀ ਸੁਸਾਇਟੀ ਵੱਲੋਂ ਮਾਫੀ ਮੰਗਦੇ ਆ ਦੈਟ ਲਾਸਟ ਮੰਥ ਵੀ ਵਾਸ ਸਪੋਸਡ ਟੂ ਬੀ ਹੇਅਰ ਅਤੇ ਸਾਡੇ ਕੋਲ ਨਹੀਂ ਆ ਹੋਇਆ ਸੋ ਪਲੀਜ਼ ਫੋਰਗਿਵ ਅਸ ਆਪਾਂ ਇੱਥੇ ਆਪ ਜੀ ਨੂੰ ਇਨਫੋਰਮ ਕਰਨ ਆਏ ਹਾਂ ਵਾਰਨ ਕਰਨ ਆਏ ਹਾਂ ਨਾਲੇ ਤੁਹਾਨੂੰ ਅਪਡੇਟਸ ਦੇਣ ਆਏ ਹਾਂ ਕਿ ਪਿਛਲੀ ਵਾਰੀ ਜਦੋਂ ਆਪਾਂ ਆਏ ਸੀ ਉਦੋਂ ਬਾਅਦ ਸਿੱਖ ਅਵੇਅਰਨੈਸ ਸੁਸਾਇਟੀ ਦਾ ਕੰਮ ਅਤੇ ਉਦੋਂ ਬਾਅਦ ਆਪਾਂ ਕੀ ਕੁਛ ਕੀਤਾ ਵੋ ਗੋ ਇਨ ਟੂ ਦੈਟ ਵੀ ਨਾਟ ਅਗੇਂਸਟ ਐਨੀ ਫੇਥ ਐਨੀ ਰਿਲੀਜਨ ਆਪਾਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਗਏ ਆਪਾਂ ਕਿਸੇ ਵੀ ਫੇਥ ਦੇ ਖਿਲਾਫ ਨਹੀਂ ਗਏ ਕਿਸੇ ਬੰਦੇ ਦੇ ਖਿਲਾਫ ਨਹੀਂ ਗਏ ਬਟ ਵਟ ਵੀ ਆਰ ਅਗੇਂਸਟ ਇਜ਼ ਵੇ ਕੋਹਰਸਿਵ ਟੈਕਟਿਕਸ ਹੈਵ ਬੀਨ ਯੂਜ਼ਡ ਜਿੱਥੇ ਕੋਈ ਚਲਾਕੀ ਦੇ ਨਾਲ ਸਾਡੇ ਬੱਚਿਆਂ ਨੂੰ ਸਾਡੀ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਦਾ ਉੱਥੇ ਆਪਾਂ ਸਟੈਂਡ ਲੈਂਦੇ ਹਾਂ ਅਤੇ ਸਾਧ ਸੰਗਤ ਜੀ ਆ ਪਿਛਲੇ 2 ਦਿਨਾਂ ਦੇ ਵਿੱਚ ਉਹ ਨੋਰਮਲੀ ਤਾਂ ਆਪਾਂ ਬੱਚਿਆਂ ਦੀ ਗੱਲ ਕਰਦੇ ਕਿਉਂਕਿ 98% ਸਾਨੂੰ ਕਾਲ ਜਿੰਨੇ ਆਉਂਦੇ ਆ ਬੱਚਿਆਂ ਦੇ ਆਉਂਦੇ ਆ ਪਰ ਪਿਛਲੇ 3 ਦਿਨਾਂ ਦੇ ਵਿੱਚ ਅਸੀਂ ਉਹਨਾਂ 2 ਘਰਾਂ ਦੇ ਵੀ ਜਾ ਚੁੱਕੇ ਹਾਂ ਜਿਹੜੇ 25-25 ਸਾਲ ਦੇ ਨੌਜਵਾਨ ਸਾਡੇ ਮੁੰਡੇ ਇਸਲਾਮ ਧਰਮ ਕਬੂਲ ਕੀਤਾ ਜਾਂਦਾ ਨੇ ਸੋ ਉਹਨਾਂ ਦੇ ਨਾਲ ਵੀ ਸਾਡੀ ਕਾਉਂਸਲਿੰਗ ਪਿਛਲੇ 2-3 ਦਿਨਾਂ ਤੋਂ ਸਟਾਰਟ ਹੋਈ ਆ ਉਹੀ ਟੈਕਟਿਕਸ ਜਿਹੜੀਆਂ ਸਾਡੀਆਂ ਬੱਚੀਆਂ 'ਤੇ ਵਰਤ ਹੋ ਰਹੀ ਆ ਉਹੀ ਟੈਕਟਿਕਸ ਹੁਣ ਸਾਡੇ ਬੱਚਿਆਂ 'ਤੇ ਵੀ ਯੂਨੀਵਰਸਿਟੀਆਂ ਵਿੱਚ ਵਰਤ ਰਹੇ ਆ ਸੋ ਅਵੇਅਰਨੈਸ ਜਿਹੜਾ ਸਿੱਖ ਅਵੇਅਰਨੈਸ ਸੁਸਾਇਟੀ ਦਾ ਮੇਨ ਜਿਹੜਾ ਹੈਗਾ ਮਤਲਬ ਕਿ ਅਵੇਅਰਨੈਸ ਆਪਾਂ ਦੇਣੀ ਆ ਤਾਂ ਅਵੇਅਰਨੈਸ ਜਿਹੜੀ ਆ ਸਿੰਪਲ ਪੰਜਾਬੀ ਵਿੱਚ ਜੇ ਆਪਾਂ ਕਹਿ ਲਈਏ ਕਿ ਜਗਾਉਣਾ ਜਾਂ ਆਪ ਜਾਗਣਾ ਸੋ ਦ ਹੋਲ ਕੈਂਪੇਨ ਦ ਹੋਲ ਰੋਡ ਸ਼ੋ ਥਰੂ ਆਊਟ ਦ ਵਰਲਡ ਇਜ਼ ਅਬਾਊਟ ਰੇਜ਼ਿੰਗ ਅਵੇਅਰਨੈਸ ਇਨ ਦ ਸਿੱਖ ਅਵੇਅਰਨੈਸ ਸੁਸਾਇਟੀ ਕੈਨੇਡਾ ਵਿੱਚ ਵੀ ਅਮਰੀਕਾ ਵਿੱਚ ਵੀ 22 ਸਟੇਟਾਂ ਕਵਰ ਕੀਤੀਆਂ ਯੂਰਪ ਦੇ ਵਿੱਚ ਵੀ ਗਏ ਹਾਂ ਇੱਥੇ ਵੀ ਆਪਾਂ ਕੰਮ ਕਰਦੇ ਹਾਂ ਇੰਡੀਆ ਵਿੱਚ ਵੀ ਪੰਜਾਬ ਦੇ ਵਿੱਚ ਵੀ ਕੰਮ ਚੱਲਦਾ ਸਾਡਾ ਸਿੱਖ ਅਵੇਅਰਨੈਸ ਸੁਸਾਇਟੀ ਦਾ ਦ ਹੋਲ ਥਿੰਗ ਇਜ਼ ਟੂ ਰੇਜ਼ ਅਵੇਅਰਨੈਸ ਜਿੱਥੋਂ ਵੀ ਆਪਾਂ ਨੂੰ ਢਾਹ ਲੱਗ ਰਹੀ ਆ ਵੀ ਗੋਇੰ ਟੂ ਰੇਜ਼ ਦਾ ਅਵੇਅਰਨੈਸ ਉਹ ਆਪਾਂ ਟੈਕਲ ਕਰ ਸਕਦੇ ਹਾਂ ਅਤੇ ਮਹਾਰਾਜ ਥਰੂ ਆਊਟ ਗੁਰਬਾਣੀ ਆਸਕਸ ਅਸ ਟੂ ਬੀ ਅਵੇ ਐਂਡ ਅਵੇਕ ਕਿ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਹੀ ਸਾਨੂੰ ਆਖਦੇ ਕਿ ਜਾਗੋ ਸਿੱਖੋ ਜਾਗੋ ਥਰੂ ਆਊਟ ਗੁਰਬਾਣੀ ਦਿਸ ਇਜ਼ ਨੋਟ ਸਿੱਖ ਅਵੇਅਰਨੈਸ ਸੁਸਾਇਟੀ ਇਹ ਸਿੱਖ ਅਵੇਅਰਨੈਸ ਸੁਸਾਇਟੀ ਦੇ ਵਰਡਿੰਗ ਨਹੀਂ ਗੇ ਇਹ ਜਿਸ ਨੂੰ ਆਪਾਂ ਆਪਣਾ ਗੁਰੂ ਮੰਨਦੇ ਇਸ਼ਟ ਮੰਨਦੇ ਹਾਂ ਉਹੀ ਸਾਨੂੰ ਆਖਦਾ ਕਿ ਜਾਗ ਲਹੋ ਰੇ ਮਨਾ ਜਾਗ ਲਹੋ ਕਹਾਂ ਗਾਫਿਲ ਸੋਇਆ ਸਿੱਖ ਜਾਗ ਕਿਉਂ ਸੁੱਤਾ ਪਿਆ ਆ ਜਾਗੋ ਮਹਾਰਾਜ ਕਿਉਂ ਸਾਨੂੰ ਆਖਦੇ ਆ ਜਾਗਣ ਲਈ ਵਾਈਸ ਮਹਾਰਾਜ ਆਸਕਿੰਗ ਅਸ ਟੂ ਵੇਕ ਅਪ ਕਿਉਂਕਿ ਨਾਲ ਦੀ ਨਾਲ ਮਹਾਰਾਜ ਆਨਸਰ ਵੀ ਦੇ ਰਹੇ ਆ ਮਹਾਰਾਜ ਕਹਿੰਦੇ ਜੋ ਜਾਗੇ ਸਹਿ ਉਭਰੇ ਸੁੱਤੇ ਗਿਆ ਮੁਹਾਏ ਜਿਹੜੇ ਜਾਗਦੇ ਆ ਉਹ ਬਚਦੇ ਆ ਜਿਹੜੇ ਸੁੱਤੇ ਰਹਿ ਜਾਂਦੇ ਆ ਉਹਨਾਂ ਦੇ ਘਰ ਦੇ ਵਿੱਚ ਲੱਟ ਪਾਉ ਹੁੰਦੀ ਆ ਦੋਸ ਦੈਟ ਰਿਮੇਨ ਅਸਲੀਪ ਆਰ ਲੂਟਿਡ ਐਂਡ ਦੋਸ ਦੈਟ ਵੇਕ ਅਪ ਆਰ ਸੇਵਡ ਐਂਡ ਦੀ ਆਇਰਨੀ ਇਜ਼ ਦੈਟ ਆਪਾਂ ਹੈ ਨਾ ਵੀ ਸਲੀਪ ਵਾਕਿੰਗ ਥਰੂ ਲਾਈਫ ਆਪਣੇ ਪ੍ਰਬੰਧਕ ਵੀਰਾਂ ਨੇ ਤੁਹਾਨੂੰ ਹਲੇ ਕੱਲ੍ਹ ਦੀ ਘਟਨਾ ਦੱਸੀ ਆ
ਕਿ ਦੇਖੋ ਆਪਾਂ ਉਹਨਾਂ ਬੱਚੀਆਂ ਦੇ ਮਗਰ ਜਾਂਦੇ ਜਿਹੜੀਆਂ ਘਰੋਂ ਚਲ ਗਈਆਂ ਤੇ ਸਾਡੇ ਵਿੱਚ ਆਪਣੇ ਆਪ ਨੂੰ ਪ੍ਰਬੰਧਕ ਵੀ ਰੱਖਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਤੋਰੀ ਜਾਂਦੇ ਤੁਸੀਂ We'll talk about that later on. So Maharaj says, those that remain awake and aware are saved. Those that sleepwalk through life are looted. The jinnah de ghar de vich izzat nu hath pae gaya, tade dharm nu hath pae gaya. Phir my Maharaj says, jeh jeev hai, pat lathi jaye. Pat means izzat, pat means honor. ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਇਫ ਯੂ ਹੈਵ ਲੋਸਟ ਯੋਰ ਇੱਜ਼ਤ ਜੇ ਤੁਹਾਡੀ ਇੱਜ਼ਤ ਨੂੰ ਹੱਥ ਪੈ ਗਿਆ ਤੇ ਮਹਾਰਾਜ ਗੁਰਬਾਣੀ ਵਿੱਚ ਸਾਨੂੰ ਆਖ ਰਹੇ ਹਨ ਕਿ ਜਿਹੜੀ ਜੇ ਤੁਹਾਡੇ ਇੱਕ ਦਾਣਾ ਵੀ ਤੁਸੀਂ ਆਪਣੇ ਮੂੰਹ ਦੇ ਵਿੱਚ ਪਾ ਲਿਆ ਤੁਹਾਡੀ ਇੱਜ਼ਤ ਚਲ ਗਈ ਹੈ ਨਾ ਮਹਾਰਾਜ ਕਹਿੰਦੇ ਉਹ ਗੰਦਗੀ ਆ ਗੰਦਗੀ If you have lost your honor, if you've lost your faith, you put a grain of food in your mouth, Maharaj says, consider it as manure. ਉੱਥੇ ਇਹ ਤੁਹਾਡੇ ਆਪਣੇ ਵੱਡੇ ਵੱਡੇ ਘਰ ਨਹੀਂ ਕੰਮ ਆਉਣੇ ਉੱਥੇ ਸਾਡੇ ਬੈਂਕ ਬੈਲੈਂਸ ਨਹੀਂ ਕੰਮ ਆਉਣੇ ਉੱਥੇ ਸਾਡੇ ਸਟੇਟਸ ਨਹੀਂ ਕੰਮ ਆਉਣੀ ਜਿਹਦੀ ਘਰੋਂ ਧੀ ਚਲ ਗਈ ਜਾਂ ਜਿਹਦੇ ਘਰੋਂ ਉਹਦੀ ਔਲਾਦ ਘਰੋਂ ਚਲ ਗਈ ਉਸ ਮਾਂ ਬਾਪ ਨੂੰ ਪੁੱਛ ਕੇ ਦੇਖੋ ਤਾਂ ਉਹਨਾਂ ਦਾ ਜਵਾਬ ਇਹੀ ਹੁੰਦਾ ਕਿਸੇ ਮਾਂ ਨੂੰ ਪੁੱਛ ਕੇ ਦੇਖ ਲਿਓ ਜਿਹਦੀ ਧੀ ਘਰੋਂ ਗਈ ਆ ਉਹਦਾ ਜਵਾਬ ਇਹ ਹੁੰਦਾ ਕਿ ਨਾ ਅਸੀਂ ਹੁਣ ਮਰਿਆ ਵਿੱਚ ਆ ਤੇ ਨਾ ਜੀਂਦਿਆਂ ਵਿੱਚ ਆ ਇੱਕ ਤਾਂ ਪਹਿਲੋਂ ਸਾਡੀ ਧੀ ਚੱਲ ਗਈ ਆ ਦੂਜੀ ਜਦੋਂ ਸਾਡੀ ਕਮਿਊਨਿਟੀ ਵੀ ਅਸੀਂ ਗੁਰਦੁਆਰੇ ਵੀ ਜਾਂਦੇ ਤਾਂ ਲੋਕੀ ਸਾਡੇ ਵਾਲੀ ਉਂਗਲੀਆਂ ਕਰਦੇ ਆ ਸਾਡੀਆਂ ਹੀ ਗੱਲਾਂ ਕਰਦੇ ਆ ਉਹਨਾਂ ਨੂੰ ਕਮਿਊਨਿਟੀ ਵੀ ਛੱਡਣੀ ਪੈਂਦੀ ਆ ਤੇ ਬੱਚੇ ਵੀ ਉਹਨਾਂ ਦੇ ਘਰੋਂ ਗਏ ਹੁੰਦੇ ਆ ਯੂ ਜਸਟ ਇਮੈਜਿਨ ਕਿ ਵਟ ਦੈਟ ਫੈਮਿਲੀ ਇਜ਼ ਗੋਇੰਗ ਥਰੂ ਸੋ ਲਾਈਫ ਬਿਕਮਸ ਮੀਨਿੰਗਲੈਸ ਬੜੀ ਔਖੀ ਜ਼ਿੰਦਗੀ ਜਾਣਨੀ ਪੈਂਦੀ ਆ ਤੇ ਜਦੋਂ ਅਸੀਂ ਇਹ ਪ੍ਰੋਜੈਕਟ ਸਟਾਰਟ ਕੀਤਾ ਸੀ ਬੈਕ ਇਨ 1998 ਸਾਡੇ ਕੋਲ ਯੰਗੈਸਟ ਕੇਸ ਜਿਹੜਾ ਸੀ 9 ਸਾਲ ਦੀ ਬੱਚੀ ਦਾ ਸੀਗਾ 9 ਸਾਲ ਦੀ ਬੱਚੀ ਪਰ ਜਦੋਂ ਅਸੀਂ ਬੀਬੀਸੀ 1 ਦੀ ਡਾਕੂਮੈਂਟਰੀ ਤਿਆਰ ਕੀਤੀ ਪਿਛਲੇ ਸਾਲ ਜਿਹੜੀ 2 ਸਪਤੰਬਰ ਨੂੰ ਉਹ ਰਿਲੀਜ਼ ਕੀਤੀ ਟੈਲੀਵਿਜ਼ਨ ਇੱਥੇ ਵੀ ਇਸ ਗੁਰੂ ਘਰ ਵੀ ਥੋੜ੍ਹੀ ਜਿਹੀ ਫਿਲਮਿੰਗ ਹੋਈ ਸੀਗੀ ਤੇ ਸਾਨੂੰ ਦੂਜੇ ਤੀਜੇ ਦਿਨ ਹੀ ਫੋਨ ਆ ਗਿਆ ਇੱਕ ਵੀਰ ਦਾ ਉਹ ਫੋਨ 'ਤੇ ਰੋਵੇ ਪਤਾ ਤਾਂ ਲੱਗ ਗਿਆ ਕਿ ਕਿਹੜੀ ਪ੍ਰੋਬਲਮ ਆ ਤਾਰ ਹੁੰਦਾ ਆ ਅਸੀਂ ਬੱਚੀ ਦਾ ਨਾਂ ਪੁੱਛਿਆ ਬੱਚੀ ਦਾ ਨਾਂ ਦੱਸ ਦਿੱਤਾ ਜਦੋਂ ਅਸੀਂ ਬੱਚੀ ਦੀ ਉਮਰ ਪੁੱਛੀ ਵਸਤਮਵਾਦ ਏਜ ਆਫ ਦ ਗਰਲ 10 ਮਿੰਟ ਉਹ ਧਾਹਾਂ ਮਾਰ ਕੇ ਰੋਇਆ ਵੈਰੀ ਕੰਪੋਜ਼ਡ ਹਿਮਸੈਲਫ ਫਿਰ ਉਹਨੇ ਬੱਚੀ ਦੀ ਉਮਰ ਦੱਸੀ ਬੱਚੀ ਸਿਰਫ 6 ਸਾਲ ਦੀ ਸੀ ਹੈਕਨੀ ਵਿੱਚ 6-year-old girl and we had jadon bbc 1 the film release kiti ya we had a spate of problems jithe si 17 18 de naal deal karde si ikdam 38 39 tai ho gaya si ikdam double ho gaya si hun itthe vi pichle 1.5 saal de vich 7 ਕੇਸ ਇਸੇ ਸ਼ਹਿਰ ਦੇ ਵਿੱਚੋਂ ਡੀਲ ਕੀਤੇ ਗਏ ਆ 7 ਐਂਡ 1 ਵਾਸ ਅਬਾਊਟ 2 ਮੰਥਸ ਅਗੋ 3 ਮੰਥਸ ਅਗੋ ਵੇਅਰ ਅ ਬੱਚੀ ਵਾਸ ਰੇਪਡ ਐਂਡ ਵੀ ਡੀਲਿੰਗ ਵਿਦ 1 ਜਿਨ੍ਹਾਂ ਨੇ ਪਰਿਵਾਰ ਨੇ ਸਾਨੂੰ ਪਹਿਲਾਂ ਹੀ ਆਖਿਆ ਸੀ ਕਿ ਕਿਤੇ ਵੀ ਗੱਲ ਨਾ ਸਾਡੀ ਨਿਕਲੇ ਲੋਕਲ ਬੰਦਿਆਂ ਨੇ ਨਹੀਂ ਡੀਲ ਕਰ ਅਸੀਂ ਕਿਸੇ ਲੋਕਲ ਬੰਦੇ ਨੂੰ ਨਹੀਂ ਕਹਿਣਾ ਉਹ ਅਸੀਂ ਡੀਲ ਕਰ ਰਹੇ ਹਾਂ 14 ਸਾਲ ਦੀ ਬੱਚੀ ਆ ਸੋ 7 ਵਿਦ ਇਨ ਅ ਈਅਰ ਜਦੋਂ ਦੇ ਆਪਾਂ ਆਏ ਹਾਂ ਸੋ ਬੀ ਵੈਰੀ ਕੇਅਰਫੁਲ ਫੋਰ ਦ ਨੈਕਸਟ ਆਵਰ ਸੋ ਗੌਰ ਦੇ ਨਾਲ ਸਰਵਨ ਕਰਿਓ
ਕੋਈ ਵੀ ਬਾਅਦ ਵਿੱਚ ਕੋਈ ਵੀ ਆਪ ਜੀ ਕੋਲ ਕੋ ਕੁਐਸਚਨ ਹੋਊਗਾ ਸਾਨੂੰ ਬਾਅਦ ਦੇ ਤੁਸੀਂ ਕੁਐਸਚਨ ਕਰ ਸਕਦੇ ਹੋ ਥੱਲੇ ਪੋਸਟਰ ਵੀ ਇਹਨਾਂ ਦਾ ਥੱਲੇ ਲਾਇਆ ਸੀ ਦੀ ਆਸਟ੍ਰਿਚ ਇਫੈਕਟ ਨਾਲ ਆਪਾਂ ਅੱਗੇ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਆਹ ਜਾਨਵਰ ਜਦੋਂ ਖਤਰੇ ਵਿੱਚ ਹੁੰਦਾ ਨਾ ਆਸਟ੍ਰਿਚ ਇਹ ਨੈਵਰ ਰਨਸ ਅਵੇ ਇਹ ਆਪਣਾ ਸੀਸ ਮਿੱਟੀ ਵਿੱਚ ਡੁਬੋ ਲੈਂਦਾ ਇਹਦੀ ਸਾਈਕੋਲੋਜੀ ਅਨੁਸਾਰ ਨਾ ਤਾਂ ਮੈਨੂੰ ਹੁਣ ਖਤਰਾ ਦਿਸਦਾ ਤੇ ਨਾ ਮੈਨੂੰ ਹੁਣ ਖਤਰਾ ਸੁਣਦਾ ਇਟ ਮਸਟ ਮੀਨ ਦੈਟ ਦੇਰ ਇਜ਼ ਨੋ ਮੋਰ ਡੇਂਜਰ ਇਹਨੂੰ ਵਿਚਾਰੇ ਇਸ ਜਾਨਵਰ ਨੂੰ ਇਹ ਨਹੀਂ ਪਤਾ ਕਿ ਜਦੋਂ ਅੱਖਾਂ ਹੀ ਬੰਦ ਹੋ ਗਈਆਂ ਕੰਨ ਨਹੀਂ ਸੁਣਨੋਂ ਹਟ ਗਿਆ ਖਤਰਾ ਇਜ਼ 1000 ਟਾਈਮਸ ਮੋਰ ਬਿਕੋਜ਼ 80% of what we receive the information into the brain is through the eyes. 10% is through the ears. Je akhaan band hai, kaan hi band ho gaya. The satsang ji, this animal is in danger. And afsos di gal e hai ki is janwar ang apa apna manas janam ji rahe hain. We're closing our eyes. We don't want to see or hear nothing like this. And we're sleepwalking through life. And that is why you get problems like you had last night. Ke dooje Gurdwara Sahib de vich. So we don't want to live like this. We don't want to bury our heads in the sand. Ik pehla lesson jehda apa ajj leke jana. Eh apne andar ਚੰਗੀ ਤਰ੍ਹਾਂ ਵਸਾ ਲਿਓ ਕਿ ਈਵਲ ਐਗਜ਼ਿਸਟ ਕਿ ਇਦਾਂ ਦੀਆਂ ਬੰਦੇ ਬਾਹਰ ਬੈਠੇ ਬੰਦੇ ਨਹੀਂ ਆਪਾਂ ਕਹਿ ਸਕਦੇ ਉਹਦੇ ਜਾਨਵਰ ਹੀ ਆ ਇੱਦਾਂ ਦੇ ਜਾਨਵਰ ਬਾਹਰ ਬੈਠੇ ਆ ਜਿਹੜੇ ਆਪਣੇ ਬੱਚਿਆਂ ਨੂੰ ਨੁਕਸਾਨ ਕਰਨ ਨੂੰ ਬੈਠੇ ਆ ਇਹ ਆਪਣੇ ਅੰਦਰ ਮਨ ਦੇ ਵਿੱਚ ਵਸਾ ਲਓ ਇਹ ਨਾ ਸਮਝੋ ਕਿ ਜੇ ਆਪਾਂ ਚੰਗੇ ਸਾਰੀ ਦੁਨੀਆ ਹੀ ਚੰਗੀ ਆ ਦੇਰ ਆਰ ਵੈਰੀ ਡੈਡਲੀ ਪ੍ਰੈਡੇਟਰਸ ਆਊਟਸਾਈਡ ਮਹਾਰਾਜ ਸੇਜ਼ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਇਹ ਆਪਣੀ ਰਿਸਪੋਂਸੀਬਿਲਟੀ ਆ ਇੱਥੇ ਮਹਾਰਾਜ ਇਗਜ਼ਾਮਪਲ ਦਿੰਦਾ ਜ਼ਿਮੀਦਾਰ ਦਾ ਜਿਵੇਂ ਜ਼ਿਮੀਦਾਰ ਆਪਣੀ ਫਸਲ ਨੂੰ ਪਾਲਦਾ ਪਰੋਸਦਾ ਐਂਡ ਇਜ਼ ਲੁਕਿੰਗ ਆਫਟਰ ਇਟਸ ਕ੍ਰੌਪ ਬਿਕੋਜ਼ ਇਟ ਨੋਜ਼ ਇਨ 3 ਮੰਥਸ ਟਾਈਮ ਉਹਨੂੰ ਪ੍ਰੋਫਿਟ ਮਿਲਣੀ ਆ ਇਹਨੂੰ ਮੰਡੀ ਲੈ ਕੇ ਜਾਣਾ ਇਸੇ ਤਰ੍ਹਾਂ ਆਪਣੀ ਜਿਹੜੀ ਕ੍ਰੌਪ ਆ ਅਸਲੀ ਆਪਣੀ ਦੌਲਤ ਆ ਉਹ ਆਪਣੇ ਬੱਚੇ ਆ ਜੇ ਬੱਚੇ ਨਾ ਸੰਭਾਲੇ ਤੇ ਸਤਸੰਗ ਜੀ ਕੱਖ ਵੀ ਨਹੀਂ ਰਹਿ ਗਿਆ ਕਈ ਬਜ਼ੁਰਗ ਆਪਾਂ ਨੂੰ ਮਿਲਦੇ ਹੁੰਦੇ ਆ ਉਹ ਇਹੀ ਆਖਦੇ ਹੁੰਦੇ ਮੋਹਨ ਸਿੰਘ ਕਿ ਦੌਲਤ ਕਮਾਉਣ ਆਏ ਸੀ ਪਰ ਅਸਲੀ ਦੌਲਤ ਗਵਾ ਕੇ ਬਹਿ ਗਏ ਆ ਵੀ ਕੇਮ ਟੂ ਅਰਨ ਵੀ ਅਰਨ ਲੋਟ ਆਫ ਮਨੀ ਵੀ ਅਰਨ ਅ ਲੋਟ ਆਫ ਮਨੀ ਬਟ ਜਿਹੜੀ ਅਸਲੀ ਦੌਲਤ ਸੀ ਨਾ ਉਹ ਅਸੀਂ ਗਵਾ ਕੇ ਬਹਿ ਗਏ ਐਂਡ ਦੇ ਕਰਾਇੰਗ ਬਟ ਦੇ ਕਾਂਟ ਟਰਨ ਦਾ ਕਲੱਕ ਬੈਕ Okay, the grooming process, sexual grooming. ਆ ਜਿਹੜੀਆਂ ਅੱਠ ਨੌ ਚੀਜ਼ਾਂ ਆਪਾਂ ਦਿਖਾ ਲੈਣੀਆਂ ਆਪ ਜੀ ਨੂੰ ਇਹ ਕਰੀਬਨ ਹਰ ਇੱਕ ਕੇਸ ਦੇ ਵਿੱਚ ਹੀ ਆਉਂਦਾ ਹਰ ਕੇਸ ਦਾ ਕਾਮਨ ਡਿਨੋਮੀਨੇਟਰ ਇਹ ਆ ਸੋ ਵੀ ਗੈਟ ਦਿਸ ਕ੍ਰੋਪਿੰਗ ਅਪ ਇਨ ਐਵਰੀ ਕੇਸ ਓਵਰ ਦ ਲਾਸਟ 15 ਈਅਰਸ ਆਫ ਆਰ ਸੇਵਾ ਸਿੰਸ 98 ਮੋਬਾਈਲ ਫੋਨਸ ਕਈ ਘਰਾਂ ਦੇ ਵਿੱਚੋਂ ਤਾਂ 11-11 12-12 ਮੋਬਾਈਲ ਫੋਨ ਹੀ ਚੱਕੇ ਆ 15-15 ਚਿੱਪਾਂ ਚੱਕੀਆਂ ਤੇ ਨਿਆਣਿਆਂ ਨੂੰ ਲੰਡਨ ਦੇ ਵਿੱਚ ਮੈਂ ਦੇਖਿਆ 300-400 ਪਾਉਣ ਦਾ ਫੋਨ ਦੇ ਕੇ ਬਹੁਤ ਕੇਸ ਸਾਡੇ ਲੰਡਨ ਤੋਂ ਹੀ ਆਏ ਆ ਐਤਕੀ ਕਿ 300-400 ਪਾਉਣ ਦਾ ਕਿਸੇ 13 ਜਾਂ 14 ਸਾਲ ਦੀ ਬੱਚੀ ਨੂੰ ਜਾਂ 12 ਸਾਲ ਦੀ ਬੱਚੀ ਨੂੰ ਕੋਈ 400 ਪਾਉਣ ਦੀ ਚੀਜ਼ ਦੇਣੀ ਆ ਸਮਾਰਟ ਫੋਨ ਕਿਸੇ ਬੱਚੇ ਨੇ ਨਾ ਨਹੀਂ ਕਰਨੀ You'll take it straight away. ਪਰ ਫਿਰ ਤੁਹਾਨੂੰ 24 ਘੰਟੇ ਤੁਹਾਡੇ ਨਾਲ ਉਹਨਾਂ ਨੇ ਕਨੈਕਟਡ ਰਹਿਣਾ ਹੀ ਦੈਨ ਬਿਕਮਸ ਯੋਰ ਬੈਸਟ ਫਰੈਂਡ ਬਿਕੋਜ਼ ਹੀ ਇਜ਼ ਗਿਵਿੰਗ ਯੂ £400 ਵਰਥ ਆਫ ਸਟੱਫ ਯੂ ਸਟਾਰਟ ਲਿਸਨਿੰਗ ਟੂ ਹਿਮ ਜੇ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਆਈ ਆ ਲਾਈਕ ਅ ਮੋਬਾਈਲ ਫੋਨ ਐਂਡ ਯੂ ਹੈਵਨਟ ਪੇਡ ਫੋਰ ਇਟ ਤੁਸੀਂ ਪੈਸੇ ਨਹੀਂ ਦਿੱਤੇ ਉਹਦੀ ਇਨਵੈਸਟੀਗੇਸ਼ਨ ਕਰੋ ਕਿ ਇਹ ਚੀਜ਼ ਕਿੱਥੋਂ ਆਈ ਆ
ਇੰਨੇ ਪੈਸੇ ਲਾਏ ਆ ਇਫ ਯੂ ਡੋਂਟ ਯੂ ਗੋਇੰਗ ਟੂ ਬੀ ਇਨ ਟ੍ਰਬਲ ਕਿ ਜਿੰਨੇ ਦਿੱਤੇ ਆ ਉਹਨੇ ਕੋਈ ਚੀਜ਼ ਮੁੜ ਕੇ ਲੈਣੀ ਵੀ ਆ ਨਥਿੰਗ ਇਜ਼ ਫ੍ਰੀ ਇਨ ਦਿਸ ਕੰਟਰੀ ਆਪ ਕਹੋ ਯੂਨੀਵਰਸਿਟੀ ਲੈਵਲ ਤੇ ਜਿਹੜੀਆਂ ਸਾਡੀਆਂ ਬੱਚੀਆਂ ਕਈ ਸਾਨੂੰ ਕੇਸ ਆਇਆ ਅਲਕੋਹਲ ਦੇ ਥਰੂ ਕਿ ਜਦੋਂ ਬਾਹਰ ਕਲੱਬਿੰਗ ਜਾਂਦੇ ਆ ਤੇ ਤੁਹਾਨੂੰ ਪਤਾ ਟੈਕਸੀ ਡਰਾਈਵਰ ਕੌਣ ਹੈਗੇ ਤੇ ਕੌਣ ਨਹੀਂ ਉਹ ਜਦੋਂ ਟੈਕਸੀਆਂ ਵਿੱਚ ਵੜਦੇ ਆ ਰਾਤ ਨੂੰ ਸ਼ਰਾਬਾਂ ਪੀ ਕੇ ਤੇ ਉੱਥੇ ਉਹਨਾਂ ਦੀ ਕਈਆਂ ਦੀ ਇੱਜ਼ਤ ਨੂੰ ਹੱਥ ਪਿਆ ਆ ਵੀ ਡੀਲਿੰਗ ਵਿਦ ਅ ਕੇਸ ਇਨ ਬ੍ਰਿਸਟਲ ਬ੍ਰਿਸਟਲ ਯੂਨੀਵਰਸਿਟੀ ਦੀ ਕੁੜੀ raped just before Christmas ਸਿੱਖਾਂ ਦੀ ਬੱਚੀ ਉਦਾਂ ਤਾਂ ਸਾਨੂੰ ਸ਼ਰਾਬ ਦੇ ਤਾਂ ਲਾਗੇ ਸਾਨੂੰ ਉੱਕਾ ਹੀ ਨਹੀਂ ਜਾਣਾ ਚਾਹੀਦਾ ਆਵਰ ਗੁਰੂ ਇਜ਼ ਟੈਲਿੰਗ ਅਸ ਬਟ 90% ਆਫ ਦ ਪੰਜਾਬੀ ਕਮਿਊਨਿਟੀ ਉਹਨਾਂ ਦੇ ਘਰ ਦੇ ਵਿੱਚ ਹਰ ਫੰਕਸ਼ਨ ਸ਼ਰਾਬ ਦੇ ਨਾਲ ਚੱਲਦਾ ਕੋਈ ਫੰਕਸ਼ਨ ਨੀਗਾ ਕਿਸੇ ਬੰਦੇ ਨੂੰ ਪੁੱਛ ਲਓ ਕਿ ਪ੍ਰੋਗਰਾਮ ਕਿੱਦਾਂ ਸੀ ਜੇ ਸ਼ਰਾਬ ਨਾ ਨਾ ਮਿਲੀ ਹੋਵੇ ਭਾਵਾਂ ਹਜ਼ਾਰਾਂ ਹੀ ਉਹਨਾਂ ਨੇ ਲਾਇਆ ਹੋਵੇ ਹੋਰ ਹੋਰ ਪਾਸੇ ਫੂਡ ਦੇ ਉੱਤੇ ਅਤੇ ਦੂਜੇ ਪਾਸੇ ਉਹਨਾਂ ਕਹਿ ਇੱਕ ਐਵੇਂ ਸੀਗਾ ਕੰਮ ਅਤੇ ਜਿੱਥੇ ਸ਼ਰਾਬ ਦੀ ਬੋਤਲ ਟਕਾਈ ਹੋਵੇ ਤਾਂ ਹੋਰ ਭਾਵਾਂ ਕੱਖ ਬਣਾ ਕੀਤਾ ਹੋਵੇ ਕਹਿਣਾ ਜੀ ਚੜ੍ਹਦੀ ਕਲਾ ਵਾਲਾ ਚੀਜ਼ ਸੀ 90% ਆਫ ਆਵਰ ਪੀਪਲ are engrossed in alcohol. And my guru tells me, manas bharya aanya, manas bharya aaye, jis peete mat dur hoye, baral pave vich aaye, apna praya na pichhaane, khasmo takke khaaye. Matthe vi teki jaane asi, te appa guru de kehna vi mandna. Te je maa baap li sharab changi aa, ਤੇ ਆਪਾਂ ਆਪਣੇ ਬੱਚੇ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਬੇਟਾ ਸ਼ਰਾਬ ਨਹੀਂ ਪੀਣੀ ਇਫ ਇਟਸ ਗੁੱਡ ਇਨਫ ਫੋਰ ਦ ਫਾਦਰ ਇਫ ਇਟਸ ਗੁੱਡ ਇਨਫ ਫੋਰ ਦ ਮਦਰ ਇਟਸ ਗੋਇੰ ਟੂ ਬੀ ਗੁੱਡ ਇਨਫ ਫੋਰ ਦ ਕਿਡਸ ਬਿਕੋਜ਼ ਪਹਿਲਾ ਗੁਰੂ ਜਿਹੜਾ ਮਾਂ ਬਾਪ ਆ ਜੇ ਆਪਾਂ ਆਪਣੇ ਕੇਸ ਕਤਲ ਕਰ ਰਹੇ ਹਾਂ ਇਫ ਵੀ ਕਟਿੰਗ ਆਊਟ ਹੇਅਰ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਹਾਂ ਕਿ ਕੇਸ ਰੱਖਣੇ ਜ਼ਰੂਰੀ ਆ ਜਦ ਆਪਾਂ ਨੂੰ ਨਹੀਂ ਆਪਣੀ ਕੇਸਾਂ ਦੀ ਕੀਮਤ ਪਤਾ ਤਾਂ ਆਪਾਂ ਬੱਚਿਆਂ ਨੂੰ ਕਿਵੇਂ ਕਹਿ ਸਕਦੇ ਫੋਰਸ ਕਰ ਸਕਦੇ ਹਾਂ ਜੇ ਆਪਾਂ ਨੂੰ ਆਪਾਂ ਪਤਾ ਕਿ ਆਪਾਂ ਗੁਰੂ ਦਾ ਹੁਕਮ ਬ੍ਰੇਕ ਕਰਦੇ ਹਾਂ ਨਸ਼ੇ ਪੀਂਦੇ ਹਾਂ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਕਹਾਂਗੇ ਕਿ ਇਸ ਚੀਜ਼ ਦੇ ਲਾਗੇ ਨਹੀਂ ਜਾਣਾ ਬਈ ਤੁਹਾਡੇ ਮੋਹਰੇ ਨਾ ਪੀਣਗੇ ਪਰ ਜਦੋਂ ਤੋਂ 100 ਮੀਲ ਦੂਰ ਹੋਣਗੇ ਕਿਸੇ ਯੂਨੀਵਰਸਿਟੀ ਦੇ ਉੱਥੇ ਬਹਿ ਕੇ ਪੀਣਗੇ ਐਂਡ ਦਿਸ ਇਜ਼ ਵਾਟਸ ਹੈਪਨਿੰਗ So beware, internet, 67% ਜਿਹੜੀ ਗਰੂਮਿੰਗ ਹੋ ਰਹੀ ਆ ਉਹ ਇੰਟਰਨੈਟ ਦੇ ਰਾਹੀਂ ਹੋ ਰਹੀ ਆ ਮੈਂ ਹੈਰਾਨ ਸੀ ਕਿ ਸਾਨੂੰ ਇੰਨਾ ਪਤਾ ਕਿ ਜਦੋਂ ਕੋਈ ਵੀ ਮਾਈਗ੍ਰੇਸ਼ਨ ਕਮਿਊਨਿਟੀ ਹੁੰਦੀ ਆ ਉਹਨਾਂ ਨੂੰ ਤੀਜੀ ਜਾਂ ਚੌਥੀ ਪੀੜ੍ਹੀ ਵਿੱਚ ਆਣ ਕੇ ਬਹੁਤ ਪ੍ਰੋਬਲਮਾਂ ਪੈਂਦੀਆਂ ਮਲੇਸ਼ੀਆ ਤੋਂ ਸਿੰਗਾਪੁਰ ਤੋਂ ਫੋਲੋ ਕਰ ਲਓ ਜਿਹੜੀ ਵੀ ਤੀਜੀ ਚੌਥੀ ਪੀੜ੍ਹੀ ਆਉਂਦੀ ਉਹਨੂੰ ਉੱਥੇ ਪ੍ਰੋਬਲਮ ਪੈਂਦੀ ਆ ਪਰ ਮੈਂ ਹੈਰਾਨ ਸੀ ਇਟਲੀ ਵਿੱਚ ਜਾ ਕੇ ਵੀ ਇਹ ਪਹਿਲੀ ਪੀੜ੍ਹੀ ਹਲੇ 15-20 ਸਾਲ ਹੋਇਆ ਆਇਆਂ ਨੂੰ ਕਿ ਹੁਣੇ ਇਹਨਾਂ ਦੀਆਂ ਪ੍ਰੋਬਲਮਾਂ ਕਿੱਥੋਂ ਪੈਣ ਲੱਗ ਪਈਆਂ ਪੈਂਦੀਆਂ ਸਾਰੀਆਂ ਇੰਟਰਨੈਟ ਦੇ ਰਾਹੀਂ ਆ ਸ਼ਟਿੰਗ ਔਨ ਦਾ ਲਾਈਨਸ ਐਂਡ ਐਵਰੀਥਿੰਗ ਲਾਈਕ ਦੈਟ ਤੇ ਨਵੇਂ ਆਪਣੇ ਨਵਿਆਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੰਪਿਊਟਰ ਚਲਾਉਣਾ ਕਿੱਦਾਂ ਕੀ ਕਰਨਾ ਬੱਚਾ ਕਿਹੜੀ ਸਾਈਟ 'ਤੇ ਗਿਆ ਕਿਹੜੀ ਸਾਈਟ 'ਤੇ ਨਹੀਂ ਗਿਆ They're clueless. But we're getting a lot of complaints through the internet, Facebook, stuff like that. Boyfriend, girlfriend model. We'll talk on that later. Drugs, which is a very big thing. ਕਲੱਬਾਂ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ 5 ਪੌਂਡ ਲਈਆਂ 5 ਪੌਂਡ ਦੀਆਂ ਇਹ ਮਿਲਦੀਆਂ ਸਿਰਫ ਟੈਬਲੇਟ ਦੇ ਵਿੱਚ ਪਾਊਡਰ ਦੇ ਵਿੱਚ ਲਿਕੁਇਡ ਫਾਰਮ ਦੇ ਵਿੱਚ ਪਰ ਜਿਹੜਾ ਇੱਕ ਵਾਰੀ ਤੁਹਾਡੇ ਨਾ ਕੋਕ ਦੇ ਵਿੱਚ ਜਾਂ ਤੁਹਾਡੇ ਔਰੇਂਜ ਜੂਸ ਦੇ ਵਿੱਚ ਵੀ ਪਾ ਦਿੱਤਾ ਕਿਸੇ ਨੇ ਇੱਦਾਂ ਦੀ ਚੀਜ਼ 15-20 ਮਿੰਟਾਂ ਵਿੱਚ ਵਿੱਚ ਹੀ ਤੁਹਾਡਾ ਕੰਮ ਹੋ ਜਾਣਾ
ਤੇ ਜਿੰਨੇ ਵੀ ਪਾਇਆ ਤੁਹਾਡੇ ਸਰੀਰ ਦੇ ਨਾਲ ਜੇ ਕੁਝ ਮਰਜ਼ੀ ਕਰ ਲਵੇ ਮਨੀ ਨਾ ਬਾਕੀ ਨੀ 2000 ਆਪਾਂ ਜਿਹੜੇ ਸਾਡੇ ਸੇਵਾਦਾਰ ਸੀ ਮੀਟਿੰਗ ਕੀਤੀ ਸਕੋਟਲੈਂਡ ਯਾਰਡ ਦੇ ਵਿੱਚ ਉਹਨਾਂ ਨੇ ਸਾਨੂੰ ਸਕੋਟਲੈਂਡ ਯਾਰਡ ਨੇ ਘੰਟੇ ਬਾਅਦ ਦੱਸਿਆ ਕਿ ਤੁਹਾਨੂੰ ਇੱਦਾਂ ਦੇ ਵੀ ਕੇਸ ਆਉਂਦੇ ਆ ਪੈਸੇ ਵਾਲੇ ਅਸੀਂ ਕਿਹਾ ਨਹੀਂ ਉਹ ਕਹਿੰਦੇ ਤੁਸੀਂ ਆਹ ਲੀਫਲੈਟ ਦੇਖੇ ਆ ਉਹਨਾਂ ਨੇ ਸਾਨੂੰ ਲੀਫਲੈਟ ਦਿਖਾ ਲਏ ਜਿੱਥੇ ਲਿਖਿਆ ਹੋਇਆ ਸੀ ਕਿ 7,500 ਪੌਂਡ 7,500 ਪਾਊਂਡਸ ਟੂ 10,000 ਪਾਊਂਡਸ ਫੋਰ ਅ ਸਿੱਖ ਔਰ ਹਿੰਦੂ ਗਰਲ 7,500-10,000 ਦੀ ਵੈਲਿਊ ਤੁਹਾਡੀ ਪਾਈ ਹੋਈ ਸੀਗੀ ਦੈਟ ਵਾਸ ਬੈਕ ਇਨ ਈਅਰ 2000 13-14 ਸਾਲ ਹੋ ਗਿਆ ਹੁਣ ਇਨਫਲੇਸ਼ਨ ਦੇ ਹਿਸਾਬ ਨਾਲ 3% ਦੇ ਹਿਸਾਬ ਨਾਲ ਹੁਣ ਤੁਹਾਡੀ ਵੈਲਿਊ 15,000 ਹੋ ਗਈ ਹੋਊਗੀ ਬਟ ਦੇ ਪੁੱਟ ਆਨ ਅ ਪ੍ਰਾਈਸ ਟੈਗ ਗਿਵਿੰਗ ਗਿਫਟਸ ਸਾਧ ਸੰਗਤ ਜੀ ਕਿਸੇ ਦਾ ਦਿਲ ਜਿੱਤਣਾ ਤੁਸੀਂ ਕੋਈ ਚੀਜ਼ ਦੇ ਦਿਓ ਬੱਚਾ ਖੁਸ਼ ਹੋ ਜਾਂਦਾ ਸਿੰਪਲ ਜੇ ਕਿਸੇ ਨੂੰ ਨਾਰਾਜ਼ ਕਰਨਾ ਉਹਦੇ ਕੋਲ ਚੀਜ਼ ਲੈ ਲਓ ਨਾਰਾਜ਼ ਤਾਂ ਆਪਣੇ ਪਿਛਲੇ ਵੀ ਦੇਖ ਲਿਓ ਜਿਹੜੇ ਆਪਣੇ ਜ਼ਮੀਨਾਂ ਸਾਂਭਦੇ ਆ ਪਿੱਛੇ ਆਪਣਾ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਹਿਸਾਬ ਕਿਤਾਬ ਮੰਗ ਲਿਓ ਜਾ ਕੇ ਤੇ ਫਿਰ ਤੁਹਾਡੇ ਰਸਤੇ ਵੀ ਟੁੱਟ ਜਾਣਗੇ ਤੇ ਜਿੰਨਾ ਚਿਕਰ ਤੁਸੀਂ ਦੇਈ ਜਾਂਦੇ ਆ ਉਹਨਾਂ ਚਿਕਰ ਯੂ ਆਰ ਦਾ ਬੈਸਟ ਬ੍ਰਦਰ ਐਂਡ ਸਿਸਟਰ ਤੇ ਜਦੋਂ ਤੁਸੀਂ ਮੰਗ ਲਿਆ ਨਾ ਵੀ ਸਾਡਾ ਹੁਣ ਆਪਾਂ ਵੰਡ ਲਈਏ ਤੇ ਉਹਦੇ ਕੋਰਟਾਂ ਵਿੱਚ ਕੇਸ ਤੁਹਾਡਾ ਚੱਲ ਜੂ ਸੋ ਇਨ ਦੈਟ ਸੇਮ ਫਿਲੋਸਫੀ ਜਦੋਂ ਆਪਾਂ ਕਿਸੇ ਨੂੰ ਦਿੰਦੇ ਹਾਂ ਭਾਵਾਂ 4-5 ਪਾਉਣ ਦੀ 6 ਪਾਉਣ ਦੀ ਚੀਜ਼ ਆ ਬਟ ਇਟ ਮੇਕਸ ਦੀ ਅਦਰ ਪਰਸਨ ਫੀਲ ਵੈਰੀ ਇੰਪੋਰਟੈਂਟ ਕਿ ਕਿਸੇ ਨੇ ਮੈਨੂੰ ਮੇਰੇ ਨਾਲ ਪਿਆਰ ਕਰਦਾ ਤਾਂ ਮੈਨੂੰ ਕਿਸੇ ਨੇ ਚੀਜ਼ ਦਿੱਤੀ ਆ ਤੇ ਨਿਆਣਿਆਂ ਨੂੰ ਫਰੋਮ ਲਿਟਲ ਥਿੰਗਸ ਕੱਪੜਿਆਂ ਤੋਂ ਲੱਗ ਕੇ ਲਿਟਲ ਗੈਜਟਸ ਹੁਣ ਜੇ ਤੁਹਾਡੇ ਘਰ ਕੋਈ ਕੱਪੜਾ ਲੀੜਾ ਆਵੇ ਜਿਹੜਾ ਤੁਸੀਂ ਵੀ ਪੈਸਾ ਦਿੱਤਾ ਜਾਂ ਤੁਹਾਡੇ ਘਰ ਕੋਈ ਇੱਦਾਂ ਦੀ ਚੀਜ਼ ਆਵੇ ਜਿਹੜੀ ਤੁਸੀਂ ਬਾਈ ਨਹੀਂ ਕਰਕੇ ਦਿੱਤੀ ਤੁਸੀਂ ਆਪਣੇ ਘਰ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕਰੋ ਕਿ ਕਿਸੇ ਰਿਸ਼ਤੇਦਾਰ ਨੇ ਤਾਂ ਨਹੀਂ ਲੈ ਕੇ ਦਿੱਤੀ ਜੇ ਨਹੀਂ ਲੈ ਕੇ ਦਿੱਤੀ ਕਿਸੇ ਵੱਡੇ ਭੈਣ ਭਰਾ ਨੇ ਤਾਂ ਨਹੀਂ ਲੈ ਕੇ ਦਿੱਤੀ ਨਹੀਂ ਲੈ ਕੇ ਦਿੱਤੀ ਦੈਨ ਯੂ ਗਾਟ ਅ ਪ੍ਰੋਬਲਮ ਬਿਕੋਜ਼ ਸਮਬਡੀ ਇਜ਼ ਟ੍ਰਾਇੰਗ ਟੂ ਅਟੈਕ ਯੂਰ ਚਾਈਲਡ ਐਂਡ ਦਿਸ ਇਜ਼ ਵੇਅਰ ਵੀ ਆਰ ਜਿੰਨੇ ਵੀ ਆਪਾਂ ਹੈਗੇ ਆ ਵੀ ਬਿਕਮ ਸੋ ਮਟੀਰੀਅਲਿਸਟਿਕ ਸਾਨੂੰ ਤਾਂ ਸਾਡੇ ਵੱਡੇ ਵੱਡੇ ਕੰਮਾਂ ਦੀ ਵੱਡੇ ਵੱਡੇ ਗੱਡੀਆਂ ਦੀ ਤੇ ਵੱਡੇ ਵੱਡੀ ਸਟੇਟਸ ਦੀ ਪਈ ਹੋਈ ਆ ਸਾਨੂੰ ਹੋਰ ਕੋਈ ਕੰਮ ਹੈ ਨੀਗਾ ਅਸੀਂ ਕੰਮ ਤੇ ਹੋਰ 2 ਘੰਟੇ ਲਾ ਲਵਾਂਗੇ ਪਰ ਬੱਚੇ ਦੇ ਨਾਲ 10 ਮਿੰਟ ਬਹਿਣ ਨੂੰ ਅਸੀਂ ਤਿਆਰ ਨੀਗੇ 10 ਮਿੰਟ ਵੀ ਬਹਿਣ ਨੂੰ ਤਿਆਰ ਨੀਗੇ ਅਸੀਂ ਤੇ ਸਾਧ ਸੰਗਤ ਜੀ ਤੁਸੀਂ ਆਪਣੇ ਆਪਣੇ ਅੰਦਰ ਝਾਤੀ ਮਾਰ ਲਿਓ ਲੰਗਰ ਦੇ ਟਾਈਮ ਤੇ ਵੀ ਆਪਾਂ ਬਹਿਣ ਨੂੰ ਤਿਆਰ ਆਪਾਂ ਨੂੰ ਅੱਜ ਇੰਨਾ ਨਹੀਂ ਪਤਾ ਹੋਣਾ ਕਿ ਮੇਰੇ ਬੱਚੀ ਦੇ ਕਿਹੜੇ ਕਿਹੜੇ ਦੋਸਤ ਆ ਉਹਨਾਂ ਦੇ ਨੰਬਰ ਵੀ ਨਹੀਂ ਤੁਹਾਡੇ ਕੋਲ ਹੋਣੇ ਯੂ ਵੁਡਨਟ ਈਵਨ ਨੋ ਦ ਨੇਮ ਆਫ ਦ ਟੀਚਰਸ ਜਿਹੜੇ ਸਕੂਲ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਬਿਕਾਜ਼ ਵੀ ਡੋਨਟ ਈਵਨ ਗਿਵ ਦਮ ਟਾਈਮ ਵੈਨ ਵੀ ਆਰ ਨਾਟ ਅ ਪਾਰਟ ਆਫ ਦੇਅਰ ਲਾਈਫ ਦੇ ਨਾਟ ਗੋਇੰ ਟੂ ਬੀ ਅ ਪਾਰਟ ਆਫ ਆਰ ਲਾਈਵਸ ਤੇ ਦੁੱਖ ਉਦੋਂ ਲੱਗਣਾ ਸੀਨਾ ਉਦੋਂ ਪਾਟਣਾ ਕਿ ਜਦੋਂ ਸਾਡੇ ਬੱਚਿਆਂ ਦੇ ਨਾਲ ਬਾਹਰਲਾ ਕੋਈ ਗੱਲ ਕਰਨ ਲੱਗ ਪਿਆ ਤੇ ਜਦੋਂ ਬਾਹਰਲਾ ਕੋਈ ਗੱਲ ਕਰਨ ਲੱਗ ਪਿਆ ਹੈ ਨਾ ਉਦੋਂ ਫਿਰ ਟੂ ਲੇਟ ਹੋ ਜਾਣਾ ਕੰਮ ਇਹ ਵੀ ਟੂ ਲੇਟ ਦੈਟ ਹੁੱਕਸ ਯੂ ਦੈਟਸ ਜਸਟ ਅ ਸਿੰਪਲ ਹੁੱਕ ਪਰ ਇਸ ਹੁੱਕ ਦੇ ਵਿੱਚੋਂ ਨਿਕਲਣਾ ਹੈ ਨਾ ਹੁਣ ਕਈ ਕਈ ਕੇਸ ਨਾ ਸਾਧ ਸੰਗਤ ਜੀ ਬੱਚੀ ਨੂੰ ਲੱਭਣਾ ਤਾਂ ਬੜਾ ਸੌਖਾ ਹੁੰਦਾ ਪਰ ਜਿਹੜਾ ਮਨ ਮੁੜ ਕੇ ਜਿੱਤਣਾ ਉਹ ਸਾਲ ਸਾਲ ਡੇਢ ਡੇਢ ਸਾਲ ਲੱਗ ਜਾਂਦਾ ਕਿ ਜਿਹੜਾ ਗੰਦ ਭਰਿਆ ਉਹ ਗੰਦ ਕੱਢਣਾ ਟੇਕਸ ਅ ਲੌਂਗ ਟਾਈਮ ਸੋ ਦੈਟ ਹੁੱਕਸ ਯੂ ਮੈਨੀ ਟਾਈਮਸ ਸਾਨੂੰ ਇਹ ਕੁਐਸਚਨ ਪਾਇਆ ਗਿਆ
Even at high level, who's doing the grooming? Now, Satsangi ji, apa UK de vich reh rahe haan. Predominantly, apa white country vich reh rahe haan. Over 80% jadi itthe di jadi gore ya. Obviously, jada crime ya, oh gore ya vich jyada hona. One to one, jithe ek banda ek kudi al nazar marda in the pedophilia way, oh one to one jyade jyade gore hone ya. But jithe gang related ya, jithe ek de naal dooja lagga ya, teja lagga ya, ya char char, panch panch ikatthe kar rahe ya na. ਉਹ ਸਿਰਫ ਤੇ ਸਿਰਫ ਮੁਸਲਮ ਕਮਿਊਨਿਟੀ ਕਰ ਰਹੀ ਹੈ ਦੈਟਸ ਅ ਫਿਗਰ ਜਿੰਨੇ ਜੇਲ੍ਹ ਦੇ ਵਿੱਚ ਬੈਠੇ ਜੇਲ੍ਹੀ ਤਾਂ ਤੁਸੀਂ ਦੇਖ ਲਓ ਏਸ਼ੀਅਨ 8% ਆ ਸੈਕਸ਼ੂਅਲ ਕ੍ਰਾਈਮ ਦੇ ਵਿੱਚ 8% ਦੇ ਜੋ ਇਹ ਦੇਖ ਲਿਓ ਕਿ ਕਿੰਨੇ ਸਿੱਖ ਆ ਕਿੰਨੇ ਹਿੰਦੂ ਆ ਤੇ ਕਿੰਨੇ ਦੂਜੇ ਆ ਤੁਹਾਨੂੰ ਆਪੇ ਪਤਾ ਲੱਗ ਜਾਣਾ ਵਨ ਯੂ ਬ੍ਰੇਕ ਦੀਸ ਡਾਊਨ ਆਪਣੇ ਕੋਲ ਟਾਈਮ ਹੈ ਨਹੀਂਗਾ ਬਟ ਆਈ ਲੀਵ ਯੂ ਦ ਲੀਫਲੈਟਸ ਆਫਟਰਵਰਡਸ ਤੁਸੀਂ ਆਪੇ ਦੇਖ ਲਿਓ ਦੈਟਸ ਅ ਬ੍ਰੇਕ ਡਾਊਨ ਕਿੰਨੇ ਸਿੱਖ ਆ ਜੇਲ੍ਹ ਦੇ ਵਿੱਚ 777 ਸਿੱਖਾਂ ਦੀ ਕ੍ਰਾਈਮ ਪਤਾ ਕੀ ਆ ਜਾਂ ਤੇ ਜ਼ਿਆਦਾ ਡਰਿੰਕ ਐਂਡ ਡਰਾਈਵ ਦੇ ਵਿੱਚ ਹੁੰਦੇ ਆ ਜਾਂ ਜ਼ਿਆਦਾ ਫਰੋਡ ਦੇ ਵਿੱਚ ਹੁੰਦੇ ਆ ਇਹਨਾਂ ਦੀ ਦੇਖ ਲਿਓ ਸੈਕਸ਼ੂਅਲ ਅਬਿਊਸ ਤੇ ਸੈਕਸ਼ੂਅਲ ਕ੍ਰਾਈਮਸ ਜਿਹੜੀਆਂ ਕਿਹੜੀ ਕਮਿਊਨਿਟੀ ਏਸ਼ੀਅਨ ਕਮਿਊਨਿਟੀ ਕਰ ਰਹੀ ਆ ਉਹ ਸਾਰੇ ਫਿਗਰ ਇੱਥੇ ਆ ਬਟ ਇਹੀ ਆ ਕਿ ਗੋਰੇ ਵੀ ਇਸ ਵੇਲੇ ਡਰਦੇ ਆ ਕਿ ਜੇ ਅਸੀਂ ਕਹਿ ਦਈਏ ਹੈ ਨਾ ਤਾਂ ਸਾਡੀਆਂ ਵੋਟਾਂ ਜਾਂਦੀਆਂ ਸਾਰਾ ਚੱਕਰ ਹੀ ਜਿਹੜਾ ਹੈਗਾ ਵੋਟਾਂ ਦਾ ਆ ਕਿ ਅਸੀਂ ਕਮਿਊਨਿਟੀ ਕਿਸੇ ਕਮਿਊਨਿਟੀ ਨੂੰ ਐਕਸੈਪਟ ਸੱਚ ਨਹੀਂ ਬੋਲਣਾ ਵੀ ਡੋਨਟ ਵਾਂਟ ਟੂ ਸਪੀਕ ਦ ਟਰੂਥ ਪਰ ਸਾਡੀਆਂ ਵੋਟਾਂ ਨਾ ਜਾਵੇ ਸਾਡੀਆਂ ਕੁਰਸੀਆਂ ਨਾ ਜਾਣ ਆਹ ਹੀ ਗੱਲ ਜਿਹੜੀ ਆ ਹੁਣ ਕੱਲ੍ਹ ਗੁਰਦੁਆਰੇ ਵਿੱਚ ਸੁਣ ਕੇ ਆਏ ਆ ਤੁਸੀਂ ਕਿ ਸੰਗਤ ਨਾ ਟੁੱਟੇ ਸਾਡਾ ਆਹ ਨਾ ਹੋਵੇ ਸਾਡਾ ਉਹ ਨਾ ਹੋਵੇ ਸਾਡੀਆਂ ਕੁਰਸੀਆਂ ਨਾ ਜਾਣ ਭਾਵੇਂ ਅਸੀਂ ਮਰਿਆਦਾ ਨੂੰ ਤੋੜ ਪੋੜ ਕਰ ਦਈਏ ਇਨ ਦ ਸੇਮ ਵੇ ਆਹ ਗੌਰਮੈਂਟ ਵੀ ਇੱਦਾਂ ਕੰਮ ਕਰ ਰਹੀ ਆ ਦੀਸ ਆਰ ਦ ਗਰੂਮਰਸ 97 ਤੋਂ ਕੇਸ ਲਾ ਲਓ ਆ ਦੇਖੀ ਜਾਇਓ ਨਾਲੇ ਨਾ ਪੜ੍ਹੀ ਜਾਇਓ ਯੂ ਆਰ ਆਲ ਐਜੂਕੇਟਿਡ ਪੀਪਲ ਆਈ ਡੋਨਟ ਨੀਡ ਟੂ ਰੀਡ ਦ ਨੇਮਸ ਬਟ ਫਰੋਮ ਯੀਅਰਸ ਐਂਡ ਸਿਟੀਜ਼ ਦੇ ਕੈਰੀ ਔਨ ਦ ਲਿਸਟ ਇਜ਼ ਵੈਰੀ ਲੌਂਗ ਦੇ ਨਾ ਵੀ ਪੜ੍ਹੀ ਜਾਇਓ ਮੁੱਕ ਲਿਸਟ ਮੁੱਕਦੀ ਨਹੀਂ ਜੇ ਮੈਂ ਪਿਛਲੇ 100 ਕਨਵਿਕਸ਼ਨਾਂ ਤੋਂ ਜਾਵਾਂ ਦ ਲਾਸਟ 100 ਪੀਪਲ ਦੈਟ ਹੈਵ ਬੀਨ ਪੁੱਟ ਬਿਹਾਈਂਡ ਬਾਰਸ ਇਨ ਸੈਕਸ਼ੂਅਲ ਗਰੂਮਿੰਗ ਗੈਂਗਸ 95% ਆਰ ਮੁਸਲਿਮ ਸੋ ਦੇਰ ਇਜ਼ ਅ ਪ੍ਰੋਬਲਮ ਐਂਡ 20% ਆਰ ਬਾਈ ਦ ਨੇਮ ਆਫ ਮੁਹੰਮਦ 20% I don't have to lie, it's statistics that the government's got. ਹੁਣ ਤੁਹਾਡੇ ਐਸੇ ਸ਼ਹਿਰ ਦੇ ਵਿੱਚ ਆਹ ਤਾਂ ਸਾਰੀ ਬ੍ਰਿਸਟਲ ਦੀ ਸੀਗੀ ਪਿਛਲੀ ਵੀਕ ਦੋ ਵੀਕਾਂ ਪਹਿਲਾਂ ਅਸੀਂ ਬ੍ਰਿਸਟਲ ਗਏ ਹਾਂ ਬ੍ਰਿਸਟਲ ਕਹਿੰਦੀ ਸਾਡੇ ਇੱਥੇ ਕੋਈ ਪ੍ਰੋਬਲਮ ਨੀਗੀ ਅਸੀਂ ਤਾਂ ਬ੍ਰਿਸਟਲ ਉੱਥੇ ਉਹ ਰੇਪ ਦਾ ਅਸੀਂ ਡੀਲ ਕਰ ਰਿਹਾ ਸੀ ਤੇ ਉਹ ਕਹਿੰਦੇ ਗੁਰੂ ਘਰ ਵੀ ਪ੍ਰੋਗਰਾਮ ਲਾਇਓ ਜਦੋਂ ਅਸੀਂ ਪ੍ਰੋਗਰਾਮ ਉੱਥੇ ਰਿਸਰਚ ਕਰਨ ਲੱਗੇ ਬ੍ਰਿਸਟਲ ਦੇ ਵਿੱਚ ਉੱਥੇ ਬ੍ਰਿਸਟਲ ਦੇ ਵਿੱਚ ਇਹਨਾਂ ਨੇ ਆਪਰੇਸ਼ਨ ਬਰੁੱਕ ਸਟਾਰਟ ਕੀਤਾ ਆ ਜਿੰਨੇ ਚਾਰਜਡ ਹੋ ਗਏ ਆ 17 ਬੰਦੇ ਇੱਕ ਗੈਂਗ ਦੇ ਵਿੱਚ 17 ਪੀਪਲ ਇਨ ਵਨ ਗੈਂਗ ਕੋਰਟ ਇਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਈਜ਼ੀ ਮੀਟ ਇੱਥੇ ਦਾ ਮੇਰਾ ਕੋਈ ਲੋਕਲ ਐਮ ਪੀ ਸੀਗਾ ਹੋਮ ਆਫਿਸ ਦਾ ਮਿਨਿਸਟਰ ਸੀਗਾ ਮੈਨੂੰ ਚੇਤਾ ਉਹਦਾ ਨਾਂ ਭੁੱਲਦਾ ਜੈਕ ਸਟਰੋ ਉਹਨੇ ਵੀ ਇੱਕ ਅੱਖਰ ਵਰਤਿਆ ਸੀ ਈਜ਼ੀ ਮੀਟ ਈਜ਼ੀ ਮੀਟ 'ਤੇ ਰਿਪੋਰਟ ਤਿਆਰ ਕੀਤੀ ਆ ਬੜੀ ਚੰਗੀ ਵੱਡੀ ਰਿਪੋਰਟ ਆ
ਉਸ ਰਿਪੋਰਟ ਮੈਂ ਸਾਰੀ ਦੀ ਰਿਪੋਰਟ ਨਹੀਂ ਤੁਹਾਨੂੰ ਉਹਦੇ ਬਾਰੇ ਗੱਲ ਕਰਨੀ ਪਰ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਜਿਹੜੀ ਆਪਣੀ ਸੁਸਾਇਟੀ ਹੈ ਸਿੱਖ ਅਵੇਅਰਨੈਸ ਸੁਸਾਇਟੀ ਉਹਦੇ ਬਾਰੇ ਉਹਨਾਂ ਨੇ ਇੱਕ ਦੋ ਚੈਪਟਰ ਦਿੱਤੇ ਪੂਰੇ ਤੇ ਗੋਰੇ ਆਖ ਰਿਹਾ ਸਿੱਖ ਅਵੇਅਰਨੈਸ ਸੁਸਾਇਟੀ ਦਾ ਕੰਮ ਕਟ ਅ ਲੌਂਗ ਸਟੋਰੀ ਸ਼ੋ ਉਹਨਾਂ ਨੇ ਇਸ ਰਿਪੋਰਟ ਵਿੱਚ ਇਹ ਲਿਖਿਆ ਕਿ ਜੇ 2007 ਦੇ ਵਿੱਚ 2006 ਦੇ ਵਿੱਚ 2005 ਦੇ ਵਿੱਚ ਜੇ ਸਿੱਖ ਅਵੇਅਰਨੈਸ ਸੁਸਾਇਟੀ ਨੂੰ ਪਤਾ ਸੀ ਕਿਹੜੇ ਕਿਹੜੇ ਸਾਈਨ ਆ ਤੇ ਗੌਰਮੈਂਟ ਨੂੰ ਕਿਉਂ ਨਹੀਂ ਪਤਾ ਲੱਗਾ ਇਫ ਐਨ ਆਰਡੀਨਰੀ ਵਾਲੰਟਰੀ ਆਰਗਨਾਈਜੇਸ਼ਨ ਕੈਨ ਪਿਕ ਅਪ ਸਾਈਨਸ ਵਾਈ ਕੁਡਨਟ ਦ ਗਵਰਨਮੈਂਟ ਪਿਕ ਦੀ ਸਾਈਨਸ ਅਪ ਰਿਪੋਰਟ ਵਿੱਚ ਇਹ ਵੀ ਲਿਖਿਆ ਕਿ ਜੇ ਗੌਰਮੈਂਟ ਉਸ ਵੇਲੇ ਸਿੱਖ ਅਵੇਅਰਨੈਸ ਸੁਸਾਇਟੀ ਦੀ ਗੱਲ ਸੁਣਦੇ ਤੇ ਇੰਨੀ ਪ੍ਰੋਬਲਮ ਨਹੀਂ ਸੀ ਪੈਣੀ ਅਪ ਐਂਡ ਡਾਊਨ ਦ ਕੰਟਰੀ ਦੈਟਸ ਗੋਰੇ ਸੇਇੰਗ ਅਬਾਊਟ ਦ ਸਿੱਖ ਅਵੇਅਰਨੈਸ ਸੁਸਾਇਟੀ ਇਹ ਅਸੀਂ ਆਪਣੀ ਸਿਫਤ ਨਹੀਂ ਕਰ ਰਹੇ ਪਰ ਇਹ ਗੋਰਿਆਂ ਦੀ ਰਿਪੋਰਟ ਦੇ ਵਿੱਚ ਆਇਆ ਜਿਹੜੀ ਕਿ ਸਾਰੀ ਰਿਪੋਰਟ ਅਸੀਂ ਆਪਣੀ ਫੇਸਬੁੱਕ ਤੇ ਲਾਵਾਂਗੇ ਤੁਹਾਨੂੰ ਪਤਾ ਇੱਥੇ ਪੰਜ ਬੰਦੇ ਇੱਥੇ ਬ੍ਰੈਡਫੋਰਡ ਦੇ ਅਰੈਸਟ ਹੋਏ ਆ ਪਿਛਲੀ ਵੀਕ ਦੇਰ ਇਜ਼ ਅ ਗਰੂਮਿੰਗ ਗੈਂਗ ਕੋਟ ਇਨ ਦ ਲਾਸਟ ਵੀਕ ਇਨ ਬ੍ਰੈਡਫੋਰਡ ਐਂਡ ਦੇ ਵਰ ਵਰਕਿੰਗ ਬਿਟਵੀਨ ਬ੍ਰੈਡਫੋਰਡ ਐਂਡ ਸ਼ੈਫੀਲਡ ਐਂਡ ਦੇ ਅਪੀਅਰਡ ਇਨ ਕੋਟ ਔਨ ਫਰਾਈਡੇ ਆਹ ਦੇਖੋ ਨਾ ਪੜ੍ਹ ਲਓ ਕਿਹੜੇ ਕਿਹੜੇ ਹੈਗੇ ਆ ਸੇਮ ਪੀਪਲ ਸੇਮ ਪੀਪਲ There's a gang of 57 people in Newcastle. ਜਿਹੜੀ ਇੱਥੇ ਸਭ ਤੋਂ ਵੱਡੀ ਗੈਂਗ ਹੈ ਨਾ ਫੜ ਹੋਣੀ ਆ ਉਹ ਤੁਸੀਂ ਦੇਖਿਓ 5-10 ਦੀ ਗੈਂਗ ਨਹੀਂ ਹੋਣੀ ਉਹ ਜਾਊਗੀ ਤੇ ਸੌਵਾਂ ਦੇ ਵਿੱਚ ਜਾਊਗੀ ਕਿਉਂਕਿ there's another big gang in being investigated in Bradford right now. ਰੋਚਡੇਲ ਦੇ ਵਿੱਚ ਤੁਸੀਂ ਕੇਸ ਸੁਣੇ ਹੀ ਆ ਸਾਰੇ ਅੱਗੇ ਵੀ 11 ਬੰਦਿਆਂ ਨੇ ਆ ਨੌਜਵਾਨ ਮੋਹਰੇ ਰੱਖੇ ਕੁੜੀਆਂ ਨੂੰ ਕੁੜੀਆਂ ਦਾ ਦਿਲ ਜਿੱਤਣ ਨੂੰ ਤੇ ਫਿਰ ਜਦੋਂ ਐਨ ਦਿਲ ਜਿੱਤ ਲੈਂਦੇ ਆ ਵਨ ਦੇ ਗੈਟ ਯੂ ਇਨ ਕੰਟਰੋਲ ਦੈਨ ਦੇ ਪਾਸ ਯੂ ਅਰਾਊਂਡ ਆਲ ਦਾ ਪੀਪਲ ਇਨ ਦੈਟ ਗਰੁੱਪ ਯੂ ਆਰ ਅ 59 ਈਅਰ ਓਲਡ ਮੈਨ ਰੇਪਿੰਗ ਅ 13 ਈਅਰ ਓਲਡ ਗਰਲ A 59-year-old man. Manchester. The same scenario. The same names. Sheffield. Same name. Same thing. Sarako same. Derby. ਮੈਂ ਤਾਂ ਤੁਹਾਨੂੰ ਇਹ ਤਾਂ ਦਿਖਾ ਰਿਹਾ ਕੋਈ ਏਦਾਂ ਦਾ ਸ਼ਹਿਰ ਹੈ ਨਹੀਂ ਯੂਕੇ ਦੇ ਵਿੱਚ ਜਿੱਥੇ ਇਹ ਕੰਮ ਨਹੀਂ ਹੋ ਰਿਹਾ ਹੁਣ ਆ ਇਸ ਕੇਸ ਦੇ ਵਿੱਚ ਡਰਬੀ ਦੇ ਕੇਸ ਦੇ ਵਿੱਚ 60 ਬੱਚੀਆਂ ਸੀਗੀਆਂ ਆ ਜਿਹੜੇ 5-6 ਆ 6 8 ਜਾਣੇ ਸੀ ਇਹ 60 ਬੱਚੀਆਂ ਨੂੰ ਕੰਟਰੋਲ ਕਰ ਰਿਹਾ ਸੀ ਉਦਾਂ ਤੇ ਇਸ ਗਰੁੱਪ ਦੇ ਵਿੱਚ 15 ਸੀ 8 ਨੂੰ ਸਜ਼ਾ ਹੋਈ ਆ ਅਸੀਂ ਇਨਵੋਲਵ ਸੀ ਇਸ ਕੇਸ ਦੇ ਕਿਉਂਕਿ 2 ਬੱਚੀਆਂ ਜਿਹੜੀਆਂ ਆਪਣੀਆਂ ਸੀ ਸਿੱਖਾਂ ਦੀਆਂ ਦੇ ਵਰ 13 ਐਂਡ 14 ਈਅਰ ਓਲਡਸ ਤੇ ਜੇ ਉਹਨਾਂ ਦੀਆਂ ਤੁਸੀਂ ਸਾਖੀਆਂ ਸੁਣੋ ਹੈ ਨਾ ਦੇ ਵਿਲ ਰਿਪ ਯੂ ਅਪ ਕੰਪਲੀਟਲੀ ਅਸੀਂ ਉਹਨਾਂ ਦੇ ਬੱਚੀਆਂ ਦੇ ਥਰੂ ਥਰੂ ਕਰਕੇ ਤੇ ਸਾਨੂੰ ਗੋਰੀਆਂ ਦਾ ਵੀ ਪਤਾ ਲੱਗਾ 26 ਬੱਚੀਆਂ ਨੇ ਰਿਪੋਰਟ ਦਿੱਤੀ 26 ਗਰਲਸ ਵੈਂਟ ਟੂ ਕੋਰਟ ਇਸ ਘਰ ਦੇ ਵਿੱਚ ਉਹਨਾਂ ਦਾ ਅਬਿਊਸ ਹੋ ਰਿਹਾ ਸੀ ਆਹ ਜਿਹੜਾ ਉਤਲਾ ਭਾਈ ਆ ਇਹਦੀ 1.5 ਸਾਲ ਦੀ ਇਹਦੀ ਬੱਚੀ ਸੀ ਆਪਦੀ He had a daughter of a year and a half, but he had no problem in raping somebody else's daughter who was 13 and 14. Jiddan e court de vich sige, main hairan. Kyunki assi vi court de vich si utthe. Jadon inna de reference pad hoye, jehde inna nu masjidan vichon reference mile, ke these are ideal Muslim young lads.
They come to mosque every Friday. They do everything according to the Muslim. ਉਹਨਾਂ ਨੇ ਚੰਗੇ ਰੈਫਰੈਂਸ ਬਣਾ ਕੇ ਦਿੱਤੇ ਇਹਨਾਂ ਨੂੰ. Birmingham. ਆਪਣੀ ਬੱਚੀ coming from school, 13-14 ਸਾਲ ਦੀ, 15 ਸਾਲ ਦੀ, ਇੱਕ ਹਫ਼ਤੇ ਲਈ she disappears. They drag her in, put her in a car. And then she's told the court of how many people were raping her for 1 week. That's in Birmingham. London, in the Met. These people are behind bars. London, they which are saying that they say that in London there is no problem, no problem, no problem. ਪਿਛਲੇ 6 ਮਹੀਨਿਆਂ ਦੇ ਵਿੱਚ ਇਨ ਦ ਲਾਸਟ 6 ਮੰਥਸ 500 ਸੀਰੀਅਸ ਅਲੀਗੇਸ਼ਨਸ ਹੈਵ ਬੀਨ ਮੇਡ ਆਫ ਸੈਕਸ਼ੂਅਲ ਅਬਿਊਸ ਵਿਚ 50 ਆਫ ਦਮ ਆਰ ਵੈਰੀ ਵੈਰੀ ਹਾਈ ਲੈਵਲ ਸੀਰੀਅਸ ਲੈਵਲ ਪੁੱਛਣ ਵਾਲਾ ਹੋਵੇ ਉਸ ਪੁਲਿਸ ਨੂੰ ਕਿ 6 ਮਹੀਨਿਆਂ ਵਿੱਚ ਤੁਹਾਨੂੰ 500 ਕੰਪਲੇਂਟ ਆ ਚੱਕੀ ਆ ਜਿਹੜੇ ਪਿਛਲੇ 30 ਸਾਲਾਂ ਵਿੱਚ ਤੁਸੀਂ ਕੀ ਕਰਦੇ ਸੀਗੇ ਪਰ ਕੋਈ ਪੁੱਛਣ ਵਾਲਾ ਹੈ ਨਹੀਂ ਹੈ ਨਾ ਪੁੱਛੇ ਕੌਣ ਅਸੀਂ ਡਰਦੇ ਹਾਂ ਕਿ ਸਾਡਾ ਨਾਂ ਨਾ ਖਰਾਬ ਹੋਵੇ ਸਾਡੀ ਸਟੇਟਸ ਨਾ ਖਰਾਬ ਹੋਵੇ ਲੈਂਕਿਸ਼ਰ 3 ਬ੍ਰਦਰਸ 34, 37, 39 ਤਿੰਨ ਭਰਾ ਬੱਚੀਆਂ ਦਾ ਰੇਪ ਕਰ ਰਹੇ ਆ ਜਦੋਂ ਜੇ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਦੇ ਦੇਖੋ ਨਾ ਅੰਦਰ ਅੰਦਰ ਤੇ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਆ ਫੈਮਿਲੀ ਬਿਜ਼ਨਸਿਸ ਆਕਸਫੋਰਡ ਇੱਥੇ ਦੀ ਗੌਰਮੈਂਟ ਵੀ ਹਿੱਲੀ ਤਾਂ ਹੀ ਆ ਇਸ ਕੇਸ ਦਾ ਕਰਕੇ ਆਕਸਫੋਰਡ ਇਜ਼ ਅ ਵੈਰੀ ਬਿਊਟੀਫੁਲ ਸਿਟੀ ਗ੍ਰੀਨ ਲੀਫੀ ਏਰੀਆ ਆਕਸਫੋਰਡ ਯੂਨੀਵਰਸਿਟੀ ਵਰਲਡ ਵਾਈਡ ਨੋਨ ਯੂ ਵੁੱਡ ਨਾਟ ਥਿੰਕ ਕਿ ਆਕਸਫੋਰਡ ਦੇ ਵਿੱਚ ਵੀ ਇਹ ਬਿਮਾਰੀ ਇੱਦਾਂ ਦੀ ਚੀਜ਼ ਹੋ ਸਕਦੀ ਆ ਆਕਸਫੋਰਡ ਦੇ ਵਿੱਚ ਆਹ ਗਰੁੱਪ ਸੀ ਇਦੋਂ ਇਹ ਵੱਡਾ ਗਰੁੱਪ ਸੀ ਪਰ ਇਹਨਾਂ ਨੂੰ ਸਜ਼ਾ ਹੋਈ ਇਹ ਪਿਛਲੇ ਸਾਲ ਜਨਵਰੀ ਦੇ ਵਿੱਚ ਇਹ ਕੇਸ ਚੱਲਦਾ ਸੀ ਅਸੀਂ ਵੀ ਕੋਰਟ ਦੇ ਵਿੱਚ ਸੀਗੇ ਸਾਡਾ ਵੀ ਕੇਸ ਚੱਲਦਾ ਸੀ ਇੱਕ ਉਤਲੇ ਦੋ ਭਰਾ ਆ ਇੱਧਰਲੇ ਦੋ ਭਰਾ ਆ ਆਹ ਦੋ ਭਰਾ ਆ 11 ਸਾਲ ਦੀ ਬੱਚੀ ਸੀ ਇਹਨਾਂ ਦੇ ਕੋਲ ਇੱਕ ਬੱਚੀ ਨੇ ਸਾਹਮਣੇ ਆਣ ਕੇ ਦਿਲ ਕੱਢ ਕੇ ਤੇ ਉਹਨੇ ਦੱਸਿਆ ਕਿ ਮੇਰੇ ਨਾਲ ਕੀ ਹੋਇਆ ਅਨੇਕਾਂ ਬੱਚੀਆਂ ਸੀ ਇਹਨਾਂ ਦੇ ਕੋਲ ਇਸ ਗਰੁੱਪ ਦੇ ਵਿੱਚ ਓਲਡੈਸਟ ਬੰਦਾ ਪਤਾ ਕਿੰਨੀ ਏਜ ਸੀ ਹੈਵ ਅ ਗੈਸ 81 ਈਅਰ ਓਲਡ ਐਨ 81 ਈਅਰ ਓਲਡ ਸਾਡਾ ਕੇਸ ਚੱਲਦਾ ਸੀਗਾ ਇੱਕ ਸਿੱਖਾਂ ਦੀ ਬੱਚੀ ਦਾ ਲੁੱਟਣ ਤੋਂ ਓਲਡ ਬੇਲੀ ਵਿੱਚ ਅਸੀਂ ਫਿਰ ਉਸ ਕੇਸ ਦੇ ਵਿੱਚ ਵੀ ਆਉਂਦੇ ਸੀ ਤੇ ਇਸ ਕੇਸ ਦੇ ਵਿੱਚ ਵੀ ਜਾਂਦੇ ਸੀ ਇਸ ਕੇਸ ਦੇ ਵਿੱਚ ਜਦੋਂ ਬੱਚੀ ਜਿੱਦਣ ਬੱਚੀ ਨੇ ਬਿਆਨ ਦਿੱਤੇ ਹੈ ਨਾ ਬੱਚੀ ਨੇ ਖੜੀ ਹੋ ਕੇ ਮੋਹਰੇ ਜਦੋਂ ਬਿਆਨ ਦਿੱਤੇ ਕਹਿੰਦੀ ਮੇਰੀ ਹੇਅਰ ਪਿੰਨ ਕੱਢੀ ਇਹਨਾਂ ਨੇ ਟੁੱਕ ਤੇ ਹੇਅਰ ਪਿੰਨ ਮੋਲਡਡ ਇਟ ਇਨ ਟੂ ਐਨ ਐਮ ਫੋਰ ਮੁਹੰਮਦ ਕੁਰਾ ਉਹਨੂੰ ਐਨ ਗਰਮ ਕਰਕੇ ਨਾ ਲਾਲ ਕਰਕੇ ਤੇ ਬੱਚੀ ਦੇ ਇੱਥੇ ਉਹਨਾਂ ਨੇ ਬ੍ਰੈਂਡ ਕਰ ਦਿੱਤਾ ਜਿਵੇਂ ਆਪਾਂ ਜਾਨਵਰ ਨੂੰ ਕਰਦੇ ਹੁੰਦੇ ਆ ਕਿ ਇਹ ਮੇਰਾ ਜਾਨਵਰ ਆ ਦਿਸ ਬਿਲੋਂਗਸ ਟੂ ਮੀ ਦਿਸ ਇਜ਼ ਮਾਈ ਪ੍ਰੋਪਰਟੀ ਇਟਸ ਹੈਪਨਿੰਗ ਇਨ ਕੋਰਟ ਐਂਡ ਵੈਨ ਯੂ ਸੀ ਦ ਪਿਕਚਰਸ ਇਨ ਕੋਰਟ ਜਿਹਨਾਂ ਅਸੀਂ ਕੋਰਟ ਦੇ ਪਿਕਚਰਾਂ ਦੇਖੀਆਂ ਸਾਡੇ ਕੋਲ ਦੇਖ ਨਹੀਂ ਸੀ ਹੁੰਦਾ ਤੇ ਬੱਚੀ ਆਪਣੇ ਬਿਆਨ ਦਿੰਦੀ ਹੈ ਨਾ ਤਿੰਨ ਦਿਨ ਲਈ ਗਾਇਬ ਹੋ ਗਈ ਤੇ ਸਾਰਿਆਂ ਨੇ ਸਮਝਿਆ ਸੀ ਕੇਸ ਕਲੈਪਸ ਹੋ ਜਾਣਾ ਕਿਉਂਕਿ ਜੇ ਬੱਚੀ ਨਾ ਬਿਆਨ ਦੇਊਗੀ ਤਾਂ ਕੇਸ ਕਲੈਪਸ ਹੋ ਜਾਣਾ ਤਿੰਨਾਂ ਦਿਨਾਂ ਬਾਅਦ ਬੱਚੀ ਲੱਭੀ ਫਿਰ ਮੁੜ ਕੇ ਉਹਨੇ ਆਪਣਾ ਫਿਨਿਸ਼ ਕੀਤਾ ਦੀਸ ਪੀਪਲ ਆਰ ਬਿਹਾਈਂਡ ਬਾਰਸ ਦੇ ਸਕਾਟਲੈਂਡ ਯਾਰਡ 500 ਬੱਚੀਆਂ ਦੀ ਕੰਪਲੇਂਟ ਪਿਛਲੇ 6 ਮਹੀਨਿਆਂ ਦੇ ਵਿੱਚ ਦਰਜ ਹੋਈ ਹੋਈ ਆ ਟੂ ਦ ਪੁਲਿਸ
ਜਿਹੜੀ ਇੱਕ ਪੁਲਿਸ ਫੋਰਸ ਕਹਿੰਦੀ ਸੀ ਸਾਡਾ ਕੋਈ ਵੀ ਕੇਸ ਹੈ ਨੀਗਾ ਹੁਣ ਸਾਡੇ ਨਾਲ ਮੈਟ ਵੀ ਗੱਲ ਕਰਦੀ ਆ ਹੈਮਸ਼ਰ ਪੁਲਿਸ ਵੀ ਗੱਲ ਕਰਦੀ ਆ ਉਧਰ ਸਲਾਹ ਵਾਲੀ ਵੀ ਗੱਲ ਕਰਦੀ ਆ ਸਾਰੀਆਂ ਪੁਲਿਸ ਫੋਰਸਾਂ ਹੁਣ ਗੱਲ ਕਰਦੀਆਂ There's 54 gangs. 54 gangs have been as well have been targeted. In jinnan nu police nu pata as well unna di research kar raha 54 gangs. Tusi apna UK da map dekh lo koi edda di nahi jithe koi koi vi jagah khali nahi ga. Every town ਦੇ ਵਿੱਚ ਇਹ ਪ੍ਰੋਬਲਮ ਆ ਦੇਖੋ ਹੁਣ ਤਾਂ ਮੁਸਲਮਾਨ ਵੀ ਕਹਿਣ ਲੱਗ ਪਏ ਆ ਇਰਫਾਨ ਜਿਹੜਾ ਇਹ ਕ੍ਰਿਸਟੀ ਮਾਨ ਆ ਜਿਹੜਾ ਉਹ ਕਹਿ ਰਿਹਾ ਦਿਸ ਇਜ਼ ਬਿਯੋਂਡ ਦ ਲਿਮਿਟਸ ਆਫ ਈਵਿਲ ਇੱਕ ਮੁਸਲਮਾਨ ਮੌਲਵੀ ਹੋ ਕੇ ਕਹਿ ਰਿਹਾ ਕਿ ਇਹ ਸਾਡੇ ਘਰ ਦੇ ਵਿੱਚ ਬਹੁਤ ਵੱਡੀ ਬਿਮਾਰੀ ਆ ਪਰ ਬੋਲਦੇ ਬਹੁਤ ਥੋੜਾ ਥੋੜਾ ਕੋਈ ਟਾਵਾਂ ਟਾਵਾਂ ਹੀ ਬੋਲਦਾ ਇਸ ਵੇਲੇ ਡਾਕਟਰ ਤਾਜ ਆ ਗਏ ਜਿਹੜਾ ਆਕਸਫੋਰਡ ਦੇ ਕੇਸ ਤੋਂ ਬਾਅਦ ਇਜ਼ ਅ ਪ੍ਰੋਫੈਸਰ ਇਜ਼ ਅ ਪੀਐਚਡੀ ਗਾਇ ਇਹਨਾਂ ਨੇ ਆਪ ਕਹਿੰਦਾ ਕਿ ਕਹਿੰਦਾ ਸਾਡੇ ਸਾਡੇ ਧਰਮ ਦੇ ਚੱਕ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਆ ਇਹਨੂੰ ਲੋਕਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਗਾਲਾਂ ਕੱਢੀਆਂ ਇਹਨੂੰ ਕਿਉਂਕਿ ਸੱਚ ਬੋਲਦਾ ਸੀ This baby is from Birmingham. Muslim Women's Network. ਇਹਨਾਂ ਨੇ 30 ਕੇਸ ਦੀ ਸਟੱਡੀ ਜਿਹੜੀ ਗੌਰਮੈਂਟ ਨੂੰ ਦਿੱਤੀ ਜਿਸ ਦੇ ਵਿੱਚ ਇੱਕ ਉਹਨਾਂ ਨੇ ਕੇਸ ਸੀਗਾ ਆਪਣੀ ਬੱਚੀ ਉਹਦਾ ਬਰਥਡੇ ਸੀਗਾ 15ਵਾਂ ਬਰਥਡੇ ਸੀ ਉਹਦਾ ਉਹਦੀਆਂ ਸਹੇਲੀਆਂ ਜਿਹੜੀਆਂ ਸੀ ਪਾਕਿਸਤਾਨਣੀਆਂ ਉਹਨਾਂ ਨੇ ਇਹ ਆਖਿਆ ਕਿ ਤੇਰਾ ਬਰਥਡੇ ਆਪਾਂ ਆਪਣੇ ਘਰ ਮਨਾਉਣਾ ਵਨ ਸੈਲੀਬ੍ਰੇਟ ਯੋਰ ਬਰਥਡੇ ਆ ਹਸ ਮਗਰ ਇਹ ਖੇਡਦੇ ਤੇ ਪਰਿਵਾਰ ਇੱਕ ਦੂਵੇ ਨੂੰ ਜਾਣਦੇ ਸੀ ਉਹਨਾਂ ਨੇ ਆਪਣੀ ਬੱਚੀ ਭੇਜ ਦਿੱਤੀ ਉੱਥੇ ਬੱਚੀ ਨੇ ਥੱਲੇ ਕੇਕ ਕੱਟਿਆ ਹਰ ਕੋਈ ਬੱਚਾ ਜਿਹੜਾ ਪ੍ਰੈਜ਼ੈਂਟ ਮੰਗਦਾ ਉਹਨੂੰ ਪ੍ਰੈਜ਼ੈਂਟ ਉੱਤੇ ਦਿਸੇ ਨਹੀਂ ਜਦੋਂ ਪ੍ਰੈਜ਼ੈਂਟ ਨਹੀਂ ਦਿਸੇ ਉਹਨੇ ਪੁੱਛਿਆ ਵੇਅਰ ਇਜ਼ ਮਾਈ ਪ੍ਰੈਜ਼ੈਂਸ ਉਹ ਕਹਿੰਦੀ ਤੇਰੇ ਪ੍ਰੈਜ਼ੈਂਟ ਉੱਪਰ ਆ ਉਹਦੀਆਂ ਸਹੇਲੀਆਂ ਕਹਿੰਦੀਆਂ ਤੇਰੇ ਪ੍ਰੈਜ਼ੈਂਟ ਉੱਪਰ ਆ ਜਦੋਂ ਉੱਪਰ ਗਈ ਹੈ ਨਾ 30 ਬੰਦਿਆਂ ਨੇ ਉਹ ਬੱਚੀ ਦਾ ਰੇਪ ਕੀਤਾ ਸੋਰੀ 6 ਬੰਦਿਆਂ ਨੇ ਉਸ ਬੱਚੀ ਦਾ ਰੇਪ ਕੀਤਾ 6 ਬੰਦਿਆਂ ਨੇ ਨਾਲੇ ਉਹ ਜਾਣਦੇ ਸੀ ਇਹ ਤਾਂ ਆਪਣੇ ਮਨ ਦੇ ਵਿੱਚ ਪ੍ਰਣ ਕਰ ਲਓ ਜੇ ਕੋਈ ਤੁਹਾਡੇ ਸਕੂਲ ਦਾ ਦੋਸਤ ਹੈ ਕਾਲਜ ਦਾ ਦੋਸਤ ਹੈ ਦੋਸਤੀ ਬਾਹਰ ਹੀ ਛੱਡੋ ਘਰ ਦਾ ਆਉਣਾ ਜਾਣਾ ਨਹੀਂ ਹੋਣਾ ਚਾਹੀਦਾ ਜੇ ਕੋਈ ਤੁਹਾਡਾ ਬਿਜ਼ਨਸ ਦੇ ਵਿੱਚ ਹੈ ਜਾਂ ਤੁਹਾਡੇ ਕੰਮ ਕਾਰ ਦੇ ਵਿੱਚ ਹੈ ਉੱਥੇ ਰਹਿਣਾ ਛੱਡ ਦਿਓ ਉੱਥੇ ਇਸੇ ਰਿਪੋਰਟ ਦੇ ਵਿੱਚ ਮੈਂ ਉਹਨਾਂ ਦੀ ਗੱਲ ਕਰਦਾ ਹੁਣ ਉਹਨਾਂ ਨੇ ਇੱਕ ਬੱਚੀ ਦਾ 30 ਬੰਦਿਆਂ ਨੇ ਰੇਪ ਕੀਤਾ ਇੱਕ ਬੱਚੀ ਦਾ 30 ਜਿਹਦੇ ਵਿੱਚ ਕੁੜੀ ਦਾ ਬਾਪ ਵੀ ਸੀ ਤੇ ਕੁੜੀ ਦਾ ਭਰਾ ਵੀ ਸੀ 30 ਇਹ ਸਾਰੀ ਰਿਪੋਰਟ ਪੇਸ਼ ਹੋਈ ਹੋਈ ਆ ਲੈਟਸ ਕਮ ਅ ਬਿਟ ਟੂ ਅਸ ਲਾਸਟ ਈਅਰ ਕਈਆਂ ਨੂੰ ਜਿਹੜੇ ਨਿਊਜ਼ਪੇਪਰ ਪੜ੍ਹਦੇ ਆ ਜਾਂ ਇੰਟਰਨੈਟ ਤੇ ਜਾਂਦੇ ਆ ਜਾਂ ਖੋਜ ਰੱਖਦੇ ਇਹਨਾਂ ਚੀਜ਼ਾਂ ਦੀਆਂ ਤੁਹਾਨੂੰ ਪਤਾ ਹੋਣਾ ਕਿ ਪਿਛਲੇ ਤੋਂ ਪਿਛਲੇ ਸਾਲ ਸਾਡਾ ਇੱਕ ਆ ਹੁਣ ਕੇਸ ਚੱਲਦਾ ਐਕਚੁਅਲੀ ਇਟਸ ਇਨ ਐਕਚੁਅਲੀ ਕੋਰਟ ਨਾਓ ਨੌਜਵਾਨਾਂ ਦਾ ਪਰ ਇਹ ਬੱਚੀ ਸਿੱਖਾਂ ਦੀ ਬੱਚੀ ਦੀਵਾਲੀ ਵਾਲੇ ਦਿਨ ਉੱਥੇ ਲੈਸਟਰ ਦੇ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਉਹ ਸਾਰਾ ਮੈਲਟਨ ਰੋਡ ਲਾਈਟਾਂ ਲਾਈਆਂ ਗਈਆਂ ਦੀਵਾਲੀ ਦੀਆਂ ਜਿੱਦਾਂ ਮੇਲਾ ਲੱਗਾ ਹੁੰਦਾ ਤਾਂ ਉੱਥੇ ਤੁਰੀ ਜਾਂਦੀ ਆ ਅਤੇ ਆਪਣਾ ਉੱਥੇ ਸਿੰਘਾਂ ਨੇ ਬੰਦੀ ਛੋੜ ਦਿਵਸ ਮਨਾ ਰਿਹਾ ਸੀ ਜੁਆਇੰਟ ਪ੍ਰੋਗਰਾਮ ਕਰ ਰਿਹਾ ਸੀ
ਤੇ ਇਸ ਬੱਚੀ ਪੰਜ ਛੇ ਬੰਦੇ ਆਏ ਇਸ ਬੱਚੀ ਦੇ ਨਾਲ ਇਦਾਂ ਗੱਲਾਂ ਬਾਤਾਂ ਕਰਨ ਲੱਗ ਪਏ ਉਹਦੀਆਂ ਸਹੇਲੀਆਂ ਦੇ ਨਾਲ ਵੀ ਗੱਲਾਂ ਬਾਤਾਂ ਕਰਨ ਲੱਗ ਪਏ ਤੇ ਬਾਈ ਦੀ ਐਂਡ ਆਫ ਦ ਨਾਈਟ ਟੈਲੀਫੋਨ ਜਿਹੜੇ ਆ ਐਕਸਚੇਂਜ ਕਰ ਲਿਆ ਇੱਕ ਦੋ ਨੇ ਕਿਉਂਕਿ ਆਪਣੇ ਆਪਣੇ ਨਿਆਣੇ ਇੰਨੇ ਭੋਲੇ ਆ ਇੱਕਦਮ ਆਪਣਾ ਟੈਲੀਫੋਨ ਦੇ ਦਿੰਦੇ ਆ ਇਸ ਬੱਚੀ ਦੀ ਸਭ ਤੋਂ ਵੱਡੀ ਗਲਤੀ ਜਿਹੜਾ ਟੈਲੀਫੋਨ ਦੇ ਦਿੱਤਾ ਦੂਜੇ ਦਿਨ ਹੀ ਫੋਨ ਆਉਣ ਲੱਗ ਪਿਆ ਜਾਂ ਚੱਲੀਏ ਆਪਾਂ ਖਾਣ ਪੀਣ ਨੂੰ ਚੱਲੀਏ ਦੂਜੇ ਤੀਜੇ ਦਿਨ ਹੀ ਜਾ ਕੇ ਨਹਾਉਂਦੇ ਖਾਣ ਪੀਣ ਨੂੰ ਬਹੁਤ ਸੋਹਣਾ ਖਿਲਾਇਆ ਨਾਈਸ ਰੈਸਟੋਰੈਂਟ ਨਾਈਸ ਫਿਲਮ ਐਵਰੀਥਿੰਗ ਨਾਈਸ ਥਰਡ ਡੇ ਲੈਟਸ ਗੋ ਆਊਟ ਅਗੇਨ ਔਨ ਦ ਥਰਡ ਡੇ ਸੈਕਿੰਡ ਔਰ ਥਰਡ ਡੇ ਅਕੋਰਡਿੰਗ ਟੂ ਹਰ ਆ ਜਿਹੜੀ ਪਾਰਕ ਆ ਨਾ ਇੱਥੇ ਉਹਨੂੰ ਲੈ ਗਿਆ ਗੱਡੀ ਵਿੱਚ ਇੱਕੋ ਹੀ ਸੀ ਪਰ ਜਦੋਂ ਇੱਥੇ ਗਏ ਤਿੰਨ ਹੋਰ ਪਿੱਛੇ ਖੜੇ ਸੀ ਇੱਥੇ ਉਸ ਬੱਚੀ ਦਾ ਰੇਪ ਕੀਤਾ ਸਿੱਖਾਂ ਦੀ ਬੱਚੀ ਦਾ ਰੇਪ ਕਰਕੇ ਉਹਦੀਆਂ ਫੋਟੋਆਂ ਖਿੱਚੀਆਂ ਫਿਰ ਉਹਨੂੰ ਬਲੈਕਮੇਲ ਕਰਦੇ ਰਹੇ ਸਾਡੇ ਕੋਲ ਜਦੋਂ ਕੇਸ ਆਇਆ ਨਾ ਇੱਦਾਂ ਹੀ ਜਿੱਦਾਂ ਆਪਾਂ ਅੱਜ ਇੱਥੇ ਆਏ ਹਾਂ ਅਸੀਂ ਯੂਨੀਵਰਸਿਟੀ ਆਫ ਲੈਸਟਰ ਦੇ ਵਿੱਚ ਸਾਡਾ ਲੈਕਚਰ ਸੀ ਅਤੇ 250 ਲੈਕਚਰ ਥੀਏਟਰ ਐਨ ਭਰਿਆ ਹੋਇਆ ਸੀ ਅਤੇ ਸਾਨੂੰ ਐਟ ਦੀ ਐਂਡ ਸਾਨੂੰ ਇੱਕ ਬਾਪ ਆਇਆ ਸਾਡੇ ਕੋਲ ਤੋਂ ਕਹਿੰਦਾ ਵੀ ਭਾਈ ਸਾਹਿਬ ਜਿੰਨੀਆਂ ਵੀ ਤੁਸੀਂ ਗੱਲਾਂ ਕੀਤੀਆਂ ਕਿ ਮੈਨੂੰ ਮੇਰਾ ਲੱਗਦਾ ਕਿ ਮੇਰੀ ਬੱਚੀ ਦੇ ਨਾਲ ਆ ਕਈ ਕੁਛ ਹੋ ਰਿਹਾ ਪਰ ਉਹ ਦੱਸ ਨਹੀਂ ਰਹੀ ਸਾਨੂੰ ਮੈਂ ਕਿਹਾ ਕੋਈ ਨਹੀਂ ਟਿਊਜ਼ਡੇ ਦੀ ਗੱਲ ਆ ਅਸੀਂ ਸੈਚਰਡੇ ਅਸੀਂ ਬੱਚੀ ਨੂੰ ਮਿਲਣ ਗਏ ਲੈਸਟਰ ਦੇ ਵਿੱਚ 15 ਕੁ ਮਿੰਟ ਬੱਚੀ ਨਾਲ ਆਇਆ ਬੱਚੀ ਦੱਸਣ ਲੱਗ ਪਈ ਸਾਨੂੰ ਅਤੇ 5 ਮਿੰਟਾਂ ਬਾਅਦ ਮੈਨੂੰ ਉਹਨੂੰ ਰੋਕਣਾ ਪਿਆ ਮੈਂ ਕਿਹਾ ਬੇਟਾ ਜਸਟ ਸਟੌਪ ਫੋਰ ਅ ਮਿੰਟ ਕਹਿੰਦੀ ਕੀ ਹੋਇਆ ਅੰਕਲ ਆਈ ਸੇਡ ਆਈ ਜਸਟ ਵਾਂਟ ਟੂ ਗੋ ਟੂ ਦ ਬਾਥਰੂਮ I'm in front of Maharaj, I'm saying you, when I went to the bathroom, minu ulti aap karni pai. I had to vomit. Ki kosu minu ne 10 minta vich hi suna reya si. Char char, panch panch, che che bande bhog karde si ohde naal. Schoolo onu sadd lena. College de vich baithi nu jadon ohda lesson finish hona, jadon free lesson hunda si, 12 vaje utthe gaddi mohre khadi honi. ਗੱਡੀ ਚੁੱਕ ਕੇ ਹੋਟਲਾਂ ਵਿੱਚ ਪਾਰਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਲੈ ਕੇ ਜਾਂਦੇ ਸੀ ਫਿਰ ਉਹਨੂੰ ਨਸ਼ਿਆਂ 'ਤੇ ਲਾ ਦਿੱਤਾ ਡਰੱਗਸ 'ਤੇ ਲਾ ਦਿੱਤਾ ਆਪਣੀ ਧੀ ਨੂੰ ਆ ਉਹਦੀਆਂ ਲੱਤਾਂ ਇਸ ਵੇਲੇ ਯੂ ਨੋ ਅਬਾਊਟ 3 ਮੰਥਸ ਅਗੋ ਹੁਣ ਤਾਂ 1.5 ਸਾਲ ਕੇਸ ਨੂੰ ਵੀ ਸਾਲ ਹੋ ਗਿਆ ਅਗਸਤ ਵਿੱਚ ਪਿਛਲੇ ਉਹ ਅਗਸਤ ਦੇ ਵਿੱਚ 31 ਤਰੀਕ ਨੂੰ ਕੇਸ ਫਿਨਿਸ਼ ਪਹਿਲੀ ਵੀਕ ਦੇ ਵਿੱਚ ਅਗਸਤ ਵਿੱਚ ਕੇਸ ਫਿਨਿਸ਼ ਹੋਇਆ 31 ਤਰੀਕ ਨੂੰ ਉਹਨਾਂ ਨੂੰ ਮੁਸਲਮਾਨਾਂ ਨੂੰ ਸਜ਼ਾ ਹੋਈ ਅਸੀਂ 4 ਹਫ਼ਤੇ ਇਸੇ ਸ਼ਹਿਰ ਦੇ ਵਿੱਚ ਰਹਿ ਕੇ 4 ਹਫ਼ਤੇ ਬੱਚੀ ਨੂੰ ਪੁੱਛ ਪੁੱਛ ਕੇ ਸਾਰਾ ਇਨਫੋਰਮੇਸ਼ਨ ਜਿੰਨਾ ਇਕੱਠਾ ਕਰਕੇ 19 ਦਸੰਬਰ ਅਸੀਂ ਪੁਲਿਸ ਨੂੰ ਕੇਸ ਦਿੱਤਾ 19 ਦਸੰਬਰ ਨੂੰ ਪੁਲਿਸ ਨੂੰ ਕੇਸ ਦਿੱਤਾ ਪਰ 2 ਤਰੀਕ ਜਨਵਰੀ ਨੂੰ ਇਹਦੇ ਫਿਰ 4-5 ਜਣੇ ਇਹਦਾ ਰੇਪ ਕਰ ਰਹੇ ਆ ਤੇ 3 ਕੁ ਮਹੀਨੇ ਪਿੱਛੇ ਨਾ ਇਹਨੇ ਆਪਣੇ ਸਰੀਰ ਵਿੱਚ 209 ਕੱਟ ਮਾਰੇ ਜਿੱਥੇ ਜਿੱਥੇ ਵੀ ਹੱਥ ਪਹੁੰਚਦਾ ਸੀ ਹਨਾ ਉੱਥੇ ਉੱਥੇ ਕੱਟ ਮਾਰੇ ਬਿਕੋਜ਼ ਆਪਣੇ ਸਰੀਰ ਨੂੰ ਇੰਨਾ ਹੇਟ ਕਰ ਰਹੀ ਆ ਹੁਣ legs, stomach, so ਇਹ BBC 1 ਦੇ ਉੱਤੇ ਵੀ ਅਸੀਂ ਇਹ ਕੇਸ ਜਿਹੜਾ ਅਸੀਂ ਕਾਫੀ ਹਾਈਲਾਈਟ ਕੀਤਾ ਪ੍ਰੋਗਰਾਮ ਤਾਂ ਅਸੀਂ ਬਹੁਤ ਵੱਡੇ ਪੱਧਰ 'ਤੇ ਘੰਟੇ ਦਾ ਪ੍ਰੋਗਰਾਮ ਬਣਾਉਣਾ ਸੀ ਪਰ ਉਹਨਾਂ ਨੇ ਪੋਲੀਟੀਕਲ ਪ੍ਰੈਸ਼ਰ ਦੇ ਨਾਲ 1/2 ਘੰਟਾ ਪ੍ਰੋਗਰਾਮ ਦਿੱਤਾ ਲੰਡਨ ਦੇ ਵਿੱਚ ਅਤੇ ਸੈਟਲਾਈਟ ਦੇ ਵਿੱਚ ਰਾਹੀਂ ਪਰ ਆਹ ਕੇਸ ਕਾਫੀ ਉੱਥੇ ਐਕਸਟੈਂਸਿਵਲੀ ਉਹਨਾਂ ਨੇ ਦਿਖਾ ਲਿਆ ਸੀ
ਸੋ ਮੈਂ ਇਹੀ ਤੁਹਾਨੂੰ ਕਹਿਣ ਲੱਗਾ ਵੀ ਜਿਹੜੀ ਸਾਡੀ ਜਿਹੜੀ ਜਿਹੜੀ ਇਹ ਜਥੇਬੰਦੀ ਆ ਸਿੱਖ ਅਵੇਅਰਨੈਸ ਸੁਸਾਇਟੀ ਇਹ ਖਾਲੀ ਇਹ ਨਹੀਂ ਕਿ ਇੱਥੇ ਆਪਾਂ ਸਟੇਜ ਤੋਂ ਆਪਾਂ ਗੱਲਾਂ ਬਾਤਾਂ ਕਰ ਜਾਈਏ ਇਟਸ ਨਾਟ ਅਬਾਊਟ ਜਸਟ ਹਾਈਲਾਈਟਿੰਗ ਅ ਪ੍ਰੋਬਲਮ ਵੀ ਹੈਲਪ ਯੂ ਫਰੋਮ ਏ ਟੂ ਜ਼ੀ ਜਦੋਂ ਸਾਨੂੰ ਫੋਨ ਕਾਲ ਆਉਂਦਾ ਹੈ ਨਾ ਅਸੀਂ ਆਪਣੇ ਰਿਸੋਰਸਿਸ ਸੈੱਟ ਦੇਈਦੇ ਆ ਡਿਪੈਂਡਿੰਗ ਅਪੋਨ ਦ ਸੀਰੀਅਸਨੈਸ ਆਫ ਦ ਕੇਸ And we're still talking to this bachi. Every night I'm still talking to her. Phir kalli jadon ik bachi jandi aa na, kalli bachi nu nahi counsel karna penda. Maa nu add, baap nu add, bhain bhara nu add, bachi nu add. Kyunki eh na hove ki je bachi assi mud ke leaunne aa, te maa baap hi nahi samjhde. Te maa baap ohnu bachi nu gaalaan kaddan, bachi ne mud ke phir bahar hi bhajna hai na. So we have to counsel the whole thing. Ik bachi jandi aa. ਕਾਫੀ ਸਾਡੇ ਰਿਸੋਰਸਿਸ ਜਿਹੜੇ ਹੈਗੇ ਆ ਇਸ ਚੀਜ਼ ਦੇ ਚ ਲੱਗਦੇ ਜਸਟ ਔਨ ਕਾਉਂਸਲਿੰਗ ਪਹਿਲੀ ਤਾਂ ਗੱਲ ਆ ਬੱਚੀ ਨੂੰ ਲੱਭਣਾ ਹੀ ਬੜਾ ਔਖਾ ਹੋ ਜਾਂਦਾ ਜਦੋਂ ਲੱਭ ਪੈਂਦੀ ਆ ਫਿਰ ਜਿਹੜਾ ਗੰਦ ਇੱਥੇ ਸਿਸਟਮ ਦੇ ਵਿੱਚ ਵਿਆਹ ਉਹ ਕੱਢਣਾ ਸਾਲਾਂ ਲੱਗ ਜਾਂਦੇ ਆ ਲੁੱਟਣ ਦੇ ਵਿੱਚ ਆ ਰੋਂਗ ਆ ਜਿਹੜੀ ਰਿਲੇਸ਼ਨਸ਼ਿਪ ਆ ਮੈਂ ਬੱਚਿਆਂ ਨੂੰ ਇਹ ਸਪੈਸ਼ਲੀ ਇਸ ਕੇਸ ਦੀ ਯੂਨੀਵਰਸਿਟੀ ਵਿੱਚ ਅਸੀਂ ਗੱਲਾਂ ਕਰ ਦਿੰਦੇ ਹਾਂ ਸਾਡੀਆਂ ਬੱਚੀਆਂ ਅੱਜ ਕੱਲ੍ਹ ਕਹਿੰਦੇ ਇਟਸ ਮਾਈ ਲਾਈਫ ਆਈ ਨੋ ਵਾਟ ਆਮ ਡੂਇੰਗ ਐਂਡ ਐਵਰੀਥਿੰਗ ਲਾਈਕ ਦੈਟ ਆਈ ਨੋ ਵਾਟਸ ਬੈਸਟ ਫੋਰ ਮੀ ਇਦਾਂ ਹੀ ਸਾਨੂੰ ਇੱਕ ਬੱਚੀ ਲੁੱਟਣ ਦੇ ਵਿੱਚ ਆਪਣੀ ਮਾਂ ਨੂੰ ਕਹਿੰਦੀ ਕਿ ਮੈਂ ਇੱਕ ਮੁਸਲਮਾਨ ਮੁੰਡੇ ਦੇ ਨਾਲ ਵਿਆਹ ਕਰਨਾ ਕਾਲਜ ਦੇ ਵਿੱਚ ਉਹਨਾਂ ਦੀ ਰਿਲੇਸ਼ਨਸ਼ਿਪ ਹੋ ਗਈ ਮਾਂ ਨੇ ਦੋ ਸਾਲ ਪਿੱਟੀ ਕੁੜੀ ਨੇ ਕਈ ਵਾਰੀ ਘਰੋਂ ਭੱਜ ਜਾਣਾ ਮੁੜ ਕੇ ਫਿਰ ਲਿਆਉਣਾ ਫਿਰ ਭੱਜ ਜਾਣਾ ਫਿਰ ਲਿਆਉਣਾ ਫਿਰ ਵਿਚਾਰੀ ਮਾਂ ਨੇ ਇੱਕ ਵਾਰੀ ਸਾਨੂੰ ਫੋਨ ਕੀਤਾ ਸਾਡੀ ਹੈਲਪਲਾਈਨ 'ਤੇ ਕਿਉਂਕਿ ਹਰ ਕੋਈ ਬੰਦਾ ਇਹ ਸੋਚਦਾ ਵੀ ਹੁਣ ਸਾਡੇ ਹੱਥ ਖੜੇ ਆ ਹੁਣ ਸਾਨੂੰ ਕਿਸੇ ਨੂੰ ਦੱਸਣਾ ਹੀ ਪੈਣਾ ਮਾਂ ਨੇ ਸਾਨੂੰ ਫੋਨ ਕੀਤਾ ਅਸੀਂ ਕਿਹਾ ਬੇਟਾ ਬੱਚੀ ਨੂੰ ਇੱਥੇ ਲੈ ਆਓ ਜੇ ਘਰ ਆ ਅਤੇ ਉੱਦਣ ਮਦਰਸ ਡੇ ਸੀਗਾ ਅਤੇ ਮਾਂ ਨੇ ਉਹਨੂੰ ਬੱਚੀ ਨੂੰ ਕਿਹਾ ਕਿ ਚੱਲ ਤਿਆਰ ਹੋ ਤਾਂ ਆਪਾਂ ਜਾਣਾ ਆਪਾਂ ਕਿਸੇ ਨੂੰ ਮਿਲਣ ਜਾਣਾ ਉਹ ਕਹਿੰਦੀ ਮਾਮ ਆਮ ਓਨਲੀ ਗੋਇੰਗ ਬਿਕੋਜ਼ ਇਟਸ ਮਦਰਸ ਡੇ ਦਿਸ ਇਜ਼ ਮਾਈ ਗਿਫਟ ਟੂ ਯੂ ਐਂਡ ਆਈ ਡੋਂਟ ਗਿਵ ਅ ਡੈਮ ਮੈਂ ਵਿਆਹ ਉੱਥੇ ਹੀ ਕਰਨਾ ਤੁਸੀਂ ਜਦੋਂ ਮਰਜ਼ੀ ਕਰ ਲਿਓ ਅਤੇ ਜਦੋਂ ਗੁਰਦੁਆਰੇ ਅਸੀਂ ਆਪਣੇ ਬਾਬਾ ਸੰਘ ਗੁਰਦੁਆਰੇ ਹਾਈ ਸਟਰੀਟ ਦੇ 'ਚ ਅਸੀਂ ਲੈਕਚਰ ਕਰ ਰਹੇ ਸੀਗੇ ਉਹ ਬੱਚੀ ਸਾਨੂੰ ਮਿਲੀ ਅਤੇ ਇੰਨੀ ਉਹ ਬੱਚੀ ਚੀਕੀ ਸੀਗੀ ਆਉਂਦੀ ਸਾਨੂੰ ਕਹਿੰਦੀ ਤੂੰ ਜੇ ਕੁਛ ਮਰਜ਼ੀ ਕਰ ਲਾ ਅੰਕਲ I'm going to marry this girl, I'll marry this boy. ਮੈਂ ਕਿਹਾ ਵੀ ਯੂ ਡੂ ਵਰ ਐਵਰ ਯੂ ਲਾਈਕ ਉਹ ਤਾਂ ਤੇਰੀ ਮਰਜ਼ੀ ਆ ਪਰ ਇੱਦਾਂ ਆ ਕਿ ਥੋੜ੍ਹਾ ਜਿਹਾ ਸਾਨੂੰ ਇੱਕ ਦੋ ਮਹੀਨੇ ਦੇ ਜੇ ਤੂੰ ਇੱਕ ਦੋ ਮਹੀਨਿਆਂ ਵਿੱਚ ਫੀਲ ਕਰਦੀ ਆ ਕਿ ਤੇਰਾ ਮਨ ਨਹੀਂ ਚੇਂਜ ਹੋਇਆ ਦੈਨ ਯੂ ਕੈਰੀ ਔਨ ਹੈ ਨਾ ਤਿੰਨਾਂ ਮਹੀਨਿਆਂ ਦੇ ਵਿੱਚ ਸਾਧ ਸੰਗਤ ਜੀ ਉਹਦਾ ਮਨ ਚੇਂਜ ਹੋ ਗਿਆ ਉਹਨੂੰ ਆਪੇ ਮਹਿਸੂਸ ਹੋ ਗਿਆ ਕਿ ਜੇ ਕੁਛ ਮੈਂ ਕਰਦੀ ਹਾਂ ਗਲਤ ਕਰ ਰਹੀ ਹਾਂ ਥਰੂ ਦ ਕਾਉਂਸਲਿੰਗ ਅਤੇ ਉਸ ਸਾਲ ਅਸੀਂ ਅਮਰੀਕਾ ਨੂੰ ਜਾਣਾ ਸੀ ਅਤੇ ਸਾਨੂੰ ਕਹਿੰਦੀ ਅੰਕਲ ਕੈਨ ਆਈ ਗੋ ਟੂ ਦ ਕੈਂਪ ਵਿਦ ਯੂ ਮੈਂ ਕਿਹਾ ਯੈਅ ਉਹਦੀ ਵੱਡੀ ਗਲਤੀ ਇਹ ਉਹਨੇ ਆਪਣੀ ਸਹੇਲੀ ਨੂੰ ਦੱਸ ਦਿੱਤਾ ਉਹ ਪਾਕਿਸਤਾਨਣ ਸੀ ਉਹ ਕੁੜੀ ਸੀ ਉਹਦੀ ਰਿਸ਼ਤੇਦਾਰ ਮੁੰਡੇ ਦੀ ਉਹ ਮੁੰਡੇ ਨੂੰ ਦੱਸ ਦਿੱਤਾ ਵੀ ਤੇਰੇ ਨਾਲ ਹੁਣ ਕੰਮ ਟੁੱਟ ਗਿਆ ਤੇਰਾ ਉਸ ਮੁੰਡੇ ਨੇ ਉਹਨੂੰ ਕੁੜੀ ਨੂੰ ਫੋਨਾਂ ਕਰਕੇ ਮਿੰਟਾਂ ਕਰਕੇ ਤਰਲੇ ਕੱਢ ਕੇ ਮਿੰਟ ਕਰਕੇ ਕੁੜੀ ਨੂੰ ਕਹਿੰਦਾ ਗਿਮੀ ਫਾਈਵ ਮਿੰਟਸ The kudi goes to the park, sees him for the last time. According to the police report, 10 past 3, they reach the park. 3:15, this girl is raped. 3:20, this girl is raped again. 3:25, for the third time, the girl's raped. And then, they take a scissors. ਉਹਦੇ ਪੱਟ ਦੇ ਉੱਤੇ ਹੈ ਨਾ ਹੀ ਰਿਪਡ ਹਰ ਥਾਈ ਐਂਡ ਹੀ ਪ੍ਰਿੰਟਡ ਹਿਸ ਨੇਮ ਉਹਨੇ ਆਪਣਾ ਨਾਂ ਨਾ ਇੱਥੇ ਐਨ ਪਾਤਾ ਅਤੇ ਨਾਲੇ ਵੀ ਕਿਹਾ ਕਿ ਜਦੋਂ ਕੋਈ ਸਿੱਖ ਦੇਖੂਗਾ ਹੈ ਨਾ ਤੇਰੇ ਨਾਲ ਕਿਸੇ ਵੀ ਵਿਆਹ ਨਹੀਂ ਕਰਨਾ ਕਿਉਂਕਿ ਮੇਰਾ ਸਾਈਨ ਇੱਥੇ ਉਹਨੂੰ ਪਹਿਲਾਂ ਪਤਾ ਲੱਗ ਜਾਣਾ ਵੀ ਯੂ ਆਲਰੇਡੀ ਬੀਨ ਵਿਦ ਅ ਪਾਕਿਸਤਾਨੀ ਗਾਇ ਜਦੋਂ ਅਸੀਂ ਉਹ ਜਦੋਂ ਪੁਲਿਸ ਸਟੇਸ਼ਨ ਉਹਨਾਂ ਰਿਪੋਰਟ ਲਿਖਾਉਣ ਗਏ
ਪੁਲਿਸ ਦੀ ਵੀ ਇੰਨੀ ਸਟੂਪਿਡਿਟੀ ਦੇਖ ਲਓ ਕਿ ਉਹਨਾਂ ਨੇ ਇੱਕ ਚਾਰਜ ਪਤਾ ਕੀ ਲਾਇਆ ਕਾਮਨ ਅਸਾਲਟ ਦਾ ਫਿਰ ਸਾਨੂੰ ਜਦੋਂ ਪਤਾ ਸਾਰੇ ਨੌਜਵਾਨਾਂ ਨੂੰ ਪਤਾ ਲੱਗਾ ਉਸ ਇਲਾਕੇ ਵਿੱਚ ਅਸੀਂ ਪੁਲਿਸ ਨੂੰ ਮਿਲਣ ਗਏ ਪੁਲਿਸ ਕਹਿੰਦੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਆਲਰੇਡੀ ਕੇਸ ਜਿਹੜਾ ਹੈਗਾ ਦਰਜ ਹੋਇਆ ਆ ਤੋ ਸਾਹਮਣੇ ਇੱਥੇ ਡਿਊਲ ਕੈਰਿਜ ਵੇ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਅਸੀਂ ਵੀ ਜਿੰਨੀਆਂ ਬੀਬੀਆਂ ਸੀ ਸਾਰੀਆਂ ਉੱਥੇ ਧਰਨਾ ਲਾ ਕੇ ਬਹਿ ਗਈਆਂ ਨਾ ਕੋਈ ਗੱਡੀ ਲੁੱਟਣ ਦੇ ਵਿੱਚ ਜਾਵੇ ਨਾ ਕੋਈ ਬਾਹਰ ਆਵੇ ਅੱਧੇ ਘੰਟੇ ਵਿੱਚ ਪੁਲਿਸ ਆ ਗਈ ਬਾਹਰ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਤੁਸੀਂ ਦੱਸੋ ਸਹੀ ਕੀ ਆ ਕੀ ਮੰਗ ਆ ਕੀ ਨਹੀਂ ਰਾਤ ਸਵੇਰ ਨੂੰ 3 ਵਜੇ ਸਵੇਰ ਨੂੰ ਸਾਡਾ ਉਹ ਮੋਰਚਾ ਮੁੱਕਿਆ 11 ਵਜੇ ਜਹਾਜ਼ ਫੜਨਾ ਅਮਰੀਕਾ ਜਾਣ ਨੂੰ 3 ਵਜੇ ਅਸੀਂ ਸੜਕਾਂ ਦੇ ਸੀਗੇ ਲੁੱਟਣ ਦੇ ਵਿੱਚ ਸੋ ਦਿਸ ਇਜ਼ ਨੋਟ ਜਸਟ ਅਬਾਊਟ ਸਟੈਂਡਿੰਗ ਹੇਅਰ ਵਿਦ ਅ ਮਾਈਕ ਇਨ ਮਾਈ ਹੈਂਡ ਐਂਡ ਟਾਕਿੰਗ ਟੂ ਯੂ ਅਬਾਊਟ ਕੇਸਿਸ ਮੈਨੂੰ ਕਈ ਕਹਿੰਦੇ ਸੀ ਅਸੀਂ ਸੇਵਾ ਕਰਨੀ ਆਪਾਂ ਅਸੀਂ ਚੁੱਪ ਕਰਕੇ ਰਹਿਣੀ ਅਸੀਂ ਆਹ ਕਰਨੀ ਅਸੀਂ ਇੱਦਾਂ ਕਰਨੀ ਸੇਵਾ ਯੂ ਨੋ ਵਾਟ ਜੇ ਸੇਵਾ ਕਰਨੀ ਤਾਂ ਡਟ ਕੇ ਕਰੋ ਨਹੀਂ ਤਾਂ ਆਪਾਂ ਨਾ ਹੀ ਕਰੀਏ ਉਸ ਬੱਚੀ ਨੂੰ ਫਿਰ ਅਸੀਂ ਕੈਨੇਡਾ ਛੱਡ ਕੇ ਆਏ ਮੁੜ ਕੇ ਹੁਣ ਇਸ ਮੁਲਕ ਦੇ ਚ ਹੈਗੀ ਆ ਲਿਆਂਦੀ ਆ ਪਰ ਉਹਨੂੰ ਟਾਈਮ ਉਹਦਾ ਕੇਸ ਜਦੋਂ ਮੁੜ ਕੇ ਕੇਸ ਸੀਗਾ ਉਹਦਾ ਕੇਸ ਤੋਂ ਫਿਰ ਅਸੀਂ ਮੁੜ ਕੇ ਛੱਡ ਕੇ ਆਏ ਕੈਨੇਡਾ ਉਹਨੂੰ ਟੂ ਗਿਵ ਅ ਨਿਊ ਲਾਈਫ ਅ ਨਿਊ ਸਟਾਰਟ ਸਾਡੀਆਂ ਇਸ ਵੇਲੇ 16 ਬੱਚੀਆਂ ਆ ਜਿਹੜੀਆਂ ਇਸ ਵੇਲੇ ਇੱਥੇ ਦਾ ਜੰਮ ਪਾ ਲਿਆ ਯੂਕੇ ਦਾ ਜਿਹੜਾ ਅਸੀਂ ਬਾਹਰ ਭੇਜੀਆਂ ਹੋਈਆਂ ਯੂਕੇ ਤੋਂ ਕੋਈ ਕੈਨੇਡਾ ਆ ਕੋਈ ਅਮਰੀਕਾ ਬੈਠੇ ਕੋਈ ਇੰਡੀਆ ਵਿੱਚ ਬੈਠੇ ਆ ਬੜੂ ਸਾਹਿਬ ਸੋ ਇਹ ਸੋਸਾਇਟੀ ਜਿਹੜੀ ਸਿਰਫ ਤੇ ਸਿਰਫ ਆਪਾਂ ਇੱਥੇ ਅਵੇਅਰਨੈਸ ਨਹੀਂ ਆਪਾਂ ਇਹ ਜਿਹੜੀ ਸੋਸਾਇਟੀ ਆ ਇਹ ਤੁਹਾਡਾ ਪੂਰਾ ਸਹਿਯੋਗ ਦਊਗੀ ਸਪੈਸ਼ਲੀ ਬੱਚੀ ਦਾ ਪੂਰਾ ਸਹਿਯੋਗ ਕਿ ਬੱਚੀ ਨੂੰ ਨਵੀਂ ਲਾਈਫ ਮੁੜ ਕੇ ਮਿਲ ਜਾਵੇ ਨਵਾਂ ਜੀਵਨ ਦਿਸ ਗਰਲ ਵਾਸ 13 ਇਹ ਮਤ ਸਮਝੋ ਕਿ ਇਕੱਲੇ ਗਰੀਬ ਜਾਂ ਇਲਾਕਿਆਂ ਵਿੱਚ ਇਹ ਕੰਮ ਹੁੰਦਾ ਇਹ ਬੱਚੀ ਪਿੰਡ ਬਾਹਰ ਪਿੰਡ ਆ ਲੈਸਟਰ ਤੋਂ ਲੈਸਟਰਸ਼ਰ ਦੇ ਵਿੱਚ ਪਿੰਡ ਆ ਇੱਕ ਬੜੀ ਪ੍ਰਾਈਵੇਟ ਸਕੂਲ ਦੀ ਪੜ੍ਹਦੀ ਕੁੜੀ ਇਹ 13 ਸਾਲ ਦੀ ਸੀ ਜਦੋਂ ਇਹਦੇ ਨਾਲ ਹੋਇਆ ਆਈ ਐਮ ਗੋਇੰਗ ਟੂ ਗੋ ਇਨਟੂ ਦ ਹੋਲ ਸਟੋਰੀ ਬਟ ਕਹਿੰਦੀ ਮੈਂ ਸਕੂਲੇ ਕਲਾਸ ਦੇ ਵਿੱਚ ਬੈਠੀ ਹੁੰਦੀ ਸੀ ਜਦੋਂ ਮੈਨੂੰ ਟੈਕਸਟ ਮੈਸੇਜ ਆਇਆ ਨਾ ਕਿ ਜਦੋਂ ਤੇਰਾ ਲੰਚ ਬ੍ਰੇਕ ਹੋ ਗਿਆ ਬਾਹਰ ਆ ਜੀ ਬਾਹਰ ਵੱਡੀ ਵੈਨ ਹੁੰਦੀ ਸੀ ਸਪ੍ਰਿੰਟਰ ਵੈਨ ਉੱਥੇ ਬਾਹਰ ਖੜੀ 4-4 ਬੰਦੇ ਵੈਨ ਦੇ ਵਿੱਚ ਵਿਚਾਰੀ ਦੇ ਨਾਲ 13 ਤੋਂ 15 ਸਾਲ ਤੱਕ ਇੱਦਾਂ ਹੁੰਦਾ ਰਿਹਾ ਉਹ 2 ਸਾਲ ਉਸ ਬੱਚੀ ਨਾਲ ਹੁੰਦਾ ਰਿਹਾ ਪਰ ਮਾਪੇ ਇੰਨੇ ਬਿਜ਼ੀ ਸੀ ਪੈਸੇ ਬਣਾਉਣ ਦੇ ਵਿੱਚ ਬਿਜ਼ਨਸਾਂ ਚਲਾਉਣ ਦੇ ਵਿੱਚ ਜਦੋਂ ਇਸ ਬੱਚੀ ਨੂੰ ਹਲੇ ਵੀ ਕਾਉਂਸਲਿੰਗ ਕਰਦੇ ਜਦੋਂ ਅਸੀਂ ਨਾ ਲਾਸਟ ਈਅਰ ਅਸੀਂ 2-3 ਵੀਕਾਂ ਨਹੀਂ ਸੀ ਟਾਈਮ ਦੇ ਸਕਦੇ ਇਹਨੂੰ ਅਤੇ ਇਸ ਬੱਚੀ ਨੇ ਸਾਨੂੰ ਪੁੱਛਿਆ ਕਿ ਅੰਕਲ ਕਿ ਤੁਸੀਂ ਮੈਨੂੰ ਅੱਜ ਕੱਲ੍ਹ ਫੋਨ 'ਤੇ ਤੁਸੀਂ ਮੈਨੂੰ ਜਾਂ ਤੁਸੀਂ ਆਉਂਦੇ ਨਹੀਂ ਮੇਰੇ ਕੋਲ ਕਾਉਂਸਲਿੰਗ ਕਰਨ ਲਈ ਮੈਂ ਕਿਹਾ ਬੇਟਾ ਅਸੀਂ ਬਿਜ਼ੀ ਬਹੁਤ ਹਾਂ ਕਿਹੜੀ ਚੀਜ਼ ਦੇ 'ਚ ਬਿਜ਼ੀ ਅਸੀਂ ਕਿਹਾ ਅਸੀਂ BBC ਦੀ ਡਾਕੂਮੈਂਟਰੀ ਤਿਆਰ ਕਰ ਰਹੇ ਹਾਂ ਸਾਨੂੰ ਕਈ ਪਾਸੇ ਜਾਣਾ ਪੈਂਦਾ ਅਤੇ ਕਹਿੰਦੀ ਡਾਕੂਮੈਂਟਰੀ ਕਿਹੜੀ ਚੀਜ਼ 'ਤੇ ਮੈਂ ਕਿਹਾ ਸੈਕਸ਼ੂਅਲ ਗਰੂਮਿੰਗ 'ਤੇ ਅਤੇ ਕਹਿੰਦੀ ਅੰਕਲ ਜੀ ਮੈਂ ਆਪਣੀ ਵੀ ਸਟੋਰੀ ਦੱਸ ਸਕਦੀ ਹਾਂ ਅਤੇ ਸਾਧ ਸੰਗਤ ਜੀ ਮੈਂ ਤੁਹਾਨੂੰ ਜਦੋਂ ਕੈਮਰਾਮੈਨ ਸੀ ਨਾ 2 ਜਿਹੜੇ ਸੀ ਇੱਕ ਕਾਲਾ ਸੀ ਗੋਰਾ ਸੀਗਾ ਪੁਲਿਸ ਸੀਗਾ ਜਦੋਂ ਫਿਲਮਿੰਗ ਕਰਦੇ ਸੀਗੇ ਉਹ ਦੋਨੋਂ ਕੈਮਰਾਮੈਨ ਰੋਂਦੇ ਸੀਗੇ ਜਦੋਂ ਉਹਦੀ ਬੱਚੀ ਦੀ ਸਟੋਰੀ ਸੁਣਦੇ ਸੀ ਕੈਨ ਯੂ ਇਮੈਜਿਨ ਅ 13-year-old ਗਰਲ ਨਾਟ ਹੈਵਿੰਗ ਅ ਲੰਚ ਬ੍ਰੇਕ ਬਟ ਸ਼ੀ ਇਜ਼ ਗੋਇੰਗ ਇਨਟੂ ਅ ਵੈਨ ਐਂਡ ਸ਼ੀ ਇਜ਼ ਕਮਿੰਗ ਅਪ ਸ਼ੀ ਇਜ਼ ਬੀਨ ਰੇਪਡ ਬਾਈ 4-5 ਡਿਫਰੈਂਟ ਪੀਪਲ ਐਵਰੀ ਡੇ ਐਂਡ ਗੋਇੰਗ ਬੈਕ ਐਂਡ ਸ਼ੀ ਇਜ਼ ਗੋਟ ਅ ਸਟੱਡੀ ਇਟਸ ਵੈਰੀ ਹਾਰਡ ਟੂ ਇਮੈਜਿਨ ਦੈਟ So we're not just dealing with little cases. We're dealing with very serious cases, the Sikh Awareness Society. Leicester de vich bade case to baad 6 case assi police nu ditte aa. Ik case de vich police kehndi koi vi problem nahi gayi. 3 din baad unna nu pata lagga. Main keh jehda sanu 3 din pehlo pata lag janda
ਤੁਹਾਨੂੰ ਕਿਉਂ ਬਾਅਦ ਵਿੱਚ ਪਤਾ ਲੱਗਦਾ ਐਂਡ ਵੀ ਡੋਨਟ ਗੈਟ ਪੇਡ ਸਾਧ ਸੰਗਤ ਜੀ ਵੀ ਵੱਡ ਖੇਸਿਸ ਵੀ ਪਾਰਕਾਂ ਦੇ ਵਿੱਚੋਂ ਸ਼ਾਪਿੰਗ ਮੋਲਾਂ ਦੇ ਵਿੱਚੋਂ ਸਿਨੇਮਿਆਂ ਦੇ ਵਿੱਚੋਂ ਬੱਚੀਆਂ ਦੇ ਅਟੈਕ ਹੋ ਰਿਹਾ ਤੁਸੀਂ ਕਿੱਥੇ ਆਪਣਾ ਨਿਆਣਾ ਭੇਜੋਗੇ ਇਸ ਨਾ ਦਾ ਕਲਾਸਿਕ ਕੇਸ ਆਪਾਂ ਪਹਿਲਾ ਬੰਦੀ ਛੋੜ ਦਿਵਸ ਦੀਵਾਲੀ ਦੀ ਗੱਲ ਕੀਤੀ ਆਹ ਕੇਸ ਲੰਡਨ ਦਾ ਕੇਸ ਆ ਬਾਰਕਿੰਗ ਦੇ ਵਿੱਚ ਨਗਰ ਕੀਰਤਨ ਜਿਹੜਾ ਨਿਕਲਦਾ ਈਸਟ ਲੰਡਨ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚੋਂ ਬੱਚੀ ਨੂੰ ਇਹ ਵੀ ਆਪਾਂ ਬੀਬੀਸੀ ਵਨ 'ਤੇ ਦਿਖਾ ਲਿਆ ਸੀ ਇਹ ਬੱਚੀ ਦੇ ਆਪਦੇ ਵਰਡਿੰਗ ਆ ਕਿ ਕੜੇ ਪਾ ਕੇ ਆਏ ਖੰਡੇ ਆ ਸੋਨੇ ਦੇ ਖੰਡੇ ਪਾਏ ਹੋਏ ਸੀ ਨੈਕਲੈਸਿਸ 84 ਦੀਆਂ ਟੀ ਸ਼ਰਟਾਂ ਪਾਈਆਂ ਆਈਆਂ ਸੀ ਉੱਤੇ ਪੱਟ ਕੇ ਬੰਨੇ ਹੋਏ ਸੀਗੇ ਖੰਡੇ ਵਾਲੇ ਇਹ ਬੱਚੀ ਨੇ ਸਮਝਿਆ ਵੀ ਇਹ ਸਿੱਖ ਹੀ ਆ ਗੁਰੂ ਨੇ ਤਾਂ ਸਾਨੂੰ ਡੈਫੀਨੇਸ਼ਨ ਦਿੱਤੀ ਆ ਸਾਡੀ ਅਸੀਂ ਕਦੀ ਨਹੀਂ ਭੁਲੇਖਾ ਖਾ ਸਕਦੇ ਗੁਰੂ ਨੇ ਤਾਂ ਮੇਰੇ ਨੇ ਇਹ ਆਖਿਆ ਕਿ ਲੱਖਾਂ ਵਿੱਚੋਂ ਮੇਰਾ ਸਿੱਖ ਪਛਾਣਿਆ ਜਾਊਗਾ ਪਰ ਅਸੀਂ ਸਿੱਖ ਜਿਹੜਾ ਅੱਜ ਕੱਲ੍ਹ ਦਾ ਉਹ ਕੇਸਾਂ ਦੀ ਕੀਮਤ ਨਹੀਂ ਰੱਖਦਾ ਕਤਲ ਕਰਦੇ ਹਾਂ ਹੁਣ ਜਿਹੜਾ ਕੋਈ ਕੜਾ ਪਾ ਕੇ ਤਾਂ ਆਪਣਾ ਮਾੜਾ ਜਿਹਾ ਪਟਕਾ ਬੰਨ ਲਵੇ ਆਪਾਂ ਉਹਦੀ ਅਸਿਊਮ ਕਰ ਲੈਂਦੇ ਹਾਂ ਸਿੱਖ ਆ ਸੋ ਪ੍ਰੋਬਲਮ ਸਾਡੇ ਵਿੱਚ ਵੀ ਆ ਬਟ ਦੇਖੋ ਪੰਜ ਕਿੰਨਾ ਪਲੈਨਿੰਗ ਦੇ ਨਾਲ ਗਏ ਆ ਉਸ ਨਗਰ ਕੀਰਤਨ ਦੇ ਵਿੱਚ ਵੀ ਕੱਪੜੇ ਵੀ ਉੱਦਾਂ ਦੇ ਪਾ ਕੇ ਖੰਡੇ ਵੀ ਪਾ ਕੇ ਕੜੇ ਵੀ ਪਾ ਕੇ ਅਤੇ ਬੱਚੀਆਂ ਇਸ ਬੱਚੀਆਂ ਦੇ ਨਾਲ ਇਸ ਆਪਣੀਆਂ ਸਹੇਲੀਆਂ ਦੇ ਨਾਲ ਤੁਰੀ ਆਪਣੀ ਫੈਮਿਲੀ ਦੇ ਨਾਲ ਗਲਤੀ ਕੀ ਹੋ ਗਈ ਆ ਅੱਜ ਕੱਲ੍ਹ ਦੇ ਬੱਚੇ ਆਪਾਂ ਵੀ ਬਹੁਤ ਲਿਬਰਲ ਮਾਈਂਡਡ ਹੋ ਗਏ ਹਾਂ ਆਪਾਂ ਵੀ ਇਹ ਕਹਿੰਦੇ ਕਿ ਕੋਈ ਆਪਾਂ ਆਪਣੇ ਬੱਚਿਆਂ ਨੂੰ ਵੀ ਇਹ ਦੱਸਦੇ ਅੱਜ ਕੱਲ੍ਹ ਬੱਚੇ ਅਰੇਂਜ ਮੈਰਿਜ ਨੂੰ ਨਹੀਂ ਮੰਨਦੇ ਅਤੇ ਆਪਾਂ ਇਹ ਕਹਿੰਦੇ ਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਹੋਵੇ ਸਿੱਖ ਜੇ ਤੁਹਾਨੂੰ ਤੁਹਾਡੀ ਜੀਵਨ ਦੇ ਵਿੱਚ ਕੋਈ ਹੈਗਾ ਤਾਂ ਸਾਨੂੰ ਦੱਸੋ ਅਤੇ ਬੱਚੇ ਅੱਜ ਕੱਲ੍ਹ ਟੈਲੀਫੋਨ ਝੱਟ ਹੀ ਦੇ ਦਿੰਦੇ ਆ ਜੇ ਸਿੱਖ ਨੂੰ ਸਿੱਖ ਹੋਵੇ ਚਲੋ ਦਿਸ ਨਥਿੰਗ ਰੋਂਗ ਵਿਦ ਦੈਟ ਬਟ ਦੇ ਵਰਨਟ ਸਿੱਖਸ ਐਂਡ ਵਾਟ ਹੈਪਨਡ ਕਪਲ ਆਫ ਟਾਈਮਸ ਟੂ ਦ ਪਿਕਚਰਸ ਮੈਕਡੋਨਲਡਸ ਦੇ ਵਿੱਚ ਉਹਦੀ ਕੋਕ ਦੇ ਵਿੱਚ ਉਹਨਾਂ ਨੇ ਡਰੱਗ ਪਾਈ ਫਿਰ ਗੱਡੀ ਵਿੱਚ ਲੈ ਕੇ ਕੁੜੀ ਦਾ ਰੇਪ ਕੀਤਾ ਕੁੜੀ ਨੂੰ ਫੇਰ ਵੀ ਨਹੀਂ ਪਤਾ ਲੱਗਾ ਪਰ ਕੁੜੀ ਸਵੇਰ ਨੂੰ ਬਹੁਤ ਫੀਲ ਫਨੀ ਕਰ ਰਹੀ ਸੀ ਤਾਂ ਦੋ ਤਿੰਨ ਦਿਨ ਉਹਨੂੰ ਹੈ ਨਾ ਉਹਨੂੰ ਟਕਾ ਨਹੀਂ ਸੀ ਆਉਂਦਾ ਬਿਕੋਜ਼ ਸਮਥਿੰਗ ਹੈਪਨ ਟੂ ਹਰ ਬਾਡੀ ਸ਼ੀ ਡਸ ਨੋ ਫਿਰ ਉਹ ਮੁੰਡੇ ਨੂੰ ਸੱਦਦੀ ਆ ਮੁੜ ਕੇ ਕਿ ਮੈਂ ਤੈਨੂੰ ਮੁੜ ਕੇ ਮਿਲਣਾ ਨਹੀਂ ਬਿਕੋਜ਼ ਆਈ ਫੀਲ ਸਮਥਿੰਗ ਡੋਜੀ ਇਜ਼ ਹੈਪਨ ਟੂ ਮੀ ਅਤੇ ਉਹ ਮੁੰਡਾ ਕਹਿੰਦਾ ਕਿ ਵਟਸ ਹੈਪਨ ਕਈ ਉਹਨਾਂ ਦੀ ਡਿਸਕਸ਼ਨ ਉਹ ਕੁੜੀ ਕਹਿੰਦੀ ਮੈਂ ਤੈਨੂੰ ਮੁੜ ਕੇ ਮਿਲਣਾ ਨੀਗਾ ਹੁਣ ਕੁੜੀ ਤੁਰ ਪੈਂਦੀ ਆ ਉੱਠ ਕੇ ਮੁੰਡਾ ਆਵਾਜ਼ ਮਾਰਦਾ ਹੈ ਕਮ ਬੈਕ ਯੂ ਕਾਂਟ ਗੋ ਅੰਟਿਲ ਆਈ ਟੈਲ ਯੂ ਉਹਨੇ ਫਿਰ ਕੈਮਰੇ ਵਿੱਚ ਇੱਦਾਂ ਪਿਕਚਰ ਕੱਢੀ ਆ ਤੇਰੀ ਪਿਕਚਰ ਆ ਕੁੜੀ ਦੀ ਨੰਗੀ ਦੀ ਫੋਟੋ ਸੀ ਤਾਂ ਕੁੜੀ ਨੇ ਕਿਹਾ ਸਿੱਖ ਇੱਦਾਂ ਦੇ ਕੰਮ ਨਹੀਂ ਕਰਦੇ ਹੁੰਦੇ ਤਾਂ ਉਹਦਾ ਜਵਾਬ ਇਹ ਸੀ ਕਿ ਵੀ ਹਾਈ ਯੂ ਨੋ ਵਾਈ ਡੂ ਯੂ ਅਸਿਊਮ ਆਮ ਅ ਸਿੱਖ ਤੈਨੂੰ ਕਿਹਨੇ ਕਿਹਾ ਕਿ ਮੈਂ ਸਿੱਖ ਹਾਂ ਤਿੰਨ ਚਾਰ ਮਹੀਨੇ ਸਾਧ ਸੰਗਤ ਜੀ ਤਿੰਨ ਚਾਰ ਮਹੀਨੇ ਇੰਨਾ ਉਹਦਾ ਬੁਰਾ ਹਾਲ ਕੀਤਾ ਨਾ ਇਹਦੇ ਆਪਦੀ ਵਰਡਿੰਗ ਸੀਗੀ ਬੱਚੀ ਦੀ ਹਜ਼ਾਰ ਪੌਂਡ ਰਾਤ ਦਾ ਕਮਾ ਕੇ ਦੇਣਾ ਪੈਂਦਾ ਸੀ ਲੰਡਨ ਦੇ ਵਿੱਚ ਕਿੰਨਿਆਂ ਕੁ ਬੰਦਿਆਂ ਦੇ ਨਾਲ ਤੁਹਾਨੂੰ ਜਾਣਾ ਪੈਂਦਾ ਸੀ ਟੂ ਅਰਨ 1000 ਪਾਉਂਡਸ ਇਹਦੇ ਨਾਲ ਇੱਕ ਇਹਦੀ ਫਰੈਂਡ ਪੜ੍ਹਦੀ ਹੁੰਦੀ ਸੀਗੀ ਨਰਸਰੀ ਤੋਂ ਹੀ ਉਹਨੇ ਬੱਚੀ ਨੂੰ ਉਹਨੂੰ ਪਤਾ ਸਮਥਿੰਗ ਇਜ਼ ਰੋਂਗ ਵਿਦ ਮਾਈ ਫਰੈਂਡ ਉਹਦਾ ਹੈਲਥ ਵੀ ਡਾਊਨ ਹੋ ਗਿਆ ਉਹਦਾ ਵੇਟ ਵੀ ਡਾਊਨ ਹੋ ਗਿਆ ਉਹਦੀ ਸਕਿਨ ਵੀ ਫੋੜੇ ਜਿਹਾ ਹੋਣ ਲੱਗ ਪਿਆ ਉਹਦਾ ਸਕੂਲ ਵਰਕ ਵੀ ਡਾਊਨ ਹੋਣ ਲੱਗ ਪਿਆ ਉਸ ਬੱਚੀ ਨੇ ਬਹੁਤ ਕੁਛ ਪੁੱਛਿਆ ਉਹ ਬੱਚੀ ਨੇ ਪਰ ਦੱਸਿਆ ਨਹੀਂ ਕਿਸੇ ਨੂੰ ਫਿਰ ਉਹਨੇ ਨੰਬਰ ਦਿੱਤਾ ਸਾਡਾ ਉਹ ਕਹਿੰਦੀ ਵੀ ਜੇ ਤੂੰ ਸਾਡੇ ਨਾਲ ਨਹੀਂ ਗੱਲ ਕਰਨੀ ਦੇਰ ਇਜ਼ ਐਨ ਅੰਕਲ ਇਨ ਬਰਮਿੰਗਮ ਹੂ ਯੂ ਕੈਨ ਟਾਕ ਟੂ ਫਿਰ ਉਹ ਬੱਚੀ ਨੇ ਮੈਨੂੰ ਫੋਨ ਕੀਤਾ ਅੰਕਲ ਆਈ ਥਿੰਕ ਦੇਰ ਇਜ਼ ਅ ਪੋਟੈਂਸ਼ੀਅਲ ਕੇਸ ਹੇਅਰ
and I've given you a number. Main kaha theek hai beta, thanks very much. 3.5 weeks afterwards, this girl gives me a call, 1:30 in the night, or the morning. 1:30. 6 baje, asi naujawan kathe karke, asi ode ghar pahunch gaye si London. Jadon bachi ne sanu dassya, ki hoya, maape gaalan kadan bachi nu, asi bachi da samaan pack kita, bachi nu Birmingham lai anda. Birmingham asi onu mudke schoole daakhla lai ke ditta. ਮਹੀਨਾ 2 ਮਹੀਨੇ ਉੱਥੇ ਰੱਖੀ, ਪਤਾ ਨਹੀਂ ਕਿਵੇਂ 2 ਮਹੀਨੇ ਬਾਅਦ ਉਹ ਗਰੁੱਪ ਜਿਹੜਾ ਸੀ ਲੰਡਨ ਵਾਲਾ ਉੱਥੇ ਬਰਮਿੰਗਮ ਪਹੁੰਚ ਗਿਆ. ਬੱਚੀ ਦਾ ਸਕੂਲ ਤੋਂ ਫੋਨ ਆਇਆ ਕਿ ਬਾਹਰ ਆ ਜੇ ਵੋ ਆ, ਡਰੀ ਹੋਈ ਚੰਗੀ. ਫਿਰ ਅਸੀਂ ਗਏ, ਫਿਰ ਇੱਕ ਹੋਰ ਟਾਊਨ ਦੇ ਵਿੱਚ ਉਹਨੂੰ ਮੂਵ ਕੀਤਾ, ਉੱਥੇ ਵੀ ਇੱਦਾਂ ਹੀ. ਫਿਰ ਅਸੀਂ ਆਪ ਸਲਾਹ ਕੀਤੀ ਵੀ ਇਹ ਕੰਮ ਨਹੀਂ ਇੱਦਾਂ ਬਣਨਾ. ਇਸ ਬੱਚੀ ਨੂੰ ਫਿਰ ਅਸੀਂ ਅਮੈਰੀਕਾ ਛੱਡ ਕੇ ਆਏ, ਕੈਲੀਫੋਰਨੀਆ ਵਿੱਚ ਛੱਡ ਕੇ ਆਏ ਅਸੀਂ ਇਹਨੂੰ. ਉੱਥੇ ਪਰਿਵਾਰ ਸੇਵਾ ਕਰਦਾ ਸਾਡੇ ਨਾਲ, ਸਿੱਖ ਅਵੇਅਰਨੈਸ ਸੁਸਾਇਟੀ ਦੇ ਵਿੱਚ. ਉਹਨਾਂ ਦੇ ਫਾਰਮ ਦੇ ਉੱਤੇ ਅਸੀਂ ਛੱਡ ਕੇ ਆਏ ਉਹਨਾਂ ਦੇ ਵੀ ਤੁਸੀਂ ਇਸ ਬੱਚੀ ਨੂੰ ਸੰਭਾਲੋ ਸਾਡੇ ਲਈ, 6 ਮਹੀਨੇ ਸਾਲ ਖੰਡ ਜਿੰਨਾ ਚੱਕਰ ਇਹ ਸੈੱਟ ਨਹੀਂ ਆਉਂਦੀ. ਮਾਪਿਆਂ ਨੇ ਤਾਂ ਘਰੋਂ ਬਾਹਰ ਕੱਢ ਦਿੱਤੀ. ਸਤਸੰਗ ਜੀ, 700 ਪਾਉਂਡ ਦਾ ਟਿਕਟ ਮੇਰਾ ਲੱਗਾ, 775 ਦਾ, 600 ਕੋਸ ਦਾ ਇਹਦਾ ਲੱਗਾ, ਕਿਉਂਕਿ ਸ਼ੀ ਵਾਸ ਅੰਡਰ ਏਜ. ਤੇ 3 ਵੀਕਾਂ 4 ਵੀਕਾਂ ਸਾਨੂੰ ਕੰਮ ਤੋਂ ਭੰਨ ਕੇ ਲੈ ਕੇ ਜਾਣੀ ਪਈ ਬੱਚੀ ਉੱਥੇ. ਕਈ ਚੀਜ਼ਾਂ ਤਾਂ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ, ਸਾਰੀਆਂ ਚੀਜ਼ਾਂ ਤਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਵੀ ਕੀ ਕਿੱਦਾਂ ਕਿਵੇਂ ਕਰਦੇ ਕਿਵੇਂ ਨਹੀਂ ਕਰਦੇ, ਬਿਕੋਜ਼ ਦੈਟਸ ਓਪਨਿੰਗ ਅਪ ਟੂ ਮੱਚ. ਬਟ ਇੱਕ ਕੇਸ ਦੇ ਵਿੱਚ ਹੀ, ਇਹਦੇ ਕੇਸ ਦੇ ਵਿੱਚ ਹੀ ਸਾਡਾ 5,000 ਪਾਉਂਡ ਇੱਕ ਵੀਕ ਦੇ ਵਿੱਚ ਹੀ ਖੁੱਲ ਗਿਆ ਸੀ, 2 ਵੀਕਾਂ ਦੇ ਵਿੱਚ. ਇਹ ਬੱਚੀ ਹੁਣ ਯੂਨੀਵਰਸਿਟੀ ਦਾ ਅਪਲਾਈ ਕੀਤਾ, ਉੱਥੇ ਯੂਨੀਵਰਸਿਟੀ ਵਿੱਚ ਮਿਲ ਗਈ ਉੱਥੇ ਅਮਰੀਕਾ ਵਿੱਚ. ਸ਼ੀ ਕੇਮ ਸੈਕਿੰਡ ਇਨ ਦਾ ਹੋਲ ਹਾਈ ਸਕੂਲ ਜਿਹੜਾ ਇਹਦਾ ਸੀ. ਅਤੇ ਗੁਰੂ ਘਰ ਦੇ ਵਿੱਚ, ਲੋਕਲ ਗੁਰੂ ਘਰ ਦੇ ਵਿੱਚ ਉੱਥੇ ਪੜ੍ਹਾਉਂਦੀ ਵੀ ਆ, ਅਤੇ ਬੱਚੀ ਨੇ ਅੰਮ੍ਰਿਤ ਵੀ ਛਕਿਆ. ਸੋ ਕਿਵੇਂ ਕਿੱਦਾਂ ਬੱਚੀ ਦੀ ਲਾਈਫ ਚੇਂਜ ਹੋ ਗਈ ਜਦੋਂ ਸਪੋਰਟ ਮਿਲੀ. ਨੋਟ ਜੱਜਿੰਗ ਸਮਬਡੀ ਬਟ ਸਪੋਰਟਿੰਗ ਸਮਵਨ. ਤੇ ਹੁਣ ਮਾਪੇ ਕਹਿੰਦੇ ਆ ਕਿ ਅਸੀਂ ਆਪਣੀ ਬੱਚੀ ਨੂੰ ਮਿਲਣਾ, ਪਰ ਉਹ ਬੱਚੀ ਕਹਿੰਦੀ ਹੁਣ ਜਦੋਂ ਤੁਸੀਂ, ਮੈਂ ਨਹੀਂ ਤੁਹਾਨੂੰ ਮਿਲਣਾ ਹੁਣ, ਕਿਉਂਕਿ ਤੁਸੀਂ ਮੈਨੂੰ ਘਰੋਂ ਕੱਢਿਆ ਸੀ ਉਦੋਂ. ਹੁਣ ਸਾਡਾ ਸਾਰਾ ਜ਼ੋਰ ਲੱਗਾ ਕਿ ਪਰਿਵਾਰ ਇਕੱਠਾ ਹੋਵੇ ਮੁੜ ਕੇ. ਸੋ ਵਾਚ ਆਊਟ, ਇਸ ਪਰਿਵਾਰ ਦੀ ਵੀ ਗੱਲ ਕੀਤੀ ਇੱਥੋਂ ਬੱਚੀ. ਸਾਧ ਸੰਗਤ ਜੀ, ਮੈਂ ਤੁਹਾਨੂੰ ਦੱਸਦਾ, 2 ਕੁ ਮਹੀਨੇ ਦੀ ਗੱਲ ਆ, 2 ਮਹੀਨੇ ਦੇ ਉੱਤੇ ਦੀ ਗੱਲ ਹੀ ਹੋਣੀ ਆ. ਇੱਥੋਂ ਬੱਚੀ ਅਸੀਂ ਰਾਤ ਨੂੰ ਮੈਂ ਆਪ ਖੁਦ ਲੈ ਕੇ ਗਿਆ, ਕਿਉਂਕਿ ਇੱਥੇ ਉਹ ਡੈਂਜਰ ਦੇ ਵਿੱਚ ਸੀ. ਅਤੇ ਇਹਨਾਂ ਦੋਨਾਂ ਦੇ ਅਸੀਂ ਘਰ ਛੱਡ ਕੇ ਆਏ ਹਾਂ. ਇਹਨਾਂ ਦੀ ਆਪਦੀ 12 ਸਾਲ ਦੀ ਬੱਚੀ ਚੱਲ ਗਈ ਸੀ ਇਸ ਕੰਮ ਦੇ ਵਿੱਚ, ਪਰ ਇਸ ਪਰਿਵਾਰ ਨੇ 6 ਬੱਚੀਆਂ ਸਾਡੇ ਲਈ ਸਾਂਭੀਆਂ. 6 ਜਿਹੜਾ ਰੂਮ ਹੈ, ਜਿਹੜਾ ਇਹਨਾਂ ਦੀ ਬੱਚੀ ਦਾ ਰੂਮ ਸੀ, ਹੈ ਨਾ, ਇਹਨਾਂ ਨੇ ਖੁੱਲ੍ਹਾ ਦਿੱਤਾ ਹੈ ਕਿ ਜਿਹੜਾ ਮਰਜ਼ੀ ਜਦੋਂ ਵੀ ਤੁਹਾਨੂੰ ਕੋਈ ਲੋੜ ਆ, ਇਹ ਬੱਚੀ, ਕੋਈ ਵੀ ਬੱਚੀ ਨੂੰ ਕਿਤੇ ਵੀ ਦਿੱਕਤ ਆ, ਸਾਡੇ ਕੋਲ ਛੱਡ ਜਾਓ. ਪਰਿਵਾਰ ਦੀ ਬੜੀ ਸੇਵਾ ਆ, ਪਰ ਇਹਨਾਂ ਦੀ ਆਪਦੀ 12 ਸਾਲ ਦੀ ਬੱਚੀ ਚੱਲ ਗਈ ਸੀ. ਜਦੋਂ ਅਸੀਂ BBC 1 ਦੀ ਫਿਲਮ ਬਣਾ ਰਹੇ ਸੀ, ਅਸੀਂ ਇਸੇ ਗੁਰੂ ਘਰ ਵੀ ਆਏ ਸੀਗੇ. ਇੱਥੇ ਵੀ ਥੋੜ੍ਹੀ ਜਿਹੀ ਬੱਚੀਆਂ ਦੇ ਨਾਲ ਇੰਟਰਵਿਊ ਹੋਏ ਸੀਗੇ. ਅਸੀਂ ਲੀਡਸ ਤੋਂ ਆਏ ਸੀ ਉੱਦਣ, ਜਿੱਦਣ ਫਿਲਮਿੰਗ ਕਰਦੇ ਸੀ ਇੱਥੇ. ਅਸੀਂ ਜੇਲ੍ਹ ਦੇ ਵਿੱਚ ਵੀ ਗਏ ਸੀ. ਅਸੀਂ ਉਹਨਾਂ ਨੂੰ ਵੀ ਪੁੱਛ ਕੇ ਆਏ ਹਾਂ ਜਿਹੜੇ ਬੱਚੀਆਂ ਨੂੰ ਇੱਦਾਂ ਕਰਦੇ ਆ, ਵੀ ਤੁਸੀਂ ਕਿਉਂ ਕਰ ਰਹੇ ਹਾਂ, ਸਾਡੀਆਂ ਬੱਚੀਆਂ ਨੂੰ ਟਾਰਗੇਟ ਕਿਉਂ ਕਰ ਰਹੇ ਹਾਂ. ਐਸ ਇੱਕ ਗਰੂਮਰ ਦੇ ਨਾਲ ਤੁਹਾਨੂੰ BBC 1 ਦੇ ਤਾਂ ਉਹਨਾਂ ਨੇ ਕੱਟ ਕਰ ਦਿੱਤਾ ਸੀਗਾ, ਕਿਉਂਕਿ ਇਹ ਕਹਿੰਦੇ ਸੀ ਕਿ ਜ਼ਿਆਦਾ ਹੀ ਸਟਰੋਂਗ ਸਟੱਫ ਆ ਇਹ, ਕਿ ਐਵੇਂ ਨਾ ਕਿ 2 ਕੌਮਾ ਭੜਕ ਪੈਣ. ਪਰ ਇਸ ਬੰਦੇ ਨੇ ਸਾਡੇ ਸਾਹਮਣੇ ਕਿਹਾ ਕਿ ਸਿੱਖਾਂ ਦੀ ਬੱਚੀ ਨੂੰ ਪੱਟਣਾ ਬਹੁਤ ਸੌਖਾ ਸੀ. ਗਰਲਸ
are two things. They're like a good drink and a good dance. That's all. That's all we're known for. And the word that he used was the word slag. ਹੁਣ ਸਾਡੇ ਮਹਾਰਾਜ ਨੇ ਕੀ ਸਾਡੀਆਂ ਧੀਆਂ ਨੂੰ ਟਾਈਟਲ ਦਿੱਤਾ ਖੋ ਮੀਨਿੰਗ ਪ੍ਰਿੰਸੈਸ ਮਹਾਰਾਜ ਨੇ ਸਾਨੂੰ ਇਦਾਂ ਦੀ ਟਾਈਟਲ ਦੇ ਦਿੱਤਾ ਸਾਡੀਆਂ ਬੱਚੀਆਂ ਨੂੰ ਵੀ ਤੁਸੀਂ ਦੂਸਰੇ ਘਰ ਵੀ ਜਾਓਗੇ ਤੇ ਤੁਹਾਨੂੰ ਨਾਂ ਨਹੀਂ ਕਿਸੇ ਨੂੰ ਚੇਂਜ ਕਰਨਾ ਪੈਣਾ ਯੂ ਡੋਨਟ ਹੈਵ ਟੂ ਚੇਂਜ ਯੋਰ ਨੇਮ ਫੋਰ ਐਨੀਵਨ ਯੂ ਬੋਰਨ ਅ ਖੋ ਯੂ ਡਾਈ ਅ ਖੋ ਯੂ ਆਰ ਅ ਪ੍ਰਿੰਸੈਸ ਕਿਸੇ ਹੋਰ ਧਰਮ ਦੇ ਵਿੱਚ ਇਹ ਗੱਲ ਹੀ ਹੈ ਨਹੀਂਗੀ ਬਿਕੋਜ਼ ਯੂ ਹੈਵ ਵੈਨ ਯੂ ਗੋ ਦੇਅਰ ਯੂ ਹੈਵ ਟੂ ਅਡਾਪਟ ਦੇਅਰ ਨੇਮ ਮਹਾਰਾਜ ਕਹਿੰਦੇ ਯੂ ਡੋਨਟ ਹੈਵ ਟੂ ਅਡਾਪਟ ਐਨੀਬਾਡੀਜ਼ ਨੇਮ ਯੂ ਆਰ ਅ ਖੋ ਯੂ ਰਿਮੇਨ ਅ ਖੋ ਬਟ ਉਹੋ ਹੀ ਖੋਰ ਉਹੋ ਹੀ ਪ੍ਰਿੰਸੈਸ ਨੂੰ ਅੱਜ ਬਾਹਰਲੇ ਸਾਨੂੰ ਸਲੈਗ ਕਹਿ ਰਹੇ ਆ ਕਰਕੇ ਤੁਸੀਂ ਆਪ ਹੀ ਦੇਖ ਲਿਓ ਆਪ ਵਿਆਹ ਸ਼ਾਦੀਆਂ ਤੇ ਜਾਂਦੇ ਹੀ ਹੋਣੇ ਆ ਤੁਸੀਂ ਕੀ ਕੁਛ ਹੋ ਰਿਹਾ ਤੁਸੀਂ ਵਿਆਹ ਸ਼ਾਦੀਆਂ ਤੇ ਜਾਂਦੇ ਆਪਾਂ ਸਮਝਦੇ ਹਾਂ ਕਿ ਆਪਣੀਆਂ ਬੱਚੀਆਂ ਆਪਣੇ ਮੂਹਰੇ ਨੱਚਦੀਆਂ ਟੱਪਦੀਆਂ ਆਰ ਵੀ ਐਕਸੈਪਟਿੰਗ ਦਾ ਤੇ ਜਦੋਂ ਆਪਾਂ ਮੱਸਾ ਰੰਗੜ ਦੀ ਸਾਖੀ ਪੜ੍ਹਦੇ ਹਾਂ ਹੀ ਡਿਡ ਡੂ ਐਨੀਥਿੰਗ ਡਿਫਰੈਂਟ ਡਿਡ ਹੀ ਐਂਡ ਵੀ ਡੂਇੰਗ ਦੈਟ ਨਾਓ 300 ਇਅਰਸ ਲੇਟਰ ਅਸੀਂ ਆਪਣੀਆਂ ਬੱਚੀਆਂ ਨੂੰ ਨੱਚਦੀਆਂ ਨੂੰ ਦੇਖ ਕੇ ਖੁਸ਼ ਹਾਂ ਕਿੰਨਾ ਚੇਂਜ ਹੋ ਗਿਆ ਜਿਹੜੀ ਆਪਾਂ ਡਰਿੰਕ ਦੀ ਗੱਲ ਕੀਤੀ ਸਪਾਈਕਿੰਗ ਦੀ ਗੱਲ ਕੀਤੀ ਪੰਜ ਪਾਉਣ ਦੀ ਗੱਲ ਡਰੱਗਾਂ ਦੀ ਗੱਲ ਕੀਤੀ ਦੇ ਓਡਲੈਸ ਦੇ ਕਲਰਲੈਸ ਦੇ ਟੇਸਟਲੈਸ ਪਰ ਕਿਸੇ ਦੀ ਕੋਕ ਦੇ ਵਿੱਚ ਕਿਸੇ ਦੀ ਔਰੇਂਜ ਜੂਸ ਦੇ ਵਿੱਚ ਪੈ ਗਈ ਹੈ ਨਾ ਡਰੱਗ ਤੇ ਤੁਸੀਂ ਤੁਹਾਡਾ ਸਰੀਰ ਹਿੱਲ ਨਹੀਂ ਸਕਦਾ 15-20 ਮਿੰਟਾਂ ਬਾਅਦ ਇਹ ਕੰਪਲੀਟਲੀ ਪੈਰਾਲਾਈਜ਼ਿਸ ਐਂਡ ਯੂਨੀਵਰਸਿਟੀ ਵਿੱਚ ਬਹੁਤ ਹੋ ਰਿਹਾ ਸਾਸੰਗ ਜੀ ਰੇਪ ਬਹੁਤ ਜ਼ਿਆਦਾ ਹੋ ਰਿਹਾ ਪਰ ਦੀ ਓਨਲੀ ਪ੍ਰੋਬਲਮ ਇਜ਼ 13% ਕਦੀ ਰਿਪੋਰਟਡ ਆ 100 ਦੇ ਵਿੱਚ 13 ਬੱਚੀਆਂ ਰਿਪੋਰਟ ਕਰਨਗੀਆਂ 87 ਵਿਲ ਨਾਟ ਰਿਪੋਰਟ ਇਟ ਐਂਡ ਦਿਸ ਹੈਪਨ ਟੂ ਦਿਸ ਗਰਲ ਇਟ ਹੈਪਨ ਟੂ ਹਰ ਇਟ ਹੈਪਨ ਟੂ ਹਰ ਹੁਣ ਜੇ ਤੁਹਾਡਾ ਸਰੀਰ ਇਸ ਬੱਚੀ ਅੰਗ ਹੋ ਜਾਵੇ ਇਸ ਸਰੀਰ ਦੇ ਨਾਲ ਜੇ ਕੁਛ ਤੁਸੀਂ ਮਰਜ਼ੀ ਕਰ ਲਓ ਜਿੱਦਾਂ ਦੀਆਂ ਮਰਜ਼ੀਆਂ ਫੋਟੋਆਂ ਖਿੱਚ ਲਓ ਜਿੱਦਾਂ ਦੀ ਮਰਜ਼ੀ ਵੀਡੀਓ ਬਣਾ ਲਓ ਯੂ ਡੋਂਟ ਨੋ ਵਟਸ ਹੈਪਨਿੰਗ ਬਟ ਦੇ ਬਲੈਕਮੇਲ ਯੂ ਆਫਟਰਵਰਡਸ ਉਹ ਪੁੱਟ ਔਨ ਦੀ ਇੰਟਰਨੈਟ ਅਸੀਂ ਤੁਹਾਡੇ ਗੁਰਦੁਆਰਿਆਂ ਵਿੱਚ ਫੋਟੋਆਂ ਛੱਡ ਦੇਵਾਂਗੇ ਤੁਹਾਡੇ ਮਾਪਿਆਂ ਨੂੰ ਫੋਟੋਆਂ ਦੇ ਦੇਵਾਂਗੇ ਕਿਹੜਾ 15-16-17 ਸਾਲ ਦਾ ਬੱਚਾ ਬੱਚੀ they don't want their pictures on the internet or anything like that they fall for you they fall in that trap main the advice denna na kise vi bacche kolo ja bachi kolo ko galti ho gayi hove paave vaddi to vaddi vi galti ho gayi hove pick up the courage and go to the nearest person you trust and tell them ke mere kol aa galti hoyi aa ਤੇ ਮੇਰਾ ਖਿਆਲ ਫੋਟੋਆਂ ਜਾਂ ਆਹ ਚੀਜ਼ਾਂ ਹੈਗੀਆਂ ਵੱਧ ਤੋਂ ਵੱਧ ਦੋ ਥੱਪੜ ਹੀ ਖਾ ਲਓਗੇ ਬਟ ਯੂ ਸੇਵ ਯੂਰਸੈਲਫ ਅ ਲਾਈਫ ਇਨ ਹੈਲ ਯੂ ਸੇਵ ਅ ਲਾਈਫ ਇਨ ਹੈਲ ਯੂ ਕੈਨ ਸੀ ਬਟ ਯੂ ਕਾਂਟ ਡੂ ਐਨੀਥਿੰਗ ਅਬਾਊਟ ਇਟ ਮੈਂ ਅੱਗੇ ਵੀ ਕਿਹਾ ਕਿ ਅਸੀਂ ਤਿੰਨ ਬੱਚੀਆਂ ਪਿਛਲੇ ਸਾਲਾਂ ਦੇ ਵਿੱਚ ਵਿੱਚ ਜਦੋਂ ਦੇ ਅਸੀਂ ਸੇਵਾ ਕਰਨ ਲੱਗੇ ਹਾਂ ਬੱਚੀਆਂ ਪੜ੍ਹਨ ਆਈਆਂ ਲੰਡਨ ਤੋਂ ਕੋਈ ਲੈਸਟਰ ਪੜ੍ਹਦੀ ਆ ਕੋਈ ਉੱਥੇ ਨੋਟਿੰਗਮ ਪੜ੍ਹਦੀ ਕੋਈ ਬਰਮਿੰਗਮ ਪੜ੍ਹਦੀ ਆ ਮਾਪਿਆਂ ਨੇ ਸਮਝਿਆ ਵੀ ਪੜ੍ਹਦੀਆਂ ਬੱਚੀਆਂ ਪਰ ਇੱਦਾਂ ਦੇ ਕੰਮਾਂ ਵਿੱਚ ਫਸ ਕੇ ਅਤੇ ਆਪਣਾ ਸਰੀਰ ਵੇਚ ਰਹੀਆਂ ਸੀ ਦੇ ਵਰ ਪ੍ਰੋਸਟੀਟਿਊਟਸ ਦੇ ਵਰ ਪ੍ਰੋਸਟੀਟਿਊਟਸ ਐਂਡ ਦ ਵਨ ਦੈਟ ਵੀ ਡੀਲਿੰਗ ਵਿਦ ਰਾਈਟ ਨਾਓ ਇਜ਼ ਆਲਸੋ ਬੀਨ ਯੂਜ਼ਡ ਲਾਈਕ ਦੈਟ So what the SAS? SAS gives you one-to-one support. Soon as you pick up the telephone,
will give you that support you need. ਹੁਣ ਸਾਨੂੰ ਲਾਸਟ ਪਰਿਵਾਰ ਨੇ ਇਹ ਕਿਹਾ ਸੀਗਾ ਕਿ ਕਿਸੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਅਸੀਂ ਆਪ ਖੁਦ ਦੋ ਚੱਕਰ ਲਾ ਗਏ ਆ ਕਿਸੇ ਨੂੰ ਨਹੀਂ ਪਤਾ ਕਿ ਅਸੀਂ ਬ੍ਰੈਡਫੋਰਡ ਆਏ ਆ ਪਿਛਲੀ ਵੀਕਾਂ ਦੇ ਵਿੱਚ ਵੀ ਗਿਵ ਯੂ ਸਪੋਰਟ ਵਿਦ ਪੁਲਿਸ ਐਂਡ ਇੰਟਰਵਿਊਇੰਗ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੇ 13, 14, 15 ਸਾਲ ਦੀ ਬੱਚੀ ਦਾ 16 ਸਾਲ ਦੀ ਬੱਚੀ ਦੇ ਨਾਲ ਜਿਹਦੀ ਇੱਜ਼ਤ ਲੁੱਟੀ ਗਈ ਆ ਉਹਨੂੰ ਰਿਪੋਰਟ ਜ਼ਰੂਰ ਕਰਨਾ ਚਾਹੀਦਾ ਕਰੂਗੀ ਉਹਨੂੰ ਜਸਟਿਸ ਮਿਲੂਗਾ ਅਤੇ ਇੱਦਾਂ ਦੇ ਜਿਹੜੇ ਪਰਪਟ੍ਰੇਟਰਸ ਅਪ੍ਰੈਂਟਿਸ ਉਹਨਾਂ ਨੂੰ ਜੇਲ੍ਹ ਦੇ ਵਿੱਚ ਆਪਾਂ ਪਾਈਏ ਸੋ ਵੀ ਗੋਟ ਇਨਕਰੇਜ ਦਾ ਐਕਸੈਸ ਟੂ ਕਾਉਂਸਲਿੰਗ ਐਂਡ ਅਦਰ ਸਪੋਰਟ ਵੀ ਹੈਵ ਟ੍ਰੇਨਡ ਕਾਉਂਸਲਰਸ ਸਾਡੇ ਉੱਧਰ ਸਾਊਥ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ ਮਿਡਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਪੈਸ਼ਲਿਸਟ ਕਾਉਂਸਲਿੰਗ ਕਰਦੇ ਆ ਉਹ ਵੀ ਆਪਾਂ ਸਪੋਰਟ ਦਿੰਦੇ ਹਾਂ ਓਬਵੀਅਸਲੀ ਐਨ ਓਪਰਚੁਨਿਟੀ ਟੂ ਟੈਲ ਯੋਰ ਸਟੋਰੀਜ਼ ਪ੍ਰੈਕਟੀਕਲ ਸਪੋਰਟ ਫੋਰ ਲੋਇੰਗ ਰਿਸਕ ਆ ਵੀ ਜਿਹੜਾ ਇਹ ਅਵੇਅਰਨੈਸ ਆ ਕਿ ਆਪਾਂ ਨੂੰ ਘਰ ਘਰ ਇਹ ਗੱਲ ਪਤਾ ਲੱਗ ਜਾਵੇ ਕਿ ਆਪਣੀਆਂ ਬੱਚੀਆਂ ਦੇ ਨਾਲ ਨਾ ਹੋਵੇ ਜਾਂ ਬੱਚਿਆਂ ਦੇ ਨਾਲ ਨਾ ਹੋਵੇ ਇੱਥੇ ਇਹਦਾ ਤਾਂ ਮੈਂ ਜਾਣਾ ਨਹੀਂ ਅੱਗੇ ਇੱਥੇ ਗਰੁੱਪ ਇੱਕ ਤਿਆਰ ਹੋਇਆ ਹੋਇਆ ਉਹ ਗਰੁੱਪ ਸੇਵਾ ਕਰਦਾ ਕਿਸੇ ਨੇ ਵੀ ਉਸ ਗਰੁੱਪ ਦੇ ਨਾਲ ਸੇਵਾ ਕਰਨੀ ਆ ਆਪਣਾ ਨਾਂ ਉਹਨਾਂ ਗੁਰਮੁਖ ਪਿਆਰਾਂ ਨੂੰ ਦੇ ਦਿਓ ਇੱਥੇ ਹੀ ਆ ਗਰੁੱਪ ਉਹ ਜਸਟ ਡੋਂਟ ਗੈਟ ਹੁੱਕਡ ਨਾਓ ਵਾਟ ਯੂ ਕੈਨ ਡੂ ਫੋਰ ਅਸ ਜਿਹੜੇ ਫੇਸਬੁੱਕ 'ਤੇ ਹੈਗੇ ਆ ਉਹ ਆਪਣੇ ਫੇਸਬੁੱਕ 'ਤੇ ਜਾ ਕੇ ਉੱਥੇ ਲਾਈਕ ਕਰਨ ਫੇਸਬੁੱਕ ਨੂੰ ਕਿਉਂਕਿ ਜਦੋਂ ਅਸੀਂ ਖਬਰ ਫੇਸਬੁੱਕ 'ਤੇ ਪਾਵਾਂਗੇ ਉਹ ਤੁਹਾਡੇ ਪੇਜ 'ਤੇ ਵੀ ਆ ਜੂਗੀ ਜਦੋਂ ਤੁਹਾਡੇ ਪੇਜ 'ਤੇ ਆ ਗਈ ਤੁਹਾਨੂੰ ਪਤਾ ਲੱਗ ਜਾਣਾ ਕਿ ਸਾਡੇ ਇਲਾਕੇ ਵਿੱਚ ਕੀ ਹੋ ਰਿਹਾ ਅਸੀਂ ਪਿਛਲੀ ਵੀਕੇ ਖਬਰ ਪਾਈ ਸਲਾਹੂ ਦੀ ਕਿ ਸਲਾਹੂ ਦੇ ਵਿੱਚ ਦੋ ਬੰਦੇ ਇੱਕ 12 ਸਾਲ ਦੀ ਕੁੜੀ ਨੂੰ ਗੱਡੀ ਵਿੱਚ ਖਿੱਚ ਕੇ ਪਾਉਣ ਲੱਗੇ ਸਾਨੂੰ ਸਲਾਹੂ ਦੀ ਸੰਗਤ ਤੋਂ ਟੈਲੀਫੋਨ ਆਉਣ ਲੱਗ ਪਿਆ ਧੰਨਵਾਦ ਭਾਈ ਸਾਹਿਬ ਜਿਹੜਾ ਤੁਸੀਂ ਸਾਨੂੰ ਅਵੇਅਰ ਕਰ ਦਿੱਤਾ ਤੁਸੀਂ ਇਸ ਫੇਸਬੁੱਕ ਨੂੰ ਲਾਈਕ ਕਰੋਗੇ ਅਸੀਂ ਉੱਦਾਂ ਦੀਆਂ ਖਬਰਾਂ ਪਾਵਾਂਗੇ ਤੁਸੀਂ ਉਸ ਖਬਰਾਂ ਤੋਂ ਜਾਣੂ ਹੋਵਾਂਗੇ ਜਿੱਦਾਂ ਹੁਣ ਕੱਲ੍ਹ ਪਰਸੋਂ ਦੀ ਗੱਲ ਆ ਕਿ 5 ਬੰਦੇ ਇਸੇ ਏਰੀਏ ਦੇ ਜਿਹੜੇ ਇਸ ਵੇਲੇ ਗਰੂਮਿੰਗ ਕਰ ਰਹੇ ਆ ਸੋ ਯੂ ਨੋ ਦੈਟ ਯੂ ਕੈਨ ਵਾਲੰਟੀਅਰ ਯੋਰ ਟਾਈਮ ਔਰ ਡੋਨੇਟ ਤੁਸੀਂ ਸਾਡੇ ਨਾਲ ਜੇ ਗਰੁੱਪ ਦੇ ਨਾਲ ਨਹੀਂ ਕੰਮ ਕਰਨਾ ਇੱਥੇ ਦੇ ਗਰੁੱਪ ਦੇ ਨਾਲ ਤੁਸੀਂ ਸਾਡੇ ਨਾਲ ਡਾਇਰੈਕਟਲੀ ਵੀ ਕੰਮ ਕਰ ਸਕਦੇ ਆ ਅਤੇ ਜਿਹੜੀ ਚੀਜ਼ ਤੁਸੀਂ ਕਰ ਰਹੇ ਆ ਡੋਨੇਟ ਆਈ ਥੈਂਕ ਯੂ ਫਰੋਮ ਦਾ ਬੋਟਮ ਆਫ ਦਾ ਮਾਈ ਹਾਰਟ ਨੋਟ ਜਸਟ ਮਾਈ ਸੈਲਫ ਬਟ ਮੋਸਟ ਇੰਪੋਰਟੈਂਟ ਡੋਨੇਸ਼ਨ ਜਿਹੜੀ ਆ ਸਾਧ ਸੰਗਤ ਜੀ ਜੇ ਤੁਸੀਂ ਕਰ ਸਕਦੇ ਆ ਕਿਉਂਕਿ ਹਰ ਹਰ ਕੇਸ ਦਾ ਕਾਫੀ ਮਾਇਆ ਲੱਗਦੀ ਆ ਸਾਡਾ ਸਭ ਤੋਂ ਵੱਡਾ ਖਰਚਾ ਪੈਟਰੋਲ ਦਾ ਜੇ ਤੁਸੀਂ ਸਾਡੀਆਂ ਰਸੀਦਾਂ ਹੀ ਚੈੱਕ ਕਰਨੀਆਂ ਤਾਂ ਪਿਛਲੀ ਵੀਕੇ ਮੈਂ ਕਿਹਾ 430 ਪਾਉਣ ਦੀਆਂ ਪੈਟਰੋਲ ਹੀ ਸਾਡਾ ਲੱਗਾ ਹੋਣਾ ਜਿਹੜੀਆਂ 3-4 ਗੱਡੀਆਂ ਅਪ ਐਂਡ ਡਾਊਨ ਦ ਮੋਟਰਵੇ ਭੱਜਦੀਆਂ ਆ ਆਪਣੇ ਕੋਲ ਹਰ ਵੀਕੇ 'ਤੇ ਇੱਥੇ ਆ ਨਹੀਂ ਹੋਣਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਤੁਸੀਂ ਪੌਂਡ ਜਾਂ ਦੋ ਪੌਂਡ ਆਪਣੇ ਆਹ ਸਟੈਂਡਿੰਗ ਆਰਡਰ ਆ ਇਹ ਸਟੈਂਡਿੰਗ ਆਰਡਰ ਹਰ ਕੋਈ ਬੰਦਾ ਆਪਣੇ ਲੈ ਕੇ ਜਾਇਓ ਐਕਸਟਰਾ ਲੈ ਜਾਓ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਇੱਥੇ ਨਹੀਂ ਵੀ ਜਿਹੜੇ ਸੱਜਣ ਮਿੱਤਰ ਇੱਥੇ ਨਹੀਂ ਗਏ ਉਹਨਾਂ ਨੂੰ ਵੀ ਫੜਾਓ ਕੋਈ ਪੌਂਡ ਜਾਂ ਦੋ ਪੌਂਡ ਹੀ ਕੱਟ ਕੇ ਹਰ ਵੀਕ ਦੇ ਅਤੇ ਜੇ ਤੁਸੀਂ ਸੇਵਾ ਕਰ ਸਕਦੇ ਆ ਬਹੁਤ ਵੱਡੀ ਸੇਵਾ ਹੋਊਗੀ ਕਿਉਂਕਿ ਇਹ ਨਹੀਂ ਪਤਾ ਕਿ ਤੁਹਾਡਾ ਪੌਂਡ ਜਾਂ ਦੋ ਪੌਂਡ ਜਿਹੜੇ ਤੁਸੀਂ ਸੇਵਾ ਕਰ ਰਹੇ ਆ ਪਤਾ ਨਹੀਂ ਤੁਸੀਂ ਕਿੰਨੀਆਂ ਜਾਨਾਂ ਤੁਸੀਂ ਬਚਾਓਗੇ ਪਲੀਜ਼ ਦੈਟਸ ਵਨ ਰਿਕੁਐਸਟ ਕਿ ਸੈਟ ਅਪ ਅ ਸਟੈਂਡਿੰਗ ਆਰਡਰ ਟੇਕ ਦਾ ਫੋਨ ਗਿਵ ਇਟ ਟੂ ਯਰ ਕਜ਼ਨਸ ਗਿਵ ਇਟ ਟੂ ਯਰ ਫਰੈਂਡਸ ਅ ਪਾਉਂਡ ਟੂ ਪਾਉਂਡ That's nothing these days. You buy a can of Coke, ਮੇਰਾ ਖਿਆਲ ਪੌਂਡ ਦਾ ਤਾਂ ਕੋਕ ਹੀ ਆਉਂਦਾ ਅੱਜ ਕੱਲ੍ਹ ਅਤੇ ਇੱਕ ਪੈਕਟ ਆ ਕ੍ਰਿਸਪ ਸੋ ਫੋਰ ਦਾ ਸੇਕ ਆਫ ਅ ਪੈਕਟ ਆ ਕ੍ਰਿਸਪ ਔਰ ਅ ਕੈਨ ਆ ਕੋਕ ਯੂ ਕੈਨ ਐਕਚੁਲੀ ਸੇਵ ਅ ਲਾਈਫ ਯੂ ਕੈਨ ਔਰਗਨਾਈਜ਼ ਅ ਸੈਮੀਨਾਰ ਐਨ ਐਸ ਏ ਐਸ ਸੈਮੀਨਾਰ ਇਨ ਯੂਰ ਯੂਨੀਵਰਸਿਟੀਜ ਕਾਲਜਿਸ ਔਰ ਦਾ ਗੁਰਦੁਆਰਸ ਵੀ ਆਰ ਗੋਇੰਗ ਟੂ ਮੇਨ ਸਟ੍ਰੀਮ ਸਕੂਲਸ ਐਜ਼ ਵੈਲ ਅਸੀਂ ਜੂਨ ਦੇ ਵਿੱਚ ਹੈਰੋ ਕਾਉਂਸਲ ਦੇ ਨਾਲ
ਜਿੰਨੇ ਵੀ ਟੀਚਰ ਆ ਉਹਨਾਂ ਦੇ ਨਾਲ ਅਸੀਂ ਟੀਚਰਾਂ ਨੂੰ ਐਜੂਕੇਟ ਕਰਨਾ ਅਬਾਊਟ ਸੈਕਸ਼ੂਅਲ ਗਰੂਮਿੰਗ ਸੋ ਜੇ ਤੁਸੀਂ ਇੱਦਾਂ ਦਾ ਕੋਈ ਐਜੂਕੇਸ਼ਨ ਡਿਪਾਰਟਮੈਂਟ ਦੇ ਜਿੱਥੇ ਕੋਈ ਹੈਗਾ ਕੋਈ ਇਹ ਇੱਦਾਂ ਦਾ ਅਰੇਂਜ ਕਰ ਸਕਦਾ ਆਪਾਂ ਬ੍ਰੈਡਫੋਰਡ ਦੀ ਕਾਉਂਸਲ ਨੂੰ ਆਣ ਕੇ ਐਜੂਕੇਟ ਕਰ ਸਕਦੇ ਹਾਂ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ If you go to our website, check this film out. ਇੱਥੇ ਸਾਰੇ ਤੁਹਾਨੂੰ ਜਿਹੜੇ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਤੁਸੀਂ ਦੇਖ ਸਕਦੇ ਆ ਇਸ ਅਮਵ ਜਿਹਦੀ 12 ਸਾਲ ਦੀ ਕੁੜੀ ਚੱਲ ਗਈ ਸੀ ਇਹਦੀ ਵੀ ਸਾਖੀ ਸੁਣ ਲਿਓ ਸਤਸੰਗ ਜੀ ਸਾਨੂੰ ਕਈ ਵਾਰੀ ਪੁੱਛਦੇ ਹੁੰਦੇ ਆ ਕਿ ਤੁਸੀਂ ਕਿਉਂ ਇਹ ਕੰਮ ਕਰ ਰਹੇ ਆ ਐਂਡ ਆਈਲ ਟੈਲ ਯੂ ਸਿੰਪਲ There's a Shabbat that doesn't let us sleep. And I was hearing that Shabbat from a very young age. Because Shota ya Gurdwara saade Birmingham de chunda si. Te o gyani vi o to gyani te ni onu keh sakde par us time te jehda koi jehda do shabd jaanda si o aan ke shabd kirtan karda si us time te nahi inne amritari sikh sige. O do shabd hamesha hi onne oh ਗਾਇਨ ਕਰਨੇ ਜਦੋਂ ਅਸੀਂ ਬਾਹਰ ਵੀ ਖੇਡਦੇ ਹੋਣਾ ਗੁਰਦੁਆਰਾ ਦੀ ਕਾਰ ਪਾਰਕ ਦੇ ਵਿੱਚ ਜਾਂ ਲੰਗਰ ਹਾਲ ਦੇ ਵਿੱਚ ਜਾਂ ਜਿੱਥੇ ਵੀ ਬੈਠੇ ਹੋਣਾ ਸਾਨੂੰ ਉਹ ਸ਼ਬਦ ਜ਼ਰੂਰ ਸੁਣਦਾ ਹੁੰਦਾ ਸੀ ਆਈ ਗੋਇੰ ਟੂ ਰੀਸਾਈਟ ਦੈਟ ਸ਼ਬਦ ਟੂ ਯੂ ਐਂਡ ਦੈਟ ਸ਼ਬਦ ਡਸਨਟ ਲੈਟ ਅਸ ਸਲੀਪ ਐਂਡ ਦੈਟ ਸ਼ਬਦ ਗੋਜ਼ ਲਾਈਕ ਦਿਸ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਕਿ ਪੰਥ ਚੜ੍ਹਦੀ ਕਲਾ ਵਿੱਚ ਰਵਾਂ ਰਵੇ ਦਿਸ ਇਜ਼ ਗੁਰੂ ਕਲਗੀਧਰ ਪਾਤਸ਼ਾਹ ਸੇਇੰਗ ਕਿ ਪੰਥ ਚੜ੍ਹਦੀ ਕਲਾ ਵਿੱਚ ਰਵੇ ਮੈਂ ਭਵਾਂ ਉੱਜੜ ਜਾਵਾਂ ਇਸ ਤੋਂ ਵੱਡਾ ਹੋਰ ਮਨ ਨੂੰ ਚਾਉ ਹੋ ਹੀ ਨਹੀਂ ਸਕਦਾ ਤੇ ਮੇਰੇ ਮਹਾਰਾਜ ਨੇ ਆਖਿਆ ਨਹੀਂ ਮੇਰੇ ਮਹਾਰਾਜ ਨੇ ਕਰਕੇ ਦਿਖਾ ਦਿੱਤਾ ਸਾਰਾ ਪਰਿਵਾਰ ਸ਼ਹੀਦ ਪਿਤਾ ਸ਼ਹੀਦ ਮਾਤਾ ਸ਼ਹੀਦ ਚਾਰ ਸਾਹਿਬਜ਼ਾਦੇ ਸ਼ਹੀਦ 5 and a 7-year-old ਸ਼ਹੀਦ 14 and 18-year-old ਸ਼ਹੀਦ ਚਮਕੌਰ ਦੀ ਗੜੀ ਸਾਰੀ ਤੁਸੀਂ ਸਾਖੀ ਜਾਣਦੇ ਆ ਸਭ ਤੋਂ ਪਹਿਲਾਂ ਕਿਹੜਾ ਭੇਜਿਆ ਜਦੋਂ 10 ਲੱਖ ਦੀ ਫੌਜ ਦਾ ਘੇਰਾ ਪਿਆ ਸਭ ਤੋਂ ਪਹਿਲਾਂ ਮਹਾਰਾਜ ਨੇ ਕੋਈ ਬਗਾਨਾ ਸਿੰਘ ਨਹੀਂ ਭੇਜਿਆ ਆਪਣਾ ਭੇਜਿਆ ਆਪਣਾ ਫਲੈਸ਼ ਐਂਡ ਬਲੱਡ ਭੇਜਿਆ ਬਾਬਾ ਅਜੀਤ ਸਿੰਘ ਭੇਜੇ 2 ਘੰਟੇ ਕਹਿੰਦੇ ਬਾਬਾ ਅਜੀਤ ਸਿੰਘ ਜੰਗ ਲੜਦੇ ਰਹੇ ਆਖਰ ਡਿੱਗਣਾ ਹੀ ਸੀ ਮਹਾਰਾਜ ਨੇ ਆਪ ਦੀਆਂ ਅੱਖਾਂ ਦੇ ਨਾਲ ਦੇਖਿਆ ਸ਼ਹੀਦੀ ਪੌਦਾ ਫਿਰ ਉਸ ਤੋਂ ਬਾਅਦ ਕੀ ਹੋਇਆ ਬਾਬਾ ਜੁਝਾਰ ਸਿੰਘ ਆਏ ਜਿਹੜਾ ਇੱਕ ਕੋਲ ਰਹਿ ਗਿਆ ਉਹ ਵੀ ਆਖਦਾ ਕਿ ਮੈਨੂੰ ਵੀ ਤਿਆਰ ਕਰੋ ਮੈਨੂੰ ਵੀ ਉੱਥੇ ਭੇਜੋ ਜਿੱਥੇ ਬਾਬਾ ਅਜੀਤ ਸਿੰਘ ਆਏ ਆ ਉਹਨੂੰ ਲੁਕੋ ਸਕਦੇ ਸੀ ਨਾ ਬਾਹਰ ਭੇਜਦੇ ਉਹਨਾਂ ਦੇ ਕੋਲ ਸੀਗੀ ਪਾਵਰ ਪਰ ਮੇਰੇ ਪਾਤਸ਼ਾਹ ਨੇ ਇਹ ਨਹੀਂ ਕੀਤਾ ਮੇਰੇ ਪਾਤਸ਼ਾਹ ਨੇ ਉਹਨੂੰ ਵੀ ਤਿਆਰ ਕੀਤਾ ਸ਼ਸਤਰ ਵਸਤਰ ਦਿੱਤੇ ਤੇ ਬਾਹਰ ਭੇਜਿਆ ਆਖਰ ਸ਼ਹੀਦੀ ਤਾਂ ਪਾਉਣੀ ਸੀ ਉਹਨੇ ਵੀ ਸੋ ਸਾਰਾ ਪਰਿਵਾਰ ਸਰਵੰਸ ਵਾਰ ਦਿੱਤਾ ਇਸ ਪੰਥ ਦੀ ਖਾਤਰ ਸਿਰਫ ਤੇ ਸਿਰਫ ਸਰਵੰਸ ਨਹੀਂ ਵਾਰਿਆ ਨਾ ਤਾਂ ਆਨੰਦਪੁਰ ਸਾਹਿਬ ਦੀਆਂ ਮੈਲ ਵਾੜੀਆਂ ਰਹੀਆਂ ਨਾ ਨੀਲਾ ਘੋੜਾ ਰਿਹਾ ਨਾ ਹੱਥ ਬਾਜ ਰਿਹਾ ਕਹਿੰਦੇ ਮਾਛੀ ਵਾਲੇ ਦੇ ਜੰਗਲ ਦੇ ਵਿੱਚ ਪੈਰਾਂ ਵਿੱਚ ਜੋੜੇ ਵੀ ਨਹੀਂ ਰਹੇ ਮਹਾਰਾਜ ਇੱਕ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਮਾਲਕਾਂ ਦਾ ਮਾਲਕ ਕਿੰਗ ਆਫ ਕਿੰਗਸ ਟੂਡੇ ਹੀ ਹੈਜ਼ਨਟ ਈਵਨ ਗਾਟ ਸਲਿਪਰਸ ਇਨ ਹਿਸ ਔਨ ਹਿਸ ਫੀਟ ਪੰਥ ਦੀ ਖਾਤਰ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਕਿ ਪੰਥ ਦੀ ਖਾਤਰ ਮਹਾਰਾਜ ਨੇ ਸਾਰਾ ਕੁਛ ਬਾਰ ਦਿੱਤਾ ਕਹਿੰਦੇ ਪੈਰ ਖੂਨੋ ਖੂਨੀ ਹੋਏ ਹੋਏ ਸੀ ਪਾਕ ਨਾ ਭਰੇ ਹੋਏ ਸੀ ਕੰਡੇ ਲੱਗ ਲੱਗ ਕੇ ਇਤਿਹਾਸਕਾਰ ਕਈ ਦੱਸਦੇ ਆ ਕਿ ਕਲਗੀਧਰ ਪਾਤਸ਼ਾਹ ਕੋ ਪੈਰਾਂ ਤੇ ਭਾਰ ਨਹੀਂ ਸੀ ਪੈ ਹੁੰਦਾ ਇੱਕ ਸਾਖੀ ਯਾਦ ਆਉਂਦੀ ਕਹਿੰਦੇ ਮਹਾਰਾਜ ਜਦੋਂ ਚਮਕੌਰ ਗੜੀ ਤੋਂ ਨਿਕਲੇ ਹੈ ਨਾ ਪਿੱਛੇ ਫੌਜਾਂ ਲੱਗੀਆਂ ਹੋਈਆਂ ਸੀ ਇਕੱਲੇ ਸੀ ਇੱਕ ਸਿੱਖ ਦਾ ਦਰਵਾਜ਼ਾ ਜਾ ਕੇ ਕਢਵਾਇਆ ਤੇ ਅੰਦਰੋਂ ਸਿੱਖ ਬੋਲਿਆ ਕੌਣ ਆ ਤੇ ਮਹਾਰਾਜ ਨੇ ਕਿਹਾ ਆਪਾਂ ਆ ਸਿੱਖ ਅੰਦਰੋਂ ਬੋਲਿਆ ਮੈਂ ਦਰਵਾਜ਼ਾ ਨਹੀਂ ਖੋਲ ਸਕਦਾ ਕਿਉਂਕਿ ਤੂੰ ਆਪਣਾ ਪਰਿਵਾਰ ਤਾਂ ਸਾਰਾ ਮਰਵਾ ਤਾ ਮੇਰਾ ਵੀ ਤੂੰ ਮਰਵਾਉਂਗਾ
ਮਹਾਰਾਜ ਨੇ ਫਿਰ ਸਾਰਾ ਦਿਨ ਕਹਿੰਦੇ ਝਾੜਾਂ ਦੇ ਹੇਠਾਂ ਬੈਠ ਕੇ ਤੇ ਦਿਨ ਗੁਜ਼ਾਰਿਆ ਉੱਥੇ ਗੁਰਦੁਆਰਾ ਸਾਹਿਬ ਝਾੜ ਸਾਹਿਬ ਗੁਰਦੁਆਰਾ ਬਣਿਆ ਕਿ ਜਦੋਂ ਐਨ ਪੀੜ ਪੈਂਦੀ ਉਦੋਂ ਤੁਹਾਨੂੰ ਸਾਰੇ ਛੱਡ ਦਿੰਦੇ ਆ ਤੇ ਅੱਜ ਅੱਜ ਇਹ ਨਾ ਹੋਵੇ ਕਿ ਅੱਜ ਸਾਡੀਆਂ ਬੱਚੀਆਂ ਨੂੰ ਲੋੜ ਆ ਪੰਥ ਦੀ ਬੱਚੀਆਂ ਨੂੰ ਲੋੜ ਆ ਬੱਚਿਆਂ ਨੂੰ ਲੋੜ ਆ ਤੇ ਆਪਾਂ ਸੇਵਾ ਨਾ ਕਰੀਏ ਕਹਿੰਦੇ ਜਦੋਂ ਸਾਬੋ ਕੀ ਤਲਵੰਡੀ ਪਹੁੰਚਿਆ ਨਾ ਮਹਾਰਾਜ ਤੇ ਮਾਤਾ ਜੀ ਨੇ ਪੁੱਛਿਆ ਕਿ ਸਾਹਿਬ ਚਾਰ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਕਿੱਥੇ ਆ ਤੇ ਗੁਰੂ ਸਾਹਿਬ ਨੇ ਕੀ ਆਖਿਆ ਚਾਰ ਮੂਏ ਤਾਂ ਕਿਆ ਹੋਆ ਜੀਵਤ ਕਈ ਹਜ਼ਾਰ ਕੇ ਚਾਰ ਚਲ ਗਏ ਆ ਹਜ਼ਾਰਾਂ ਜੀਂਦੇ ਆ ਆਪਣੇ ਹੱਲ ਕਰ ਰਹੇ ਯੂ ਓਲ ਰੀਡ ਦ ਮਾਣੀ ਮਹਾਰਾਜ ਸਾਹਿਬ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ ਮਹਾਰਾਜ ਗੇਵ ਐਵਰੀਥਿੰਗ ਅਪ ਫੋਰ ਦ ਪੰਥ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਦੋ ਵਕਤ ਆਪਾਂ ਜਦੋਂ ਬਾਣੀ ਵੀ ਪੜ੍ਹਦੇ ਹਾਂ ਜਿਹੜੀ ਚੌਪਾਈ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਕਲੀਅਰ ਲਿਖਿਆ ਮਹਾਰਾਜ ਨੇ ਸੁਖੀ ਬਸੈ ਮੋਰੋ ਪਰਿਵਾਰ ਆ ਕਿਹੜਾ ਪਰਿਵਾਰ ਆਪਣਾ ਤਾਂ ਪਰਿਵਾਰ ਵਾਰ ਦਿੱਤਾ ਕਿਹੜਾ ਪਰਿਵਾਰ ਸੇਵਕ ਸਿੱਖ ਸਭੇ ਕਰਤਾਰ ਸਤਸੰਗ ਜੀ ਸਭਾ ਦੇ ਯੂਨਾਈਟਿਡ ਐਫਰਟ ਦੈਟ ਸ਼ਬਦ ਡਸਨਟ ਲੈਟ ਮੀ ਸਲੀਪ ਜਦੋਂ ਪਤਾ ਲੱਗਦਾ ਕਿ ਸਿੱਖਾਂ ਦੀ ਬੱਚੀ ਆ ਨਿਕਲ ਗਈ ਆ ਘਰੋਂ ਚਲ ਗਈ ਆ ਹੋ ਰਿਹਾ ਜਾਂ ਸਿੱਖਾਂ ਦਾ ਮੁੰਡੇ ਦੇ ਨਾਲ ਆ ਹੋ ਰਿਹਾ ਉਦੋਂ ਚੈਨ ਨਹੀਂ ਆਉਂਦਾ ਨਾ ਅਸੀਂ ਕਿੰਨੇ ਕੇਸ ਦੇਖੇ ਆ ਕਿੰਨੇ ਸੁਣੇ ਐਵਰੀ ਵੀਕ ਸਾਨੂੰ ਦੋ ਜਾਂ ਤਿੰਨ ਫੋਨ ਸਾਨੂੰ ਆਉਂਦੇ ਹੀ ਆਉਂਦੇ ਆ ਅਸੀਂ ਬਾਹਲਾ ਐਡਵਰਟਾਈਜ਼ ਨਹੀਂ ਕਰਦੇ ਹੁੰਦੇ ਕਿ ਸਾਨੂੰ ਕਿੰਨੇ ਆਉਂਦੇ ਕਿੰਨੇ ਨਹੀਂ ਬਿਕੋਜ਼ ਇਟਸ ਵੈਰੀ ਡਿਮੋਰਲਾਈਜ਼ਿੰਗ ਐਸ ਵੈਲ ਬਈ ਦੋ ਜਾਂ ਤਿੰਨ ਫੋਨ ਸਾਨੂੰ ਇੱਦਾਂ ਦੇ ਆਉਂਦੇ ਆ ਨਾ ਜਿਹੜਾ ਤੁਹਾਨੂੰ ਹਿਲਾ ਦਿੰਦੇ ਆ ਫਿਰ ਜੇ ਕੋਈ ਰਾਤ ਨੂੰ ਫੋਨ ਆ ਜਾਵੇ ਨਾ 11-12 ਵਜੇ ਤੋਂ ਬਾਅਦ ਫਿਰ ਸਾਰਾ ਦਿਨ ਉੱਦਾਂ ਦਾ ਲੰਘ ਜਾਂਦਾ But he keeps us going. This shabd keeps us going. ਕਿ ਜੇ ਮੇਰੇ ਮਹਾਰਾਜ ਨੇ ਸਾਰਾ ਕੁਛ ਵਾਰ ਦਿੱਤਾ ਅਸੀਂ ਆਪਣਾ ਥੋੜਾ ਟਾਈਮ ਕੱਢ ਕੇ ਆਪਣੇ ਪੰਥ ਆਪਾਂ ਸੇਵਾ ਨਹੀਂ ਕਰ ਸਕਦੇ ਦੇਖੋ ਮੈਂ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਆ ਰਹੇ ਸੀ ਅੱਜ ਸਵੇਰੇ ਸਟੇਟ ਸੈਕਟਰੀ ਸਾਹਿਬ ਹੁਣੀ ਸ਼ਬਦ ਪੜ੍ਹਦੇ ਸੀ ਸ਼ਬਦ ਪੜ੍ਹਦੇ ਤਾਂ ਆਪਾਂ ਵੀ ਜਾਣਾ ਇਹ ਸਰੀਰ ਛੱਡ ਕੇ ਸਾਰਿਆਂ ਨੇ ਜਾਣਾ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਮਾਰੇ ਕਹਿੰਦੇ ਜੋ ਉਪਜੀ ਉਹ ਸੋ ਕਾਲ ਸੰਗਰਿਆ ਜਿਹੜੀ ਚੀਜ਼ ਪੈਦਾ ਹੋ ਗਈ ਉਹਨੇ ਮਰਨਾ ਹੀ ਮਰਨਾ ਜਦੋਂ ਆਪਾਂ ਮਰਾਂਗੇ ਸਾਲ ਦੋ ਸਾਲ ਪੰਜ ਸਾਲ ਦਸ ਸਾਲ ਵੀਹ ਸਾਲ ਤੱਕ ਜਦੋਂ ਆਪਾਂ ਮਰ ਕੇ ਆਪਾਂ ਜਾਵਾਂਗੇ ਤਾਂ ਆਪਾਂ ਕਿਹਨੂੰ ਮੂੰਹ ਦਿਖਾ ਲਾਂਗੇ ਆਪਾਂ ਮੂੰਹ ਦਿਖਾ ਸਕਦੇ ਹਾਂ ਕਿ ਜਦੋਂ ਸਾਡੀਆਂ ਪੰਥ ਦੀਆਂ ਬੱਚੀਆਂ ਬੱਚਿਆਂ ਨੂੰ ਲੋੜ ਸੀ ਅਸੀਂ ਮੂੰਹ ਮੋੜ ਦਿੱਤਾ ਅਸੀਂ ਗੰਗੂ ਬਾਹਮਣ ਬਣ ਗਏ ਜਾਂ ਅਸੀਂ ਪੰਥ ਦੀ ਬੱਚੀਆਂ ਦੀ ਸੇਵਾ ਕੀਤੀ ਪੰਥ ਦੇ ਨਾਲ ਰਲ ਕੇ ਸੇਵਾ ਕੀਤੀ ਆ ਕਿਹੜਾ ਮੂੰਹ ਦਿਖਾ ਲਓਗੇ ਇਹ ਜਵਾਬ ਤੁਹਾਨੂੰ ਦੇਣਾ ਪੈਣਾ ਉੱਥੇ ਕੋਈ ਰਿਸ਼ਵਤ ਨਹੀਂ ਕੰਮ ਆਉਣੀ ਇਹ ਆਪਾਂ ਨੂੰ ਦੇਣਾ ਪੈਣਾ ਆਪਾਂ ਔਰੰਗਜ਼ੇਬ ਵਾਲਾ ਕੰਮ ਕੀਤਾ ਔਰੰਗਜ਼ੇਬ ਨੂੰ ਸਾਥ ਦਿੱਤਾ ਕਿ ਕਲਗੀਧਰ ਪਾਤਸ਼ਾਹ ਦੇ ਪੰਥ ਨੂੰ ਸਾਥ ਦਿੱਤਾ ਇਹ ਤੁਹਾਨੂੰ ਜੱਜ ਤੁਹਾਨੂੰ ਕਰਨਾ ਪੈਣਾ ਤੁਹਾਡਾ ਜਵਾਬ ਲੇਖਾ ਜੋਖਾ ਤੁਹਾਡਾ ਹੋਣਾ ਸੋ ਸਤਸੰਗ ਜੀ ਆ ਆਪਣੇ ਨੰਬਰ ਆ ਅਸੀਂ ਥੱਲੇ ਵੀ ਇੱਕ ਪੋਸਟਰ ਛੱਡ ਜਾਣਾ ਜਿਹੜਾ ਨੋਟਿਸ ਬੋਰਡ ਤੇ ਲੱਗ ਜਾਊਗਾ ਉੱਥੇ ਸਾਡੇ ਨਵੇਂ ਨੰਬਰ ਵੀ ਆ ਇਸ ਵੇਲੇ ਸਾਡੀਆਂ ਬੱਚੀਆਂ ਬਹੁਤ ਜ਼ਿਆਦੀਆਂ ਕਹਿ ਲਓ ਕਿ ਕੇਸ ਸਾਡੇ ਕੋਲ 7-8 ਕੇਸ ਜਿਹੜੇ ਖਤਰਨਾਕ ਆ ਜਿਹੜੀਆਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਬੱਚੀਆਂ ਕਿੱਥੇ ਕਿੱਥੇ ਨਹੀਂ ਸੋ ਆਪਾਂ ਇੱਕ ਮਿੰਟ ਲਈ ਆਪਾਂ ਸਿਮਰਨ ਕਰਨਾ ਵਾਹਿਗੁਰੂ ਦਾ ਜਾਪ ਕਰਨਾ ਐਨ ਸਿੱਧੇ ਹੋ ਕੇ ਬਹਿ ਜਾਓ ਐਨ ਸਟ੍ਰੇਟ ਅਪ ਜਿਹੜੇ ਕੰਧਾਂ ਨੂੰ ਢੋ ਲਾਈ ਹੋਈ ਆ ਕੰਧਾਂ ਤੋਂ ਆਫ ਆ ਜਾਓ ਗੁਰੂ ਘਰ ਦੇ ਅੱਗੇ ਬਹੁਤ ਭਾਰ ਆ ਵੀ ਹੋਰ ਨਾ ਭਾਰ ਪਾਓ ਜਦੋਂ ਦਾਸ ਚੁੱਪ ਹੋ ਗਿਆ ਅੱਖਾਂ ਨਾ ਖੋਲਿਓ ਡੋਨਟ ਓਪਨ ਯੋਰ ਆਈਜ਼ ਉਸ ਸਾਇਲੈਂਸ ਦੇ ਵਿੱਚ ਸ੍ਰੀ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ ਹੇ ਅਕਾਲ ਪੁਰਖ
ਕਿਉਂਕਿ ਹੈ ਸਾਡੇ ਲਈ ਕਾਰਪੁਰਖ ਸ਼ਬਦ ਗੁਰੂ ਹੀ ਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਦੋਨ ਅਰਦਾਸ ਇਨ ਫਰੰਟ ਆਫ ਅਕਾਲ ਪੁਰਖ ਕਿ ਸੱਚੇ ਪਾਤਸ਼ਾਹ ਜਿੰਨੀਆਂ ਵੀ ਬੱਚੀਆਂ ਇਸ ਵੇਲੇ ਘਰੋਂ ਬਾਹਰ ਆ ਸਹੀ ਸਲਾਮਤ ਮੁੜ ਕੇ ਆਪਣੇ ਆਪਣੇ ਘਰ ਆਉਣ ਸਹੀ ਸਲਾਮਤ ਮੁੜ ਆਪਣੇ ਘਰ ਆਉਣ ਸੋ ਆਈਜ਼ ਕਲੋਜ਼ਡ ਅੱਖਾਂ ਬੰਦ ਕਰ ਲਓ ਐਂਡ ਐਵਰੀਵਨ ਸਾਰੇ ਜਾਣੇ ਆਪਣੇ ਢਿੱਡੋਂ ਬੋਲਿਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਐਂਡ ਰਿਪੀਟ ਆਫਟਰ ਮੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਥੈਂਕ ਯੂ ਵੈਰੀ ਮੱਚ ਆਈ ਥੈਂਕ ਦ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸਾਨੂੰ ਸਟੇਜ ਦਿੱਤੀ ਹੈ ਇੱਥੇ ਅੱਜ ਸੋ ਦੈਟ ਵੀ ਕੈਨ ਸ਼ੇਅਰ ਇਨਫੋਰਮੇਸ਼ਨ ਵਿਦ ਯੂ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਟੂ ਅਸ ਫੋਰ ਦਾ ਲਾਸਟ ਆਵਰ ਐਂਡ ਅ ਹਾਫ ਅਤੇ ਇੱਕ ਅਨਾਊਂਸਮੈਂਟ ਆ ਕਿ 8 to 9 PM ਆਪਾਂ ਸਿੱਖ ਚੈਨਲ ਦੇ ਉੱਤੇ ਸਿੱਖ ਐਥਿਕਸ ਪ੍ਰੋਗਰਾਮ ਅਤੇ ਉਹ ਡਿਜ਼ਾਇਨ ਹੀ ਪ੍ਰੋਗਰਾਮ ਤਾਂ ਕੀਤਾ ਜਿਹੜੇ ਨੌਜਵਾਨ ਇੱਥੇ ਦੇ ਆ ਵੀ ਸਮਝਣ ਆਪਣੀ ਮਰਿਆਦਾ ਕੀ ਆ ਜਿਵੇਂ ਪਿਛਲੀਆਂ ਵੀਕਾਂ ਵਿੱਚ ਆਪਾਂ ਚਾਰਾਂ ਸੰਸਕਾਰਾਂ 'ਤੇ ਗੱਲ ਚੱਲਦੀ ਆ ਅਤੇ ਇਸ ਵੀਕੇ ਕੱਲ੍ਹ ਨੂੰ ਆਪਾਂ ਆਨੰਦ ਕਾਰਜ ਦੀ ਗੱਲ ਚੱਲਣੀ ਆ ਸੋ ਮੇਕ ਸ਼ੋਰ ਦੈਟ ਯੂ ਗੋਟ ਯੋਰ ਟੀਵੀ ਯੋਰ ਸਿਨ ਇਨ ਫਰੰਟ ਯੋਰ ਟੀਵੀਜ਼ ਐਵਰੀ ਮੰਡੇ ਨਾਈਟਸ 8 to 9 ਔਨ ਦਾ ਸਿੱਖ ਚੈਨਲ I thank the organizers, a big thanks from the Sikh Awareness Society. ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਤੁਸੀਂ ਪਿਛਲੇ ਸਾਲਾਂ ਵਿੱਚ ਵੀ ਬਹੁਤ ਸਪੋਰਟ ਕਰਦੇ ਹਾਂ ਅਤੇ ਜਦੋਂ ਵੀ ਆਪਾਂ ਬੇਨਤੀ ਕਰਦੇ ਹਾਂ ਪ੍ਰਬੰਧਕ ਕਮੇਟੀ ਹਮੇਸ਼ਾ ਟਾਈਮ ਦਿੰਦੀ ਆ ਆਪ ਸਟੇਜ ਬਖਸ਼ਦੀ ਆ ਪਰ ਸਭ ਤੋਂ ਵੱਡਾ ਤੁਹਾਡਾ ਬਹੁਤ ਧੰਨਵਾਦ ਹੋਊਗਾ ਕਿ ਜੇ ਤੁਸੀਂ ਆਪਾਂ ਪੌਂਡ ਪੌਂਡ ਹੀ ਭਾਵੇਂ 50 ਪੈਣੀਆਂ ਕੱਟੋ ਭਾਵੇਂ ਜਿੰਨਾ ਵੀ ਹੈਗਾ ਤੁਸੀਂ ਵੀਕ ਦਾ ਤੁਸੀਂ ਕਰ ਸਕਦੇ ਹਾਂ ਇਹ ਜ਼ਰੂਰ ਕੱਟੋ ਕਿਉਂਕਿ ਆਪਣੇ ਕੋਲ ਹਰ ਰੋਜ਼ ਤਾਂ ਨਹੀਂ ਹੋਣਾ ਪਰ ਜਿਹੜੇ ਤੁਹਾਡੇ 50 ਪੈਣੀਆਂ ਪੌਣ ਪੌਣ ਵੀ ਜਿਹੜਾ ਹੋਊਗਾ ਉਹ ਬਣ ਬਣ ਕੇ ਤਾਂ ਕਾਫੀ ਗੋਸ ਅ ਲੌਂਗ ਲੌਂਗ ਵੇ ਸੋ ਪਲੀਜ਼ ਹੈਲਪ ਅਸ ਐਂਡ ਸਪੋਰਟ ਅਸ ਇਨ ਦੈਟ ਮੈਨਰ ਸੋ ਦੇਰ ਇਜ਼ ਨਥਿੰਗ ਮੋਰ ਲੈਫਟ ਸੋ ਆਪਾਂ ਫਤਿਹ ਸਾਂਝੀ ਕਰੀਏ ਕੋਈ ਵੀ ਰਸਨਾ ਵੱਜ ਨਾ ਰਹੇ ਗੱਜ ਵੱਜ ਕੇ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ